ਬੋਲੀ ਆਪਣੇ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਮੈਂ ਪੰਜਾਬੀ, ਪੰਜਾਬ ਦਾ ਸਰਵ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਹਾਜ਼ਰੀਨ ਸਮੂਹ ਦਰਸ਼ਕੋ, ਬੜੀ ਸਤਿਕਾਰ ਸਹਿਤ ਜੀ ਆਇਆਂ ਨੂੰ, ਅੱਜ ਇੱਕ ਬੜੀ ਹੀ ਅਹਿਮ ਗੱਲਬਾਤ ਤੁਹਾਡੇ ਨਾਲ ਟੈਲੀਵਿਜ਼ਨ ਦੇ ਜ਼ਰੀਏ ਹੋ ਰਹੀ ਹੈ, ਜਿਸ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਵਿਕਾਸ, ਸਮੱਸਿਆਵਾਂ, ਸੰਭਾਵਨਾਵਾਂ, ਇਹਨਾਂ ਦੇ ਬਾਰੇ ਸਾਡੇ ਨਾਲ ਮਹਿਮਾਨ ਸ਼ਾਮਿਲ ਨੇ। ਦਰਅਸਲ ਕੈਨੇਡਾ ਦੀ ਧਰਤੀ 'ਤੇ ਪੰਜਾਬ ਤੋਂ ਇੱਕ ਐਸੀ ਸ਼ਖਸੀਅਤ ਪਹੁੰਚੇ ਨੇ ਜਿਨ੍ਹਾਂ ਦੀ ਕਿਸੇ ਜਾਣਕਾਰੀ ਦੀ ਮੁਹਤਾਜ ਨੇ ਗੱਲਬਾਤ। ਮਿੱਤਰ ਸੈਨ ਮੀਤ ਜੀ, ਜਿਨ੍ਹਾਂ ਨੇ ਨਾਵਲ ਖੇਤਰ ਦੇ ਵਿੱਚ ਆਪਣਾ ਇੱਕ ਖਾਸ ਨਾਂ ਬਣਾਇਆ ਅਤੇ ਸਾਹਿਤ ਅਕੈਡਮੀ ਪੁਰਸਕਾਰ ਵੀ ਉਹਨਾਂ ਨੂੰ ਮਿਲਿਆ। ਇਸ ਤੋਂ ਇਲਾਵਾ ਕਾਨੂੰਨ ਦੇ ਖੇਤਰ ਦੇ ਵਿੱਚ ਉਹਨਾਂ ਦਾ ਲੰਮਾ ਤਜਰਬਾ ਹੈ ਅਤੇ ਆਪਣੀ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਭਾਵਨਾਵਾਂ ਅਤੇ ਸੇਵਾਵਾਂ ਨੂੰ ਉਹ ਪੂਰੀ ਤਰ੍ਹਾਂ ਸਮਰਪਿਤ ਨੇ। ਸੋ ਅੱਜ ਸਮੂਹ ਦਰਸ਼ਕਾਂ ਦੇ ਅੱਜ ਰੂਬਰੂ ਕਰਾ ਰਹੇ ਹਾਂ ਮਿੱਤਰ ਸੈਨ ਮੀਤ ਜੀ ਨੂੰ। ਸਮੂਹ ਸਰੋਤਿਆਂ ਦੇ ਵੱਲੋਂ, ਦਰਸ਼ਕਾਂ ਵੱਲੋਂ ਮੀਤ ਜੀ ਤੁਹਾਨੂੰ ਬੜੇ ਸਤਿਕਾਰ ਸਹਿਤ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਕਿ ਜਦੋਂ ਤੁਸੀਂ ਪੰਜਾਬ ਤੋਂ ਕੈਨੇਡਾ ਵੱਲ ਨੂੰ ਚੱਲੇ ਹੋ, ਇਹਦਾ ਜਿਹੜਾ ਮੁੱਖ ਮਨੋਰਥ ਤੁਹਾਡਾ, ਉਦੇਸ਼ ਕੀ ਹੈ, ਅਤੇ ਪਹਿਲੀ ਵਾਰ ਤੁਸੀਂ ਵੈਨਕੂਵਰ ਦੀ ਧਰਤੀ 'ਤੇ ਆਏ ਹੋ ਅਤੇ ਇੱਥੇ ਆ ਕੇ ਇੱਥੇ ਵੱਸਦੇ ਪੰਜਾਬ ਦੇ ਤੁਹਾਡੇ ਜਿਹੜੇ ਖਿਆਲਾਤ, ਅਨੁਭਵ ਨੇ ਉਹ ਸਾਂਝੇ ਕਰੋ। ਇੱਥੇ ਜਦੋਂ ਆਉਣ ਦਾ ਪ੍ਰੋਗਰਾਮ ਬਣਿਆ ਤਾਂ ਦੋ ਉਦੇਸ਼ ਮੇਰੇ ਜਿਹਨ 'ਚ ਸੀਗੇ ਜੀ। ਪਹਿਲਾਂ ਤਾਂ ਇਹ, ਜਿਸ ਸੰਸਥਾ ਨੇ ਉੱਦਮ ਕਰਕੇ ਪੰਜਾਬੀ ਮਾਂ ਬੋਲੀ ਹੈ ਜਿਹੜੀ ਸਾਡੀ, ਜਿਹੜੀ ਪੰਜਾਬ ਦੇ ਵਿੱਚ ਵਿਸਰ ਰਹੀ ਹੈ, ਉਸ ਨੂੰ ਦੁਬਾਰਾ ਬਣਦਾ ਸਥਾਨ ਦਿਵਾਉਣ ਲਈ ਜੋ ਕਨਵੈਨਸ਼ਨ ਰੱਖੀ ਹੈ ਉਹਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦਾ ਉਦੇਸ਼ ਸੀਗਾ, ਉਹ ਮੁੱਖ ਉਦੇਸ਼ ਉਹੀ ਸੀ। ਅਤੇ ਨਾਲ ਹੀ, ਕਿਉਂਕਿ ਮੈਂ ਲੇਖਕਾਂ ਮੁੱਢਲੇ ਤੌਰ 'ਤੇ ਬਚਪਨ ਤੋਂ ਹੀ ਮੈਂ ਲਿਖਦਾ ਰਿਹਾ, ਤਾਂ ਮੇਰੇ ਮਨ 'ਚ ਇਹ ਵੀ ਸੀ ਵੀ ਮੈਂ ਜੋ ਪੰਜਾਬ ਦੇ ਸਰੀ ਹੈ ਜਿਹੜਾ, ਜਾਂ ਟੋਰਾਂਟੋ ਹੈ, ਉਹਦਾ ਟੋਟਲੀ ਪੰਜਾਬ ਹੈ, ਸਾਰਾ ਕੁਛ ਇੱਥੇ ਆ ਕੇ ਵੀ ਲੱਗਿਆ ਵੀ ਹਾਂ ਇੱਥੇ ਪੰਜਾਬ 'ਚ ਹੀ ਫਿਰਦੇ ਹਾਂ, ਹਾਂ ਵਧੀਆ ਸੋਹਣੇ ਪੰਜਾਬ 'ਚ ਫਿਰਦੇ ਹਾਂ, ਅਦਰਵਾਈਜ਼ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਮੈਨੂੰ ਨਜ਼ਰ ਨਹੀਂ ਆਈ ਜਿਹੜੀ ਪੰਜਾਬ ਵਾਲੀ ਨਾ ਹੋਵੇ। ਬਜ਼ੁਰਗ ਵੀ, ਸਾਡੀਆਂ ਮਾਤਾ, ਗੁਰਦੁਆਰਾ ਸਾਹਿਬ ਵੀ ਦੇਖਿਆ, ਸਾਰਾ ਕੁਛ ਜਿਹੜਾ, ਹਾਂ ਕੁੜਤੇ ਪਜਾਮੇ ਪਾਏ ਆ, ਨੀਲੀਆਂ ਪੱਗਾਂ ਬੰਨੀਆਂ, ਮਾਤਾਵਾਂ ਨੇ ਉਹੀ ਕਮੀਜ਼ ਸਲਵਾਰਾਂ ਪਾਈਆਂ, ਲੱਗਦਾ ਹੀ ਨਹੀਂ ਕਿਸੇ ਵੀ ਐਂਗਲ ਤੋਂ, ਨਹੀਂ ਲੱਗਦਾ ਵੀ ਅਸੀਂ ਪੰਜਾਬ ਤੋਂ ਬਾਹਰ ਕੈਨੇਡਾ 'ਚ ਫਿਰਦੇ ਹਾਂ। ਉਹ ਸੀ ਮਨ 'ਚ ਵੀ ਜਿਹੜਾ ਪੰਜਾਬ ਹੈ, ਜਿਹੜਾ ਮਿਹਨਤੀ ਲੋਕਾਂ ਨੇ ਇੱਥੇ ਆ ਕੇ ਵਸਾਇਆ ਔਰ ਬਹੁਤ ਵਧੀਆ ਇੱਥੇ ਸਥਾਪਤੀ ਕਰ ਲਈ ਹੈ, ਹੁਣ ਹੋਰ ਉਚਾਈਆਂ ਛੋਹਣ ਲੱਗਿਆ ਹੋਇਆ, ਉਸ ਪੰਜਾਬ ਨੂੰ ਦੇਖਣਾ। ਅਤੇ ਦੂਜਾ, ਜਿਹੜੇ ਸਾਡੇ ਇੱਥੇ ਸਾਹਿਤਕਾਰ ਨੇ ਉਹਨਾਂ ਨੇ ਬਹੁਤ ਕੁਛ ਲਿਖਿਆ, ਜਿਹੜੇ ਇੱਧਰਲੇ ਪੰਜਾਬੀ ਆ ਕੇ ਇੱਧਰ ਨੂੰ ਪ੍ਰਵਾਸੀ ਕਹਿ ਦਿੰਦੇ, ਮੈਂ ਤਾਂ ਪ੍ਰਵਾਸੀ ਨਹੀਂ ਮੰਨਦਾ ਵੀ ਆ ਕੇ ਇੱਧਰ ਆਪਣੇ, ਉਸ ਲਈ ਵੀ ਉਹਨਾਂ ਦੀ ਕੀ ਜ਼ਿੰਦਗੀ ਇੱਧਰ ਹੈਗੀ ਆ, ਅਤੇ ਜਿਹੜੇ ਆਉਂਦੇ ਆ ਇੱਧਰ ਆਉਣ ਲਈ ਉਹਨਾਂ ਨੂੰ ਕੀ ਯਤਨ ਕਰਨੇ ਪੈਂਦੇ ਆ, ਉਹ ਕਿੰਨੀਆਂ ਮੁਸ਼ਕਲਾਂ 'ਚੋਂ ਲੰਘਦੇ ਆ, ਉਹਨਾਂ ਬਾਰੇ ਲਿਖਿਆ। ਤਾਂ ਮੇਰੇ ਦਿਮਾਗ 'ਚ ਇਹ ਗੱਲ ਸੀ ਵੀ ਕੁਛ ਗੱਲਾਂ ਹਾਲੇ ਉਹ ਨਹੀਂ ਲਿਖ ਰਹੇ, ਤਾਂ ਮੈਂ ਜਾ ਕੇ ਉੱਥੇ ਇੱਕ, ਜੇ ਹੋ ਸਕਿਆ ਤਾਂ ਖੋਜ ਕਰਾਂ, ਔਰ ਉਹ ਗੱਲ ਨਵੀਂ ਹੈ। ਜਿਵੇਂ ਇੱਕੋ ਹੀ ਧਾਰ ਲੈ ਕੇ ਮੈਂ ਗੱਲ ਇਹਨੂੰ ਸਮਾਪਤ ਕਰਦਾ, ਉਹ ਇਹ ਵੀ ਜਿਹੜੀ ਚੌਥੀ ਪੀੜ੍ਹੀ ਦੇ ਬੱਚੇ ਹੈ, ਪਹਿਲੀ ਪੀੜ੍ਹੀ ਦੇ ਬਾਰੇ ਬਹੁਤ ਕੁਛ ਲਿਖਿਆ ਜਾ ਰਿਹਾ, ਦੂਜੀ ਬਾਰੇ ਵੀ ਲਿਖਿਆ, ਤੀਜੀ ਬਾਰੇ ਥੋੜ੍ਹਾ ਲਿਖਿਆ, ਮੈਂ ਨਹੀਂ ਪੜ੍ਹਿਆ, ਬਹੁਤ ਘੱਟ ਪੜ੍ਹਦਾ, ਮੈਂ ਘੱਟ ਪੜ੍ਹਿਆ ਹੈ, ਪਰ ਚੌਥੀ ਪੀੜ੍ਹੀ ਦੀ ਜਿਹੜੀ ਜਨਰੇਸ਼ਨ ਹੈ ਉਹਦੇ ਬਾਰੇ ਕਦੇ ਮੈਂ ਨਹੀਂ ਪੜ੍ਹਿਆ ਕੁਛ ਵੀ। ਅਤੇ ਦੂਜਾ, ਇੱਧਰ ਜਿਹੜੇ ਵੱਡੀਆਂ ਵੱਡੀਆਂ ਆਪਾਂ ਉਸਾਰੀਆਂ ਕਰੀਆਂ, ਪ੍ਰਾਪਤੀਆਂ ਕੀਤੀਆਂ ਪੰਜਾਬੀਆਂ ਨੇ, ਉਹਨਾਂ ਨੇ ਕੀ ਯਤਨ ਕੀਤੇ, ਕਿਹੜੀ ਕਿਹੜੀਆਂ ਸਟੇਜਾਂ 'ਤੇ ਸਟਰਗਲ ਕਰਕੇ ਉੱਚਾ ਸਥਾਨ ਪ੍ਰਾਪਤ ਕੀਤਾ, ਉਹਦੇ ਬਾਰੇ ਮੈਂ ਨਹੀਂ ਪੜ੍ਹਿਆ। ਅਤੇ ਤੀਜਾ ਸੀ ਜੀ ਵੀ ਸਾਡੇ ਇੱਥੇ ਇੱਕ ਨਾਲ ਇੰਗਲਿਸ਼ ਲੋਕ ਨੇ ਜਾਂ ਹੋਰ ਕਮਿਊਨਿਟੀਜ਼ ਨੇ, ਹੋਰ ਦੇਸ਼ਾਂ ਤੋਂ ਆ ਕੇ ਵਸੇ ਹੈ, ਪਾਕਿਸਤਾਨੀਆਂ ਦਾ ਜ਼ਿਕਰ ਪੜ੍ਹਦੇ ਹਾਂ,
ਜਿਹੜੇ ਕੋਰੀਅਨ ਹੈ, ਕੋਈ ਚੀਨੀ ਹੈ, ਉਹਨਾਂ ਨਾਲ ਸਾਡਾ ਕੀ ਵਿਵਹਾਰ ਹੈ ਜਾਂ ਉਹ ਕਿਸ ਤਰ੍ਹਾਂ ਦਾ ਸਾਨੂੰ ਸਮਝਦੇ ਨੇ, ਜਾਂ ਕੀ ਅੰਗਰੇਜ਼ ਨੇ ਜਿਹੜੇ ਉਹ ਹਲੇ ਵੀ ਸਾਨੂੰ ਇੰਡੀਅਨ ਹੀ ਸਮਝਦੇ ਨੇ। ਇੱਦਾਂ ਦੀਆਂ ਮੇਰੇ ਗੱਲਾਂ ਸੀ, ਕਈ ਪ੍ਰਸ਼ਨ ਸੀ ਜਿਹੜੇ ਮੈਂ ਚਾਹੁੰਦਾ ਸੀਗਾ ਵੀ ਨਾਲ ਦੀ ਨਾਲ ਮੈਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੈ ਕੇ ਇੱਕ ਹੋਰ ਜਿਹੜੀ ਨਾਵਲ ਦੀ ਸਿਰਜਣਾ ਜਿਹੜੀ ਉਹ ਕਰਨੀ ਹੈ। ਤਾਂ ਮੈਂ ਦੋ ਉਦੇਸ਼ ਲੈ ਕੇ ਆਇਆ, ਇੱਕ ਆਪਣੀ ਮਾਂ ਬੋਲੀ ਜੋ ਪੰਜਾਬ ਦੇ ਵਿੱਚੋਂ ਵਿਸਾਰ ਦਿੱਤੀ ਗਈ ਹੈ, ਉਸ ਨੂੰ ਜੇ ਹੋ ਸਕੇ ਤਾਂ ਮੁੜ ਕੇ ਰਾਜ ਮਾਤਾ ਦਾ, ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਇਹ ਯਤਨ ਕਰਨੇ, ਔਰ ਇੱਥੋਂ ਉਹ ਆਰੰਭਨੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਜਿਹੜੇ ਯਤਨ ਹੋ ਰਹੇ ਨੇ, ਨਾ ਹੀ ਨਾ ਵਾਤਰ ਨੇ। ਅਤੇ ਇੱਥੋਂ ਮੈਨੂੰ ਲੱਗਦਾ ਵੀ ਜਿਵੇਂ ਅਸੀਂ ਗਦਰੀ ਬਾਬਿਆਂ ਨੇ ਆਜ਼ਾਦੀ ਦੀ ਲੜਾਈ ਲੜੀ, ਤਾਂ ਸ਼ਾਇਦ ਇੱਥੋਂ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ ਉਹਦਾ ਆਰੰਭ ਵੀ ਜਿਹੜਾ ਹੈਗਾ ਇੱਥੋਂ ਹੋ ਸਕੇ, ਇਹ ਆਸ ਨਾਲ। ਅਤੇ ਕਿਉਂ ਹੋ ਸਕੇ, ਕੀ ਕਾਰਨ ਨੇ ਪੰਜਾਬੀ ਦੇ ਪਿੱਛੇ ਜਾਣ ਦੇ, ਉਹਨਾਂ ਦੀ ਮੈਂ ਰਿਸਰਚ 3 ਸਾਲ ਲਾ ਕੇ ਕੀਤੀ ਹੈ, ਔਰ ਉਹ ਗੱਲਾਂ ਇੱਥੋਂ ਦੇ ਪੜ੍ਹੇ ਲਿਖੇ ਸਿਆਣੇ ਜਿਹੜੇ ਬੁੱਧੀਜੀਵੀ ਹੈ ਜੀ ਉਹਨਾਂ ਨਾਲ ਸਾਂਝੀਆਂ ਕਰਨ ਲਈ ਦੇ ਉਦੇਸ਼ ਨਾਲ ਮੈਂ ਇੱਥੇ ਆਇਆ। ਬਹੁਤ ਚੰਗਾ ਉੱਦਮ ਹੈ ਜੀ, ਬਹੁਤ ਇਸ ਗੱਲ ਲਈ ਸ਼ੁਭਕਾਮਨਾਵਾਂ ਤੁਹਾਨੂੰ। ਵੈਸੇ ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ, ਫੈਡਰੇਸ਼ਨ ਆਫ ਸਿੱਖਸ, ਇਹਨਾਂ ਦੇ ਵੱਲੋਂ ਜਿਹੜੀਆਂ 4 ਕਾਨਫਰੰਸਾਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੇ ਵਿੱਚ ਵੈਨਕੂਵਰ ਦੇ ਵਿੱਚ, ਐਡਮਿੰਟਨ, ਕੈਲਗਰੀ, ਵਿਨੀਪੈਗ, ਇਸ ਦੇ ਵਿੱਚ ਮਿੱਤਰ ਸੈਨਮੀਤ ਜੀ ਤੁਸੀਂ ਪਹੁੰਚੇ ਹੋ। ਇਸ ਸੰਬੰਧ ਵਿੱਚ ਤਾਂ ਤੁਸੀਂ ਦੱਸਤਾ, ਤੁਸੀਂ ਆਪਣੇ ਬਾਰੇ ਜ਼ਰੂਰ ਦੱਸੋ। ਤੁਹਾਡੇ ਲਿਖਤ, ਤੁਹਾਡੇ ਨਾਵਲ ਬੜੇ ਮਸ਼ਹੂਰ ਨੇ। ਮੈਨੂੰ ਯਾਦ ਹੈ ਕਿ ਕਾਨੂੰਨ ਦੇ ਖੇਤਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੁਹਾਡੇ ਵੱਲੋਂ ਇਹ ਕੀਤਾ ਗਿਆ ਪੰਜਾਬੀ 'ਚ ਉੱਦਮ, ਤਫਤੀਸ਼, ਕਟਹਿਰਾ, ਸੁਧਾਰ ਘਰ, ਕੌਰਬ ਸਭਾ, ਇਹ ਇੱਕ ਲੜੀ ਦੇ ਵਿੱਚ ਨੇ, ਤੁਸੀਂ ਬਿਹਤਰ ਦੱਸ ਸਕਦੇ ਹੋ। ਪਰ ਤੁਹਾਡਾ ਸਾਹਿਤਕ ਸਫ਼ਰ ਕਿਵੇਂ ਸ਼ੁਰੂ ਹੋਇਆ, ਪੰਜਾਬ ਦੇ ਕਿਸ ਖਿੱਤੇ ਨਾਲ ਸੰਬੰਧਿਤ ਹੋ, ਅਤੇ ਇੰਨਾ ਪੰਜਾਬੀ ਦੇ ਪ੍ਰਤੀ ਦਿਲਚਸਪੀ ਇੱਕ ਕਾਨੂੰਨ ਦੇ ਵਿਦਿਆਰਥੀ ਹੋਣ ਦੇ ਨਾਤੇ ਤੁਹਾਡੀ ਜਿਵੇਂ ਬਣੀ ਹੈ, ਥੋੜ੍ਹਾ ਇਸ 'ਤੇ ਜਾਣਨਾ ਪਾਓ। ਮੈਂ ਤੁਹਾਡੇ ਜਿਹੜੀ ਅਖੀਰੀ ਜਿੱਥੋਂ ਗੱਲ ਛੱਡੀ ਉੱਥੋਂ ਸ਼ੁਰੂ ਕਰਦਾ, ਮੈਂ ਕਾਨੂੰਨ ਦਾ ਵਿਦਿਆਰਥੀ ਬਾਅਦ 'ਚ ਬਣਿਆ। ਮੈਂ ਬਰਨਾਲੇ ਦੀ ਧਰਤੀ 'ਚ ਅਸੀਂ ਵੱਡੇ ਹੋਏ ਹਾਂ, ਜਨਮ ਮੇਰਾ ਨਾਲ ਦੇ ਇੱਕ ਪਿੰਡ ਦਾ, ਪਰ ਫਾਦਰ ਸਾਹਿਬ ਮੇਰੇ ਪਟਵਾਰੀ ਸੀ, ਉਹ ਬਦਲੀਆਂ ਉਹਨਾਂ ਦੇ ਨਾਲ ਹੁੰਦੀਆਂ ਸੀ, ਪਰਿਵਾਰ ਨਾਲ ਰਹਿੰਦਾ ਸੀਗਾ ਜੀ। ਅਤੇ ਮੈਂ ਜਨਮ ਮੇਰਾ ਪਿੰਡ ਦਾ, ਪਰ ਅਸੀਂ ਬਾਅਦ ਦੇ ਵਿੱਚ ਜਦੋਂ ਮੈਂ 6ਵੀਂ 7ਵੀਂ 'ਚ ਪੜ੍ਹਦਾ ਸੀ ਅਸੀਂ ਬਰਨਾਲੇ ਆ ਕੇ ਰਹਿਣ ਲੱਗ ਗਏ। ਬਰਨਾਲਾ ਜਿਹੜਾ ਹੈਗਾ ਉਹ ਲੇਖਕਾਂ ਦਾ ਮੱਕਾ ਗਿਣਿਆ ਜਾਂਦਾ, ਉੱਥੇ ਘੱਟੋ ਘੱਟ 100 ਲੇਖ ਅੱਜ ਵੀ ਅਜੇ ਹੈ ਜਿਹਦੀ ਘੱਟੋ ਘੱਟ ਇੱਕ ਕਿਤਾਬ ਛਪੀ ਹੈ। ਔਰ ਦੂਜੀ ਖੂਬੀ ਉਸ ਇਲਾਕੇ ਦੀ ਇਹ ਹੈ ਵੀ ਉੱਥੇ ਕਵੀ ਨਹੀਂ ਇਕੱਲੇ, ਉੱਥੇ ਹਰ ਤਰ੍ਹਾਂ ਦੀ ਵੰਨਗੀ 'ਚ ਲਿਖਦੇ ਆ, ਨਾਵਲਕਾਰ ਨੇ, ਕਹਾਣੀਕਾਰ ਨੇ, ਕਵੀ ਤਾਂ ਹੈ ਹੀ, ਆਲੋਚਕ ਵੀ ਨੇ, ਹਰ ਤਰ੍ਹਾਂ ਦੀ ਵੰਨਗੀ 'ਚ ਨਾਟਕਕਾਰ ਨੇ, ਉੱਥੇ ਲਿਖਿਆ ਜਾਂਦਾ, ਸਾਹਿਤਕ ਮੈਗਜ਼ੀਨ ਨਿਕਲਦੇ ਆ। ਤਾਂ ਸਾਨੂੰ 8ਵੀਂ 9ਵੀਂ 'ਚ ਪੜ੍ਹਦੇ ਹੀ ਮਸ ਲੱਗੀ ਵੀ ਜਿਵੇਂ ਸਾਡੇ ਟੀਚਰ ਨੇ, ਇਹਨਾਂ ਦਾ ਇੰਨਾ ਮਾਣ ਸਨਮਾਨ ਹੁੰਦਾ, ਇਹਨਾਂ ਦੇ ਹਰ ਰੋਜ਼ ਅਖਬਾਰਾਂ 'ਚ ਛਪਦੀਆਂ ਰਚਨਾਵਾਂ ਇੰਨਾ ਹੁੰਦਾ, ਅਤੇ ਅਸੀਂ ਵੀ ਕੁਛ ਲਿਖੀਏ। ਕਿਹੜੇ ਅਧਿਆਪਕ ਤੁਹਾਡੇ ਖਾਸ ਤੌਰ 'ਤੇ ਜ਼ਿਕਰ? ਉਹ ਅਧਿਆਪਕ ਮੇਰਾ ਉਸ ਟਾਈਮ 'ਚ ਇੰਦਰ ਸਿੰਘ ਖਮੋਜ ਜੀ ਸੀਗੇ, ਉਹ ਵੀ ਬੜੇ ਵੱਡੇ ਨਾਵਲਕਾਰ ਨੇ, ਬੜੇ ਵਧੀਆ, ਉਹਨਾਂ ਦਾ ਬੜਾ ਮਸ਼ਹੂਰ ਨਾਵਲ ਜ਼ਿਕਰ ਕੀਤਾ, ਉਹ ਕਿਤਾਬਾਂ 'ਚ ਲੱਗਿਆ ਰਿਹਾ, ਉਹਨਾਂ ਦਾ ਵੀ ਲੱਗਿਆ ਰਿਹਾ ਕਿਸੇ ਟਾਈਮ, ਤੁਹਾਡੇ ਤਾਂ ਆਪਣੇ ਖੈਰ। ਹਾਂ ਨਹੀਂ, ਮੈਂ ਉਹਦਾ ਬੜੀ ਜ਼ਿਕਰਯੋਗ ਗੱਲ ਬਰਨਾਲੇ ਬਾਰੇ ਵੀ, ਇੱਕ ਸਥਿਤੀ ਉਹ ਸੀ, ਇੱਕ ਟਾਈਮ ਉਹ ਸੀ ਜਦੋਂ ਬਰਨਾਲੇ ਦੇ 4 ਨਾਵਲਕਾਰ ਹਾਂਜੀ ਸਿਲੇਬਸਾਂ 'ਚ ਲੱਗੇ ਹੋਏ ਸੀ, ਔਰ ਅੱਡ ਅੱਡ ਯੂਨੀਵਰਸਿਟੀਆਂ 'ਚ ਲੱਗੇ ਹੋਏ ਸੀ। ਮੈਂ ਨਾਂ ਦੱਸਾਂ, ਮੇਰਾ ਲੱਗਿਆ ਹੋਇਆ ਸੀਗਾ, ਰਾਮ ਸਰੂਪ ਅਣਖੀ ਜੀ ਦਾ ਲੱਗਿਆ ਹੋਇਆ ਸੀਗਾ, ਓਮ ਪ੍ਰਕਾਸ਼ ਗਾਸੋ ਦਾ ਲੱਗਿਆ ਹੋਇਆ ਸੀਗਾ, ਔਰ ਇੰਦਰ ਸਿੰਘ ਖਮੋਸ਼ ਜੀ ਦਾ ਲੱਗਿਆ ਹੋਇਆ ਸੀ। ਇਹ ਮੇਰਾ ਖਿਆਲ ਹੈ, ਮੈਂ ਤਾਂ ਨਹੀਂ ਸਮਝਦਾ ਵੀ ਕਿਸੇ ਵੀ ਸ਼ਹਿਰ ਨੂੰ ਇਹ ਮਾਨ ਪ੍ਰਾਪਤ ਹੋਇਆ ਹੋਵੇ, ਔਰ ਛੋਟੇ ਜਿਹੇ ਸ਼ਹਿਰ ਨੂੰ, ਈਵਨ ਲੁਧਿਆਣੇ ਦੇ ਵਿੱਚ ਜਿਹੜਾ ਵੱਡੀ ਸਭ ਤੋਂ ਵੱਡਾ ਪਾਪੂਲੇਟਡ ਏਰੀਆ, ਉੱਥੇ ਵੀ ਇਹ ਮਾਨ ਹਾਸਲ ਨਹੀਂ ਹੈ ਵੀ 4 ਨਾਵਲਕਾਰ ਲੱਗੇ ਹੋਣ ਇੱਕੋ ਸਮੇਂ। ਇਸ ਤਰ੍ਹਾਂ ਦੀ ਧਰਤੀ 'ਚ ਸਾਡਾ ਜਦੋਂ ਜਨਮ ਹੋਇਆ,
ਯਾਨਕੀ ਸਾਹਿਬ ਸੀ, ਓਮ ਪ੍ਰਕਾਸ਼ ਗਾਸੋ ਜੀ ਸੀ, ਇਹ ਲਿਖਦੇ ਸੀ ਬਹੁਤ। ਸਾਡੇ ਤਾਂ ਅਧਿਆਪਕ ਨਹੀਂ ਸੀ, ਆਲੇ ਦੁਆਲੇ ਪਿੰਡਾਂ 'ਚ ਲੱਗੇ ਸੀ, ਪਰ ਅਧਿਆਪਕ ਹੋਣ ਕਰਕੇ ਪਤਾ ਲੱਗਦਾ ਸੀ ਵੀ ਯਾਨਕੀ ਜੀ ਨੇ, ਗਾਸੋ ਜੀ ਨੇ, ਇਹ ਅੱਜ ਆਇਆ ਅਖਬਾਰ ਛਪ ਗਏ, ਫੋਟੋ ਛਪੀ ਉਹਦਾ, ਅਤੇ ਉਹ ਪ੍ਰੇਰਨਾ ਮਿਲੀ। ਤਾਂ ਮੈਂ ਪਹਿਲੀ ਕਹਾਣੀ ਲਿਖੀ, ਬਾਲ ਕਹਾਣੀ, ਔਰ ਉਹ ਮਾਣ ਪ੍ਰਾਪਤ ਹੋਇਆ ਮੈਨੂੰ ਵੀ ਬਾਲ ਸੰਦੇਸ਼ ਪ੍ਰੀਤਲੜੀ ਵਾਲਾ ਸੀਰੀਜ਼ 'ਚ ਨਿਕਲਦਾ ਸੀ, ਔਰ ਉਦੋਂ ਨਵਤੇਜ ਸਿੰਘ ਜੀ ਜਿਹੜੇ ਖੁਦ ਐਡੇ ਵੱਡੇ ਸੰਪਾਦਕ ਕਹਾਣੀਕਾਰ ਸੀ, ਉਹ ਸੰਪਾਦਕ ਸੀਗੇ, ਔਰ ਉਹ ਮੇਰੀ ਕਹਾਣੀ ਛਪੀ ਉਹਦੇ ਵਿੱਚ, ਬਾਲ ਸੰਦੇਸ਼ ਦੇ ਵਿੱਚ, ਪਹਿਲੀ ਕਹਾਣੀ, ਪਹਿਲੀ ਰਚਨਾ। ਤਾਂ ਕਿਉਂਕਿ ਮਾਹੌਲ ਉੱਥੇ ਸਾਹਿਤਕ ਹੈ, ਅੱਜ ਕੱਲ੍ਹ ਦਾ ਸ਼ਾਇਦ ਬੱਚੇ ਨੂੰ ਤਾੜਨਾ ਹੀ ਲੱਗ ਜਾਣ ਵੀ ਤੂੰ ਕਿੱਧਰਲਾ ਟਾਈਮ ਖਰਾਬ ਕਰਦਾ, ਜਿਵੇਂ ਸਾਡੇ ਪੰਜਾਬ ਦੇ ਅੰਗਰੇਜ਼ੀ ਸਕੂਲਾਂ 'ਚ ਹੁੰਦਾ ਵੀ ਪੰਜਾਬੀ ਵਾਲੇ ਬੱਚਿਆਂ ਨੂੰ ਕਹਿੰਦੇ ਬੋਲਣਾ ਨਹੀਂ, ਤੁਹਾਡੇ ਕਾਲਾ ਟਿੱਕਾ ਲਾ ਦਿਆਂਗੇ, ਤੁਹਾਨੂੰ ਜੁਰਮਾਨਾ ਕਰ ਦਿਆਂਗੇ। ਪਰ ਉਸ ਟਾਈਮ ਜਦੋਂ ਮੇਰੀ ਕਹਾਣੀ ਛਪੀ ਅਤੇ ਮੇਰੇ ਅਧਿਆਪਕਾਂ ਨੂੰ ਪਤਾ ਲੱਗਿਆ, ਉਹਨਾਂ ਨੇ ਉਦੋਂ ਮੋਰਨਿੰਗ ਅਸੈਂਬਲੀ ਹੁੰਦੀ, ਉੱਥੇ ਮੈਨੂੰ ਬੁਲਾਇਆ, ਉਹਦੇ ਸਨਮਾਨ ਕੀਤਾ, ਬੜਾ ਮਤਲਬ ਉੱਥੇ ਮੇਰੇ ਬਾਰੇ ਬੋਲਿਆ ਗਿਆ, ਹੋਰ ਉਤਸ਼ਾਹ ਮਿਲਿਆ, ਇਹ ਬਹੁਤ ਕੀ ਬਹੁਤ ਵਧੀਆ ਗੱਲ ਹੈ। ਤਾਂ ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ। ਜਦੋਂ ਮੈਂ ਕਾਲਜ 'ਚ ਆਇਆ ਬਰਨਾਲੇ, ਤਾਂ ਉਦੋਂ ਨਕਸਲਾਈਟ ਮੂਵਮੈਂਟ ਸੀ ਜਿਹੜੀ, ਉਹ ਜ਼ੋਰ 'ਤੇ ਸੀਗੀ, ਅਤੇ ਕੁਝ ਸਾਡੇ ਸਾਥੀ ਇਸ ਮੂਵਮੈਂਟ 'ਚ ਜੁੜ ਗਏ ਸੀ, ਅਤੇ ਅੰਡਰਗਰਾਊਂਡ ਵੀ ਹੋ ਗਏ ਸੀ, ਬਾਹਰ ਹੋਸਟਲ ਦੇ ਵਿੱਚ ਇਹੋ ਜਿਹੀਆਂ ਮੀਟਿੰਗਾਂ ਵੀ ਹੁੰਦੀਆਂ ਸੀ। ਤਾਂ ਮੈਂ ਲਿਖਦਾ ਤਾਂ ਸੀਗਾ ਹੀ, ਅਤੇ ਮੇਰਾ ਉਹਨਾਂ ਨਾਲ ਸੰਪਰਕ ਹੋਇਆ, ਗੁਰਸ਼ਰਨ ਭਾਅ ਜੀ ਉਹਨਾਂ ਦਿਨਾਂ 'ਚ ਪੂਰੇ ਐਕਟਿਵ ਸੀ, ਇਸ ਮੂਵਮੈਂਟ ਨੂੰ ਲੀਡ ਕਰ ਰਹੇ ਸੀ, ਉਹ ਨਾਟਕਾਂ ਦੇ ਨਾਲ ਨਾਲ ਉਹ ਸਰਦਲ ਜਿਹੜਾ ਰਸਾਲਾ ਉਹ ਕੱਢਦੇ ਸੀ। ਤਾਂ ਮੇਰੇ ਜਿਹੜੇ ਸਾਥੀ ਸੀ ਨਕਸਲਾਈਟ ਮੂਵਮੈਂਟ ਵਾਲੇ, ਉਹਨਾਂ ਨੇ ਕਿਹਾ ਵੀ ਸਰਦਲ 'ਚ ਲਿਖਿਆ ਕਰੋ। ਮੈਂ ਉਹ ਕਹਾਣੀਆਂ ਉਸ ਵਿਚਾਰਧਾਰਾ ਨਾਲ ਲਿਖਣੀਆਂ ਸ਼ੁਰੂ ਕੀਤੀਆਂ, ਗੁਰਸ਼ਰਨ ਭਾਅ ਜੀ ਨੇ ਉਹਨਾਂ ਨੂੰ ਬੜੇ ਹਾਈਲਾਈਟ ਕਰਕੇ ਛਾਪਿਆ, ਔਰ ਮੈਂ ਹੋਰ ਇੱਕ ਸਰਕਲ ਦੇ ਵਿੱਚ, ਪ੍ਰੋਗਰੈਸਿਵ ਸਰਕਲ 'ਚ ਬਤੌਰ ਕਹਾਣੀਕਾਰ ਮੇਰੀ ਸਥਾਪਤੀ ਹੋਈ। ਔਰ ਇੱਕ ਗੱਲ ਇਸੇ ਕਾਲਜ ਟਾਈਮ ਦੀ, ਮੈਂ ਪਹਿਲਾ ਨਾਵਲ ਸੀ ਜਿਹੜਾ ਮੇਰਾ, ਉਹ ਅੱਗ ਦੇ ਬੀਜ ਛਪਿਆ 1971 'ਚ, ਜਦੋਂ ਮੈਂ ਹਲੇ BA ਦਾ ਵਿਦਿਆਰਥੀ ਸੀ, ਔਰ ਉਹ ਨਾਵਲ ਗੁਰਸ਼ਰਨ ਭਾਅ ਜੀ ਨੇ ਛਾਪਿਆ। ਉਹਨਾਂ ਵੱਲੋਂ ਇੱਕ ਐਡੇ ਹੰਝੇ ਮੰਝੇ ਸਿਧਾਂਤਕਾਰ ਵੱਲੋਂ ਕੋਈ ਪੁਸਤਕ ਨੂੰ ਛਾਪਣਾ ਬਹੁਤ ਵੱਡੀ ਗੱਲ ਸੀ, ਅਤੇ ਉਦੋਂ ਹਲੇ ਬਲਰਾਜ ਸਾਹਨੀ ਪ੍ਰਕਾਸ਼ਨ ਵੀ ਉਹਨਾਂ ਨੇ ਨਹੀਂ ਸ਼ੁਰੂ ਕੀਤਾ, ਇਹ ਸ਼ਾਇਦ ਮੇਰੀ ਪੁਸਤਕ ਸ਼ੁਰੂ ਕਰਨ ਲਈ ਉਹਨਾਂ ਨੇ ਸਾਹਿਤ ਕਲਾ ਕੇਂਦਰ ਸੀ ਉਹਦੇ ਵੱਲੋਂ ਛਾਪਿਆ ਹੈ। ਉਸ ਨਾਵਲ ਦੀ ਵੀ ਉਸ ਟਾਈਮ ਚਰਚਾ ਹੋਈ ਜਿਵੇਂ ਉਹ ਕਹਾਣੀ ਦੀ ਹੋਈ, ਉਸ ਨਾਵਲ ਨੂੰ ਨਕਸਲਾਈਟ ਮੂਵਮੈਂਟ ਦਾ ਪਹਿਲਾ ਨਾਵਲ ਕਿਹਾ ਗਿਆ, ਮਾਣ ਪ੍ਰਾਪਤ ਹੋਇਆ। ਹਾਂਜੀ, ਇਹ ਮੇਰਾ ਇੰਨਾ ਕੁ ਸਫ਼ਰ ਸੀ ਸਟੂਡੈਂਟ ਲਾਈਫ ਦਾ, ਜਿਹਦੇ 'ਚ ਮੈਂ ਕੁਝ ਕਹਾਣੀਆਂ, ਕੁਝ ਦੋ ਨਾਵਲ ਲਿਖੇ, ਇੱਕ ਹੋਰ ਲਿਖਿਆ, ਉਹਦੀ ਗੱਲ ਫਿਰ ਕਰਦੇ ਹਾਂ। ਉਸ ਤੋਂ ਬਾਅਦ ਮੈਂ LLB ਕਰ ਲਈ, ਚੰਡੀਗੜ੍ਹ ਚਲਾ ਗਿਆ। ਠੀਕ, ਮੂਵਮੈਂਟ ਵੀ ਦੱਬ ਗਈ ਇਹ, ਅਤੇ ਉਤਸ਼ਾਹ ਵੀ ਖਤਮ ਹੋ ਗਿਆ। LLB ਕੀਤੀ, 2 ਸਾਲ ਵਕਾਲਤ ਕੀਤੀ, ਜਦੋਂ ਮੈਂ ਵਕਾਲਤ ਤੋਂ ਬਾਅਦ ਮੈਨੂੰ ਮੌਕਾ ਮਿਲ ਗਿਆ ਸਰਕਾਰੀ ਵਕੀਲ 'ਚ, ਮੈਨੂੰ ਨੌਕਰੀ ਮਿਲ ਗਈ। ਹਾਂਜੀ, ਸਰਕਾਰੀ ਵਕੀਲ ਹੈ ਜਿਹੜਾ, ਉਹ ਪੁਲਿਸ ਦਾ ਵਕੀਲ ਹੁੰਦਾ, ਅਤੇ ਨਾਲ ਅਦਾਲਤ ਦਾ ਕੜੀ ਹੁੰਦੀ ਹੈ ਇੱਕ ਦੋਨਾਂ ਦੀ, ਅਦਾਲਤ ਪੁਲਿਸ ਨੂੰ ਰੀਪ੍ਰਜੈਂਟ ਕਰਨਾ। ਪੁਲਿਸ ਦਾ ਮਤਲਬ ਅਦਰਵਾਈਜ਼ ਤਾਂ ਹੈ ਵਿਕਟਮ ਦਾ, ਵਿਕਟਮ ਪੁਲਿਸ ਦੇ ਵਿਕਟਮ ਦੀ ਫੇਵਰ ਕਰਨੀ ਹੁੰਦੀ, ਕੋਈ ਕਤਲ ਹੋ ਗਿਆ ਉਹਦਾ ਜਿਹੜਾ ਉਹਦੇ ਧਿਰ ਵਾਰਸ ਨੇ, ਕੋਈ ਲੜਕੀ ਨਾਲ ਰੇਪ ਹੋ ਗਈ ਉਹ ਵਿਕਟਮ ਹੈ, ਉਹਦਾ ਪੱਖ ਪੂਰਨਾ ਹੁੰਦਾ। ਤਾਂ ਮੇਰੀ ਡਿਊਟੀ ਵਿਕਟਮ ਦਾ ਪੱਖ ਪੂਰਨ ਦੀ ਸੀ, ਅਤੇ ਦੂਜਾ ਇੱਕ ਕੜੀ ਸੀ ਮੈਂ ਅਦਾਲਤ ਦੇ ਵਿੱਚ, ਅਤੇ ਉਹ ਅਤੇ ਇੱਕ ਤਾਂ ਪਹਿਲਾਂ ਹੀ ਚੇਤਨਤਾ, ਜਿਵੇਂ ਮੈਂ ਦੱਸਿਆ ਨਕਸਲਾਈਟ ਮੂਵਮੈਂਟ ਤੋਂ ਕੀ ਹੈ ਇਹ ਸਾਰਾ ਸਿਸਟਮ, ਉਹ ਦੂਸਰਾ LLB ਨਵੀਂ ਕਰਕੇ ਆਇਆ, ਉੱਥੇ ਜੋ ਪੜ੍ਹਾਇਆ ਜਾਂਦਾ ਵਕੀਲ ਦੇ ਫਰਜ਼ ਕੀ ਹੈ, ਕਾਨੂੰਨ ਦਾ ਫਰਜ਼ ਕੀ ਹੈ, ਸੱਚ ਬੋਲਣਾ, ਸੱਚ ਅੱਗੇ ਲਿਆਉਣਾ, ਵਕੀਲ ਨੇ ਸੱਚ ਅੱਗੇ ਲਿਆਉਣ ਲਈ ਕੋਰਟ ਦੀ ਮਦਦ ਕਰਨੀ, ਅਤੇ ਦੂਜੇ ਪਾਸੇ ਦੇਖਿਆ ਵੀ ਪੁਲਿਸ ਕੀ ਕਰ ਰਹੀ ਹੈ, ਉਲਟ ਆਪਣੀ ਡਿਊਟੀ, ਜਿਵੇਂ ਆਪਾਂ ਪਹਿਲਾਂ ਗੱਲ ਕਰੀਏ, ਇੱਕ ਪ੍ਰਿਵੈਂਟਿਵ ਹੈ ਡਿਊਟੀ ਪੁਲਿਸ ਦੀ, ਡਿਊਟੀ ਹੈ ਜੁਰਮ ਨਾ ਹੋਵੇ, ਇਹ ਡਿਊਟੀ ਹੈ ਮੁੱਢਲੀ, ਉਹਦੇ ਲਈ ਉਹ ਪ੍ਰਬੰਧ ਕਰੇ ਜਿਵੇਂ ਵੀ ਹੈ। ਪਰ
ਜਿਹੜੀਆਂ ਸਾਡੀਆਂ ਕ੍ਰਾਈਮ ਥਿਊਰੀਆਂ ਉਹ ਕਹਿੰਦੀਆਂ ਵੀ ਜੁਰਮ ਹੋਣਾ ਹੀ ਹੈ, ਕਿਉਂਕਿ ਜਿਵੇਂ ਉਹ ਕਹਿੰਦੇ ਨੇ ਵੀ ਜਿਹੜੀ ਇਸ ਸ੍ਰਿਸ਼ਟੀ ਹੈ ਜਿਹੜੀ ਮਨੁੱਖ ਵਾ ਉਹਦੀ ਸ੍ਰਿਸ਼ਟੀ ਦੀ ਸਿਰਜਣਾ ਆਦਮ ਔਰ ਈਵ ਵੱਲੋਂ ਜੁਰਮ ਕਰਨ 'ਤੇ ਹੋਈ ਹੈ। ਉਹਨਾਂ ਨੇ ਨਿਯਮ ਤੋੜੇ ਅਤੇ ਉਹਨਾਂ ਨੂੰ ਧਰਤੀ 'ਤੇ ਸੁੱਟਿਆ ਗਿਆ। ਇੱਕ ਇਹ ਵੀ ਉਦਾਹਰਣ ਦਿੱਤੀ ਜਾਂਦੀ ਔਰ ਗੱਲ ਸਹੀ ਵੀ ਹੈ ਵੀ ਰਾਮ ਰਾਜ ਆ ਜਾਵੇ ਚਾਹੇ ਸੋਸ਼ਲਿਜ਼ਮ ਆ ਜਾਵੇ ਚਾਹੇ ਕੈਪੀਟਲਿਜ਼ਮ ਸਿਰੇ 'ਤੇ ਹੋਵੇ, ਜੁਰਮ ਨਹੀਂ ਰੁਕ ਸਕਦੇ। ਉਹ ਕਹਿੰਦੇ ਨੇ ਵੀ ਉਹ ਫਿਰ ਦੂਜੀ ਪੁਲਿਸ ਦੀ ਡਿਊਟੀ ਹੈ ਵੀ ਜਿਹੜੇ ਜੁਰਮ ਹੋ ਗਿਆ ਕਰਤਾ ਉਹਨੂੰ ਫੜਨਾ, ਉਹਦੇ ਖਿਲਾਫ਼ ਸਬੂਤ ਇਕੱਠੇ ਕਰਨੇ, ਠੀਕ, ਅਤੇ ਉਹਦੇ ਬਾਰੇ ਫਿਰ ਉਹ ਰਿਪੋਰਟ ਤਿਆਰ ਕਰਕੇ ਅਦਾਲਤ 'ਚ ਦੇਣੀ। ਇਹ ਡਿਊਟੀ ਪੁਲਿਸ ਦੀ ਹੈ। ਮੈਂ ਦੇਖਿਆ ਵੀ ਪੁਲਿਸ ਤਾਂ ਕੁਛ ਵੀ ਨਹੀਂ ਕਰਦੀ ਇੱਥੇ, ਉਲਟਾ ਜਿਹੜੇ ਬੇਕਸੂਰ ਨੇ ਉਹ ਫੜੇ ਜਾ ਰਹੇ ਨੇ। ਇੱਥੇ ਮੈਂ ਇੱਕ ਗੱਲ, ਤੁਸੀਂ ਉਹ ਲੜੀ ਦੱਸੋਗੇ ਆਪਣੇ ਨਾਵਲਾਂ ਦੀ, ਪੰਜਾਬੀ ਬਾਰੇ ਵੀ ਅਸੀਂ ਗੱਲ ਕਰਨੀ, ਪਰ ਜਿਸ ਤਰ੍ਹਾਂ ਮਿੱਤਰ ਸਰਮੀ ਜੀ ਤੁਸੀਂ ਜ਼ਿਕਰ ਕੀਤਾ ਨੈਕਸਟ ਲਾਈਟ ਮੂਵਮੈਂਟ ਪੰਜਾਬ ਚੱਲੀ, ਤੁਹਾਡਾ ਨਾਵਲ ਉਸ ਮੂਵਮੈਂਟ ਦੇ ਮੋਹਰਲੀ ਕਤਾਰ ਦੇ ਨਾਵਲਾਂ 'ਚ ਗਿਣਿਆ ਗਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜੁਝਾਰੂ ਮੂਵਮੈਂਟ ਵੀ ਚੱਲੀ, ਉਸ ਵੇਲੇ ਵੀ ਬਹੁਤ ਸਾਰਾ ਸਾਹਿਤ ਲਿਖਿਆ ਗਿਆ। ਪਰ ਇੱਕ ਜਿਹੜਾ ਰੋਲ ਤੁਸੀਂ ਦੇਖਿਆ ਪ੍ਰਸ਼ਾਸਨ ਪੁਲਿਸ ਦਾ, ਜਿਸ ਰੋਲ ਦੀ ਤਵੱਕੋਂ ਕੀਤੀ ਜਾਂਦੀ ਹੈ ਕਿ ਪੀੜਤ ਦੇ ਹੱਕ ਦੇ ਵਿੱਚ ਭੁਗਤਣਾ, ਪਰ ਪੋਲੀਟੀਸ਼ੀਅਨ, ਸਿਆਸਤਦਾਨ, ਸਾਮਦਾਮ, ਦੰਡ ਭੇਦ ਨੀਤੀ, ਸਾਰਾ ਕੁਛ ਚੱਲਿਆ, ਤੁਸੀਂ ਨਾਲੋਂ ਨਾਲ ਇੱਕ ਐਕਟਿਵਿਸਟ ਦੇ ਤੌਰ 'ਤੇ ਦੇਖਦੇ ਰਹੇ ਜਿਹੜੀ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਇਹਨਾਂ ਸਮਿਆਂ ਦੇ ਵਿੱਚ ਕਿਵੇਂ ਚੱਲੀ? ਹਾਂ, ਉਹੀ ਗੱਲ ਜਿਹੜੀ ਤਫਤੀਸ਼ ਨਾਵਲ ਹੈ ਉਹਦੇ ਵਿੱਚ, ਉਹਦੇ ਨਾਲ ਤੁਹਾਡੇ ਵਾਲੇ ਸਵਾਲ ਵਿੱਚੋਂ ਜਵਾਬ ਦਿੰਦਾ ਮੈਂ ਜੀ। ਉਹ ਮੈਂ 1990 'ਚ ਪ੍ਰਕਾਸ਼ਿਤ ਹੋਇਆ ਮੇਰਾ ਨਾਮ। ਮੇਰੀ ਆਦਤ ਤਾਂ ਸ਼ੁਰੂ ਤੋਂ, ਜਿਵੇਂ ਮੈਂ ਕਿਹਾ ਵੀ ਪਹਿਲੀ ਬਾਲ ਸੰਦੇਸ਼ ਵਰਗੇ ਸਟਾਰਟ ਹੋਣਾ, LLB ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਕੈਂਪਸ 'ਚੋਂ, ਉੱਥੇ ਮੈਂ ਸੈਕਿੰਡ ਸੀ ਪੰਜਾਬ ਯੂਨੀਵਰਸਿਟੀ 'ਚੋਂ, ਜਦੋਂ ਕਿ ਜੱਜਾਂ ਦੇ ਮੁੰਡੇ ਚੰਡੀਗੜ੍ਹ ਦੇ ਹਾਈ ਕੋਰਟ ਦੇ ਵਕੀਲਾਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਸੀ, ਸਭ ਨੂੰ ਡਿਫੀਟ ਕਰਕੇ ਅਸੀਂ ਸੈਕਿੰਡ ਪੁਜੀਸ਼ਨ ਲਈ। BA ਓਨਰਸ ਮੈਂ ਇਨ ਮੈਥ ਕੀਤੀ ਹੈ ਔਰ ਉੱਥੇ ਮੈਨੂੰ ਪੰਜਾਬੀ ਯੂਨੀਵਰਸਿਟੀ 'ਚ ਗੋਲਡ ਮੈਡਲ ਮਿਲਿਆ, ਮੈਂ ਟੌਪ ਕੀਤਾ, ਪਰ ਮੇਰਾ ਅਕੈਡਮਿਕ ਕੈਰੀਅਰ ਹੈ ਜਿਹੜਾ ਉਹ ਸ਼ਾਈਨਿੰਗ ਰਿਹਾ, ਐਕਸੈਲੈਂਟ ਰਿਹਾ। ਤਾਂ ਜਦੋਂ ਮੈਂ ਇੱਥੇ ਆ ਕੇ ਇਹ ਸਾਰੀ ਜਿਹੜੀ ਸੀਗੀ ਸਥਿਤੀ ਹੈ ਉਹ ਕਰਕੇ 3 ਸਾਲ ਮੈਂ ਇਸ ਤਫਤੀਸ਼ ਨੂੰ, ਨਾਵਲ ਨੂੰ ਲਿਖਣ ਤੋਂ ਪਹਿਲਾਂ ਅਧਿਐਨ ਕੀਤਾ। ਠੀਕ ਹੈ, ਕੋਈ ਹੁਣ ਤਾਂ ਪੜ੍ਹਿਆ ਹੋਇਆ ਸੀਗਾ, ਥਿਊਰੀਆਂ ਪੜ੍ਹੀਆਂ ਹੋਈਆਂ ਲਾਅ ਕਰਦੇ ਹੋਏ, ਸਾਹਮਣੇ ਐਕਸਪੀਰੀਅੰਸ ਵੀ ਹੈ, ਪਰ ਕੁਝ ਗੈਪ ਸੀ ਜਿਹਦੇ ਬਾਰੇ ਮੇਰਾ ਹਾਲੇ ਗਿਆਨ ਨਹੀਂ ਸੀ। ਇੱਕ ਉਦਾਹਰਨ ਦਈਏ, ਇੰਟੈਰੋਗੇਸ਼ਨ ਹੈ ਜਿਹੜੀ ਮੈਂ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਕਿਵੇਂ ਹੁੰਦੀ, ਕਿਵੇਂ ਕਰਦੇ ਹੈ। ਮੈਂ ਕਿਉਂਕਿ ਸਰਕਾਰੀ ਵਕੀਲ ਸੀ, ਪੁਲਿਸ ਮੰਨਦੀ ਸੀ ਗੱਲ, ਮੈਂ ਕਿਹਾ ਮੇਰੇ ਸਾਹਮਣੇ ਕੁਝ ਇੰਟੈਰੋਗੇਸ਼ਨ ਕਰਕੇ ਦਿਖਾਓ ਮੈਨੂੰ, ਤਾਂ ਮੈਨੂੰ ਪਤਾ ਲੱਗੇ। 3 ਇੰਟੈਰੋਗੇਸ਼ਨਾਂ ਦੇ ਮੈਥਡ ਅੱਡ ਅੱਡ ਮੇਰੇ ਸਾਹਮਣੇ ਹੋਏ, ਕੋਈ ਨਹੀਂ ਵੀ ਮੈਂ ਕਰਾਏ, ਇੱਕ ਨੇ ਮੈਨੂੰ ਦੋਸ਼ ਲਾਇਆ ਜਦੋਂ ਮੈਂ ਗੱਲ ਕਰੀ ਤੁਸੀਂ ਇੰਟੈਰੋਗੇਸ਼ਨ ਕਰਾਈ, ਮੈਂ ਨਹੀਂ, ਇੰਟੈਰੋਗੇਸ਼ਨ ਮੈਂ ਨਹੀਂ ਕਰਾਈ, ਇੰਟੈਰੋਗੇਸ਼ਨ ਉਹਨੇ ਕਰਨੀ ਹੋਈ ਸੀ, ਮੈਂ ਸਿਰਫ ਬੈਠਾ ਉੱਥੇ ਜਾ ਕੇ, ਮੌਜੂਦਗੀ ਤੁਸੀਂ ਮੈਂ ਰੱਖਿਆ ਮੇਰੇ ਸਾਹਮਣੇ ਕਰ ਲਿਓ, ਇੰਨਾ ਹੀ ਕੀਤਾ ਮੈਂ ਉਹਨਾਂ ਤੋਂ ਇੰਟੈਰੋਗੇਸ਼ਨ ਨਹੀਂ ਕਰਾਈ। ਉਹ ਮੈਂ ਦੇਖਿਆ ਵੀ ਕਿੰਨੀ ਹਾਰਡ ਇੰਟੈਰੋਗੇਸ਼ਨ ਹੈ ਔਰ ਇੱਕ ਅੱਧੇ ਮਿੰਟ ਦੀ ਇੰਟੈਰੋਗੇਸ਼ਨ 'ਚ ਜਿਹੜਾ ਬੰਦਾ ਹੈਗਾ ਉਹ ਪਾਣੀ ਪਾਣੀ ਹੋ ਜਾਂਦਾ। ਜਿਵੇਂ ਇੱਕ ਨੂੰ ਕਹਿੰਦੇ ਨੇ ਉਹ ਫਿਰਕੀ ਕਹਿੰਦੇ ਨੇ, ਉਹ ਮੈਂ ਆਪਣੇ ਨਾਵਲ ਜ਼ਿਕਰ ਕੀਤਾ ਵੀ ਉਹ ਹੱਥ ਬੰਨ ਲੈਂਦੇ ਪਿੱਛੇ ਅਤੇ ਇੱਥੋਂ ਫਿਰ ਗੁੱਟਾਂ ਤੋਂ ਪਾ ਕੇ ਦਰੱਖਤ ਲਾਓ, ਫਿਰ ਨਹੀਂ ਲਾਓ, ਉਹਦੇ ਉੱਤੋਂ ਦੀ ਥੱਲੇ ਲਿਆਉਂਦੇ ਆ। ਜਦੋਂ ਇੱਥੋਂ ਬੰਦਾ ਖਿੱਚਦਾ, ਜਦੋਂ ਆਪਾਂ ਡੋਲ ਖਿੱਚਦੇ ਹਾਂ, ਜਦੋਂ ਚੱਕਦਾ ਬੰਦਾ, ਮੈਂ ਦੇਖਿਆ ਵੀ ਵੱਡੇ ਉਹ ਉਸ ਇਹ 90 ਤੋਂ ਪਹਿਲਾਂ ਦੀ ਗੱਲ ਹੈ ਨਾ, ਉਦੋਂ ਇਹ ਨਕਸਲਾਈਟ ਸੋਰੀ ਅੱਤਵਾਦ ਦੇ ਖੜਕੂਵਾਦ ਸੀ ਚੱਲਦਾ, ਤਾਂ ਉਸ ਬੰਦੇ ਦੇ ਜਦੋਂ ਹੀ ਉਹਨੂੰ ਚੱਕਿਆ ਅੱਧਾ ਫੁੱਟ 'ਤੇ, ਉਹ ਚੀਕਾਂ ਮਾਰੇ ਮੈਨੂੰ ਲਾਹੋ, ਮੈਨੂੰ ਜੋ ਪੁੱਛਣਾ ਤੁਸੀਂ ਪੁੱਛੋ, ਮੈਂ ਦੱਸਦਾ। ਉਦੋਂ ਕੋਈ ਉਹ ਪੁੱਛ ਰਿਹਾ ਸੀ ਵੀ ਵੈਪਨ ਕਿੱਥੇ ਆ ਤੇਰੇ, ਜਿਹੜੇ ਹਥਿਆਰ, ਉਹ ਕਹਿੰਦੇ ਮੈਂ ਦੱਸਦਾ। ਉਹ ਕਹਿੰਦੇ ਨਹੀਂ ਸਾਰੇ, ਅੱਗੇ ਵੀ ਤੂੰ ਸਾਨੂੰ ਤੂੰ ਭਕਾਈ ਕਰਾਈ, ਗਾਲਾਂ ਕੱਢੀਆਂ ਉਹਨੂੰ ਦੱਸ, ਵੀ ਅੱਗੇ ਵੀ ਤੂੰ ਕਹਿੰਦਾ ਅਸੀਂ ਹੁਣ ਵੀ ਝੂਠ ਮਾਰਦਾ, ਹੁਣ ਹੋਰ ਚੱਕ ਲਿਆ ਤਾਂ। ਮਤਲਬ ਉਹਨੇ ਫਿਰ ਬਹੁਤ ਬਰਲਾਪ ਕੀਤਾ, ਮੈਨੂੰ ਲਾਹੋ, ਫਿਰ ਉਹਨੇ ਲਾ ਲਿਆ। ਉਹ ਮੈਂ ਦੇਖਿਆ ਵੀ ਹੱਦ ਹੈ। ਫਿਰ ਇੱਕ ਵਾਰੀ ਇੱਕ ਔਰਤ ਦੇ ਉਹਨਾਂ ਨੇ ਮਤਲਬ ਪਟੇ ਮਾਰੇ ਪੁੱਠੀ ਪਾ ਕੇ,
ਉਸ ਔਰਤ ਦਾ ਕੋਈ ਕਸੂਰ ਹੋਣਾ ਮੈਨੂੰ ਨਹੀਂ ਪਤਾ, ਪਰ ਉਹ ਮੇਰੇ ਸਾਹਮਣੇ ਉਹਨੂੰ ਲੰਬੀ ਪਾਇਆ ਪੁੱਠੀ ਕਰਕੇ ਅਤੇ ਉਹਦੇ ਹਿਪਸ ਦੇ ਉੱਤੇ ਪੱਟੇ ਮਾਰੇ, ਔਰ ਇੱਕ ਸਕਿੰਟ ਦੇ ਵਿੱਚ ਉਹਦੀ ਜਿਹੜੀ ਸਲਵਾਰ ਸੀ ਉਹ ਖੂਨ ਨਾਲ ਭਰ ਗਈ। ਅਤੇ ਮੈਂ ਦੇਖਿਆ ਵਿਆਹ ਇੰਟਰੋਗੇਸ਼ਨ, ਇੰਨਾ ਕੁ ਮੈਂ ਨਾਵਲ ਨੂੰ ਪਰਫੈਕਟ ਕਰਨ ਲਈ, ਇੰਨਾ ਕੁ ਮੈਂ ਗੈਪ ਸੀ ਜਿਹੜੀ ਮੇਰੀ ਨਾਵਲ 'ਚ ਮੈਂ ਪੂਰੇ ਕੀਤੇ। ਅਤੇ ਮੈਂ ਯਤਨ ਕੀਤਾ ਵੀ ਹਰ ਤਰ੍ਹਾਂ ਦੀ ਪੁਲਿਸ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਬੁਰਾਈਆਂ ਹੀ ਨਹੀਂ ਮੈਂ ਪੇਸ਼ ਕੀਤੀਆਂ, ਵੀ ਬੁਰਾਈਆਂ ਪੇਸ਼ ਕੀਤੀਆਂ ਇਹਨਾਂ 90 'ਚ ਗੋਲੀ ਜਿਹਦੇ ਮਰਜ਼ੀ ਮਾਰ ਦਿੰਦੇ ਮੇਰੇ ਨਹੀਂ ਵੱਜੀ। ਕਈ ਵਾਰ ਲੋਕ ਮੈਨੂੰ ਸਾਨੂੰ ਕਹਿੰਦੇ ਮਗਰੋਂ ਕੋਈ 10 ਸਾਲ ਬਾਅਦ ਮਿਲਿਆ ਵੀ 20 ਸਾਲ ਵੀ ਤੂੰ ਜਿਉਂਦਾ ਫਿਰਦਾ ਹਾਲੇ, ਤੇਰੇ ਤਾਂ ਗੋਲੀ ਵੱਜਣੀ ਚਾਹੀਦੀ ਸੀ। ਮੈਂ ਤਾਂ ਸੋਚਿਆ ਨਹੀਂ ਮੇਰੇ ਗੋਲੀ ਵੱਜੂ, ਕਿਉਂਕਿ ਮੈਂ ਪੁਲਿਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਪੇਸ਼ ਕੀਤੀਆਂ। ਜੇ ਪੁਲਿਸ 'ਚ ਯਾਤੀਆਂ ਕਰਦੀ ਹੈ, ਕਿਸੇ ਨੂੰ ਝੂਠਾ ਸੱਚਾ ਫਸਾਉਂਦੀ ਹੈ, ਤਾਂ ਉਹਦੇ ਪਿੱਛੇ ਇਕੱਲਾ ਪੁਲਿਸ ਦਾ ਸਵਾਰਥ ਨਹੀਂ ਹੁੰਦਾ, ਉਹਦੇ ਮਗਰ ਜਿਹੜੀ ਹੈਗੀ ਬਹੁਤ ਸਾਰੇ ਹੋਰ ਵੀ ਉਹਨਾਂ ਨੂੰ ਕਰਾਉਂਦੇ ਆ, ਉਹਨਾਂ ਤੋਂ ਪੋਲੀਟੀਕਲ ਬੰਦੇ ਵੀ ਕਰਾਉਂਦੇ ਆ, ਅਫਸਰ ਵੀ ਕਰਾਉਂਦੇ ਆ, ਨਿੱਜੀ ਸਵਾਰਥ ਲੋਕ ਵੀ ਕਰਾਉਂਦੇ ਆ। ਉਹ ਸਾਰੀਆਂ ਸਮੱਸਿਆਵਾਂ ਮੈਂ ਪੁਲਿਸ ਦਾ ਜਿਹੜਾ ਕਰੈਕਟਰ ਹੈ ਉਹਦੇ ਵਿੱਚ ਨਾਵਲ 'ਚ ਮੈਂ ਪੇਸ਼ ਕੀਤਾ। ਇਸ ਲਈ ਮੈਨੂੰ ਕਿਸੇ ਨੇ ਕਦੇ ਕਿਸੇ ਨੇ ਪੁਲਿਸ ਅਫਸਰ ਨੇ ਇਹ ਨਹੀਂ ਕਿਹਾ ਵੀ ਤੂੰ ਇਹ ਕੀ ਕੀਤਾ, ਬਲਕਿ ਇਹ ਕਿਹਾ ਵੀ ਜੋ ਅਸੀਂ ਨਹੀਂ ਕਹਿ ਸਕਦੇ ਤੂੰ ਕਹਿਤਾ। ਉਹ ਗੱਲਾਂ ਮੈਂ ਇਸ ਨਾਵਲ 'ਚ ਪੇਸ਼ ਕੀਤੀਆਂ ਅਤੇ ਜੋ ਸਿਚੁਏਸ਼ਨ ਆ ਉਸ ਸਮੇਂ ਦੀ ਉਹ ਇਸ ਨਾਵਲ 'ਚ 90 ਵਾਲੇ 'ਚ ਪੇਸ਼ ਹੋਈ ਵੀ ਹੈ ਜੀ। ਮੈਂ ਸਿੰਬੋਲਿਕ ਤੌਰ 'ਤੇ, ਕਿਉਂਕਿ ਤੁਸੀਂ ਜਾਣਦੇ ਹੋ ਵੀ ਖਾੜਕੂ ਲਹਿਰ ਸਿਰੇ 'ਤੇ ਹੋਵੇ, ਔਰ ਮੈਂ ਸਰਕਾਰੀ ਵਕੀਲ ਹੋਵਾਂ, ਜੇ ਉਹਨਾਂ ਦੇ ਰਿਮਾਂਡ ਲੈਂਦਾ ਹੋਵਾਂ ਤਾਂ ਮੈਂ ਇਹਦਾ ਸ਼ਿਕਾਰ ਬਣਨਾ ਹੀ ਸੀ, ਪਰ ਨਹੀਂ ਉਸ 'ਚ, ਕਿਉਂਕਿ ਮੈਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਵੀ ਪੇਸ਼ ਕੀਤੀਆਂ, ਖਾੜਕੂ ਲਹਿਰ ਦੇ ਪੱਖ ਵੀ ਪੇਸ਼ ਕੀਤੇ, ਜਿਵੇਂ ਕਿ 90 'ਚ, 90 'ਚ ਹਾਲੇ ਸਥਿਤੀ ਸਪਸ਼ਟ ਨਹੀਂ ਸੀ ਵੀ ਮਗਰ ਕੌਣ ਹੈ, ਕੀ ਹੈ, ਕਿਵੇਂ ਹੈ, ਗੰਧਲਾ ਵੀ ਹੋ ਗਿਆ ਸੀ, ਗੌਰਮੈਂਟ ਨੇ ਵਿੱਚ ਆਪਣੇ ਸੈੱਲ ਵੀ ਛੱਡਤੇ ਸੀ, ਬਿਲਕੁਲ ਜੀ, ਉਹ ਸਾਰਾ ਕੁਛ ਹੋਣ ਦੇ ਬਾਵਜੂਦ ਮੈਂ ਬਲੈਕ ਕੈਟ ਤੋਂ ਲੈ ਕੇ ਸਾਰੇ ਜਿਹੜੇ ਬਾਅਦ ਵਿੱਚ ਵਿਰਕ ਸਮੇਤ ਬਹੁਤ ਸਾਰੇ ਵੇਰੋ ਹੋ ਰਹੇ ਨੇ ਜੋ ਸੀ ਉਹ ਬੱਕ ਕਿਤਾਬਾਂ ਵੀ ਲਿਖੀਆਂ ਉਹਨਾਂ ਨੇ ਵੀ ਕਿਵੇਂ ਵੇਨਓਵਰ ਕੀਤੀ ਇਹ ਮੂਵਮੈਂਟ। ਹਾਂਜੀ, ਤਾਂ ਕੁਛ ਕਦਾ ਸਾਨੂੰ ਪਤਾ ਵੀ ਲੱਗਦਾ ਸੀ ਉੱਧਰ ਵੀ ਜੁੜੇ ਹੋਏ ਸੀ ਜੀ। ਤਾਂ ਉਹਦੇ ਵਿੱਚ ਮੈਂ ਇਹ ਸਾਰਾ ਕੁਛ ਜਿਹੜਾ ਹੈਗਾ ਨਾਵਲ 'ਚ ਪੇਸ਼ ਕੀਤਾ। ਤਾਂ ਦਲ ਖਾਲਸਾ ਇੰਟਰਨੈਸ਼ਨਲ ਜਿਹੜਾ ਪੂਰਾ ਐਕਟਿਵ ਸੰਸਥਾ ਸੀਗੀ ਖਾੜਕੂਆਂ ਦੀ, ਉਹਨਾਂ ਦਾ ਮੈਨੂੰ ਲੈਟਰ ਆਇਆ ਜੂਨ 'ਚ, ਇਹ ਜਨਵਰੀ ਛਪਿਆ, ਜੁਲਾਈ 'ਚ ਆਇਆ, ਮੇਰੇ ਕੋਲ ਹੈ ਵੀ ਹਾਲੇ ਕਾਪੀ ਵੀ ਹੈਗਾ ਅੱਜ ਤੱਕ ਸੰਭਾਲ ਕੇ ਰੱਖੀ ਹੈ। ਉਹਨਾਂ ਨੇ ਉਹ ਨਾਵ ਦੇ ਬਾਰੇ ਜ਼ਿਕਰ ਕੀਤਾ ਭਾਈ ਨਰਵੈਰ ਸਿੰਘ ਹੋਰਾਂ ਨੇ ਵੀ ਤੁਸੀਂ ਵੀ ਉਹੀ ਗੱਲਾਂ ਕਰਦੇ ਹੋ ਜਿਹੜੀ ਅਸੀਂ ਮੂਵਮੈਂਟ ਲੈ ਕੇ ਚੱਲੀ ਹੈ, ਜੋ ਸਰਕਾਰ ਦਾ ਅੱਤਵਾਦ ਹੈ ਉਹੀ ਤੁਸੀਂ ਪੇਸ਼ ਕੀਤਾ ਅਤੇ ਉਹੀ ਅਸੀਂ ਪੇਸ਼ ਕੀਤਾ ਜੀ। ਵੀ ਮੈਂ ਆਇਆ ਸੀ, ਮੇਰਾ 1 ਮਈ ਨੂੰ ਲੁਧਿਆਣੇ ਜਿਹੜਾ ਪੰਜਾਬ ਲੋਕ ਸੱਭਿਆਚਾਰਕ ਮੰਚ ਹੈ ਉਹਨਾਂ ਨੇ ਸਨਮਾਨ ਇਸ ਨਾਵਲ ਬਾਰੇ ਕਰਨਾ ਸੀ, ਉਹ 4-5 ਹਜ਼ਾਰ ਦਾ ਇਕੱਠ ਕਰਕੇ ਨਾਟਕ ਕਰਦੇ ਆ, ਅਤੇ ਉਦੋਂ ਸਨਮਾਨ ਸੀ ਕਹਿੰਦੇ ਮੈਂ ਆਇਆ ਦਰਸ਼ਨ ਕਰਨ ਤੁਹਾਡੇ ਪਰ ਮੈਂ ਤੁਹਾਨੂੰ ਮਿਲਿਆ ਨਹੀਂ ਵੀ ਤੁਹਾਡਾ ਨੁਕਸਾਨ ਨਾ ਹੋਵੇ ਸਾਡੇ, ਇੰਨੀਆਂ ਗੱਲਾਂ ਲਿਖੀਆਂ ਅਤੇ ਵੀ ਤੁਸੀਂ ਇਹਨੂੰ ਕੈਰੀ ਔਨ ਕਰੋ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਅਤੇ ਤੁਹਾਨੂੰ ਜਿਹੜਾ ਹੈਗਾ ਇਹ ਰੱਬ ਤੁਹਾਡੀ ਕਲਮ ਨੂੰ ਬਲ ਬਖਸ਼ੇ, ਨਾਲ ਇੱਕ ਐਡਰੈਸ ਵੀ ਦਿੱਤਾ ਵੀ ਕਦੇ ਕੋਈ ਨਿੱਜੀ ਸੰਕਟ ਆਉਂਦਾ ਹੋਵੇ ਇੰਗਲੈਂਡ ਦਾ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਲਿਓ, ਜੇ ਯਤਨ ਹੋਇਆ ਤਾਂ ਅਸੀਂ ਤੁਹਾਡੀ ਹਰ ਤਰ੍ਹਾਂ ਨਾਲ ਹੈਲਪ ਕਰਾਂਗੇ, ਕਿਉਂਕਿ ਉਹ ਉਹਨਾਂ ਦਾ ਐਂਗਲ ਤੋਂ ਸੀ ਵੀ ਬੀ ਹਿੰਦੂ ਤੁਹਾਡਾ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਤਿਆਰ ਹਾਂ। ਅਤੇ ਉਦੋਂ ਮੈਨੂੰ ਲੱਗਿਆ ਵੀ ਜਿਹੜਾ ਲੇਖਕ ਹੈ ਉਹਦਾ ਜਿਹੜਾ ਰੋਲ ਹੁੰਦਾ ਉਹ ਪੀੜਾ ਨੂੰ ਪੇਸ਼ ਕਰਨਾ ਹੁੰਦਾ, ਲੋਕਾਂ ਦੀ ਪੀੜਾ ਨੂੰ ਪੇਸ਼ ਕਰਨਾ, ਔਰ ਮੈਨੂੰ ਲੱਗਿਆ ਵੀ ਮੈਂ ਭਾਈ ਘਨੱਈਆ ਜੀ ਦਾ ਜਿਵੇਂ ਆਪਣੇ ਜੇਕਰ ਆਉਂਦਾ ਸਿੱਖ ਹਿਸਟਰੀ ਵੀ ਉਹਨੂੰ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਨਜ਼ਰ ਨਹੀਂ ਸੀ ਆਉਂਦਾ ਲੜਾਈ 'ਚ, ਉਹਨੂੰ ਤਾਂ ਜ਼ਖਮੀ ਨਜ਼ਰ ਆਉਂਦਾ ਸੀ, ਜ਼ਖਮੀ ਦੀ ਪੀੜ ਨਜ਼ਰ ਆਉਂਦੀ ਸੀ ਅਤੇ ਉਹਦੇ ਮੱਲਮ ਲਾਉਂਦਾ ਸੀ ਉਹ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਦੀ ਸ਼ਿਕਾਇਤ ਹੋਈ ਤਾਂ ਉਹਨਾਂ ਨੇ ਉਹਨੂੰ ਮੱਲਮ ਦੀ ਹੋਰ ਸ਼ੀਸ਼ੀ ਦਿੱਤੀ ਵੀ ਤੂੰ ਵਧੀਆ ਕੰਮ ਕਰ। ਮੈਨੂੰ ਲੱਗਿਆ ਵੀ ਮੈਂ ਵਾਕਈ ਭਾਈ ਘਨੱਈਆ ਜੀ ਦਾ ਕੰਮ ਕਰਦਾ, ਇੱਕ ਪਾਸੇ ਨਕਸਲਾਈਟ ਮੂਵਮੈਂਟ ਵਾਲੇ ਮੈਨੂੰ ਸਨਮਾਨਿਤ ਕਰ ਰਹੇ ਹੈ, ਉਸੇ ਪਾਸੇ ਦੂਜੀ ਧਿਰ ਹੈ ਜਿਹਦੇ ਨਾਲ ਡਾਇਰੈਕਟ ਫਾਈਟ ਸੀ
ਗੋਲੀਆਂ ਚੱਲਦੀਆਂ ਸੀ ਆਪਸ ਵਿੱਚ, ਉਹ ਮੈਨੂੰ ਸਨਮਾਨਿਤ ਕਰ ਰਿਹਾ। ਇਸ ਲਈ ਇਸ ਨਾਵਲ ਦੇ ਵਿੱਚ ਮੈਂ ਹਰ ਪੱਖ ਹੈ ਜਿਹੜਾ ਲਿਆ। ਬਾਅਦ 'ਚ ਮੈਂ ਇਹਨਾਂ ਨੂੰ ਪੁੱਛਿਆ ਇੱਕ ਵਾਰ ਕਿਸੇ ਹੋਰ ਨੂੰ ਵੀ ਸਾਨੂੰ ਤਾਂ ਕਹਿੰਦੇ ਨੇ ਗੰਵਾਰ ਨੇ, ਇਹਨਾਂ ਨੂੰ ਗੋਲੀ ਚਲਾਉਣ ਤੋਂ ਬਿਨਾਂ ਗੱਲ ਹੀ ਨਹੀਂ ਕੋਈ ਆਉਂਦੀ। ਤੁਸੀਂ ਮੇਰਾ ਨਾਵਲ ਵੀ ਪੜ੍ਹ ਲਿਆ, ਤੁਸੀਂ ਉਹਨੂੰ ਅਨੈਲਿਸਿਸ ਵੀ ਕਰ ਲਿਆ, ਤੁਸੀਂ ਮੈਨੂੰ ਖਤ ਵੀ ਲਿਖਤਾ, ਅਤੇ ਚਲੋ ਆਏ ਜਾਂ ਨਾ ਆਏ ਤੁਸੀਂ ਇਹ ਵੀ ਕਹਿੰਦੇ ਹੋ ਅਸੀਂ ਦਰਸ਼ਨ ਕਰਨ ਆਏ, ਏਡਾ ਤੁਸੀਂ ਕਿਵੇਂ ਇਹ ਨਾਵਲ ਦੀ ਗੱਲ ਕਰੀ ਅਤੇ ਕਿਵੇਂ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਨਾਵਲ 'ਚ? ਜੀ ਜੀ, ਉਹਦੇ ਵਿੱਚ ਕੀ ਆ ਨਾ, ਜਦੋਂ ਜਿਵੇਂ ਤੁਸੀਂ ਗੱਲ ਕਰੀ ਆ ਵੀ ਉਹ ਕੀ ਸੀ ਉਦੋਂ ਸੰਸਥਾ, ਇਹ ਪਿਛੋਕੜ ਕੀ ਸੀ ਜਾਂ ਕਿਹੜੇ ਕਿਹੜੇ ਸੈੱਲ ਸੀ ਜਿਹੜੇ ਖਾੜਕੂਬਾ 'ਚ ਮੈਨੂੰ ਲੱਗੇ ਰਲੇ ਹੋਏ ਸੀ, ਮੈਂ ਉਹਦਾ ਅਨੈਲਿਸਿਸ ਉੱਥੇ ਕੀਤਾ। ਉਹਦੇ ਵਿੱਚ ਇੱਕ ਉਹ ਲਾਇਬ੍ਰੇਰੀ ਨੂੰ ਕਰਕੇ ਉਹ ਇੰਟਰੋਗੇਟ ਕਰਦੇ ਆ ਵੀ ਕੋਈ ਸਕੂਲ ਦੇ ਸਟੂਡੈਂਟਸ ਨੂੰ, ਹਾਂਜੀ, ਉਹਦੇ ਵਿੱਚ ਜਦੋਂ ਚਾਰ ਪੰਜ ਕੋਈ ਬਾਣੀਆਂ ਦਾ ਮੁੰਡਾ ਆ ਗਿਆ, ਕੋਈ ਦੂਜਾ ਆ ਗਿਆ, ਉਹਨਾਂ ਨੂੰ ਕਰਦੇ, ਇੱਕ ਨੂੰ ਕਹਿੰਦੇ ਤੂੰ ਕਿਉਂ ਆਇਆ ਇਹਦੇ 'ਚ, ਉਹ ਕਹਿੰਦਾ ਵੀ ਮੇਰਾ ਤਾਂ ਇੱਕ ਕੁੜੀ ਨਾਲ ਇਸ਼ਕ ਸੀਗਾ ਅਤੇ ਉਹ ਮੈਨੂੰ ਹੀਰੋ, ਇੱਧਰ ਹੀਰੋਇਜ਼ਮ ਹੈ, ਉੱਧਰ ਮੈਂ ਅਟਰੈਕਟ ਕਰਨ ਲਈ ਇੱਧਰ ਆ ਗਿਆ। ਮਤਲਬ ਮੇਰਾ ਸੰਬੋਲਿਕ ਇਹ ਸੀ, ਅੰਦਰੋਂ ਇਹ ਸੀ ਵੀ ਕਈ ਲੋਕ ਆਪਣੇ ਆਪ ਨੂੰ ਸ਼ੋਅ ਕਰਨ ਲਈ ਇੱਧਰ ਆ ਗਏ, ਉਹਨਾਂ ਦਾ ਮੰਤਵ ਕੋਈ ਨਹੀਂ ਕਿਸੇ ਉਦੇਸ਼ ਨਾਲ। ਇੱਕ ਨੂੰ ਹੋਰ ਪੁੱਛਦੇ ਤੂੰ ਤੂੰ ਕਿਵੇਂ ਆ ਗਿਆ, ਉਹ ਕਹਿੰਦਾ ਜੀ ਮੇਰੇ ਲੈਕਚਰ ਘੱਟ ਗਏ ਸੀ, ਮੇਰਾ ਪ੍ਰੋਫੈਸਰ ਮੇਰੇ ਪੂਰੇ ਨਹੀਂ ਸੀ ਕਰਦਾ, ਮੇਰੇ ਮੈਨੂੰ ਰੋਲ ਨੰਬਰ ਨਹੀਂ ਸੀ ਮਿਲਦਾ, ਅਤੇ ਮੈਂ ਆਖਿਆ ਵੀ ਪ੍ਰੋਫੈਸਰ ਨੂੰ ਡਰਾ ਕੇ ਨੰਬਰ ਲੈਣਾ, ਉਹਨੇ ਮੇਰੇ ਨੰਬਰ ਲਾ ਅਤੇ ਮੈਂ ਦੱਸ ਲਈ ਆ ਗਿਆ। ਉੱਥੇ ਮੇਰਾ ਕਹਿੰਦਾ ਮਤਲਬ ਵੀ ਸਵਾਰਥ ਲਈ ਆਪਣੇ ਪੂਰੇ ਕਰਨ ਲਈ, ਕਿਸੇ ਨੇ ਕਬਜ਼ੇ ਲੈਣੇ ਆ, ਕਿਸੇ ਨੇ ਕਬਜ਼ੇ ਛਡਾਉਣੇ ਆ, ਉਹ ਲੋਕ ਇੱਧਰ ਨੂੰ ਆ ਗਏ, ਇਹਨਾਂ ਨੂੰ ਵਰਤਿਆ, ਅਤੇ ਉਹਨਾਂ ਨੇ ਉਹ ਜਿਹੜੇ ਇਸ ਤਰ੍ਹਾਂ ਦੇ ਕਹਿੰਦੇ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਕੁੱਟਦੇ ਆ, ਕਿਸੇ ਦੇ ਗੰਦ ਮੂੰਹ 'ਤੇ ਲਾ ਦਿੰਦੇ ਆ, ਜਿਵੇਂ ਇੰਟਰੋਗੇਟ ਕਰਦੇ ਆ, ਆਪਾਂ ਡਿਟੇਲ 'ਚ ਨਹੀਂ ਜਾਂਦੇ। ਇੱਕ ਜਿਹੜਾ ਟਰੂ ਸਿੱਖ ਮੁੰਡਾ ਸੀਗਾ, ਜਦੋਂ ਉਹਦੀ ਇੰਟਰੋਗੇਸ਼ਨ ਹੁੰਦੀ ਹੈ ਤਾਂ ਉਹ ਜਿਹੜਾ ਖੂਨਖਾਰ ਬੰਦਾ ਹੈਗਾ ਥਾਣੇਦਾਰ ਮੈਂ ਦਿਖਾਇਆ, ਜਿਹੜਾ ਸ਼ਰਾਬ ਪੀ ਪੀ ਆਉਂਦਾ ਕੁੱਟਣ ਵਾਢਣ ਲਈ, ਕਿਉਂਕਿ ਉਹਨਾਂ ਨੂੰ ਵੀ ਆਫਟਰ ਇਨਸਾਨ ਤਾਂ ਹੈ ਹੀ ਨਾ, ਇੱਥੇ ਉਹ ਕਦਰ ਕਰਦੇ ਆ ਵੀ ਤੁਸੀਂ ਦਿਖਾਇਆ ਵੀ ਵਾਰ ਵਾਰ ਉਹ ਸ਼ਰਾਬ ਪੀ ਕੇ ਆਉਂਦਾ। ਇੱਥੇ ਪੁਲਿਸ ਦਾ ਜਿਹੜਾ ਕਿਰਦਾਰ ਉਹਦੀ ਮਨੁੱਖਤਾ ਜਿਹੜੀ ਅੰਦਰ ਹੈ ਅਤੇ ਡਿਊਟੀ ਦਾ ਕਨਫਲਿਕਟ ਹੈ, ਉਹ ਮੈਂ ਪੇਸ਼ ਕੀਤਾ ਉਹਦੇ 'ਚ ਵੀ ਸ਼ਰਾਬ ਪੀ ਕੇ ਆ ਕੇ ਉਹਨੂੰ ਕੁੱਟਣਾ ਪੈਂਦਾ ਬੰਦਾ, ਅਦਰਵਾਈਜ਼ ਉਸ ਨੋਰਮਲੀ ਨਹੀਂ ਕੁੱਟਦਾ, ਨਹੀਂ ਕੁੱਟ ਸਕਦਾ, ਠੀਕ ਹੈ ਨਾ, ਮਨੁੱਖ ਹੈ, ਠੀਕ ਹੈ, ਡਿਊਟੀ ਇਹੋ ਜਿਹੀ ਹੈ। ਉਹ ਕੀ ਕਰਦਾ ਨਾ, ਉਹ ਦੇਖਦਾ ਇਹਦੇ ਵੱਲ, ਅਤੇ ਹੁਣ ਇੱਥੇ ਫਿਰ ਮੈਂ ਸੰਬੋਲਿਕ ਗੱਲ ਕੀਤੀ ਆ ਵੀ ਉਹਦੀ ਪੱਗ ਨੂੰ ਹੱਥ ਨਹੀਂ ਲਾ ਸਕਦਾ, ਬਾਕੀਆਂ ਨੂੰ ਨੰਗੇ ਕਰਦੇ ਆ, ਬੋਦੀਆਂ ਫੜ ਕੇ ਕੁੱਟਦੇ ਆ, ਉਹਦੀ ਜਦੋਂ ਪੱਗ ਲਾਉਣ ਦੀ ਗੱਲ ਆਉਂਦੀ ਆ ਉਹ ਕਹਿੰਦਾ ਮੈਂ ਨਹੀਂ, ਮਨ 'ਚ ਵੀ ਕਹਿੰਦਾ ਮੈਂ ਇਹਦੀ ਪੱਗ ਨਹੀਂ ਲਾਉਣੀ, ਉਹ ਬਿਨਾਂ ਪੱਗ ਤੋਂ ਕਹਿੰਦਾ ਮੈਂ ਇੰਟੈਰੋਗੇਟ ਕਰੂੰਗਾ ਇਹਨੂੰ, ਕਰ ਲਾ, ਉਹ ਕਹਿੰਦਾ ਕਰ ਲਾ। ਫਿਰ ਹੁਣ ਉਹਨੇ ਕਈਆਂ ਨੂੰ ਨੰਗਾ ਕੀਤਾ, ਨੰਗਾ ਕਰਨਾ ਵੀ ਇੱਕ ਸਿੰਬੋਲਿਕ ਹੈ, ਪੱਗ ਵੀ ਇੱਕ ਸਿੰਬਲ ਹੈ, ਕੱਪੜਾ ਨਹੀਂ ਹੈ ਜਾਣਦੇ ਜ਼ਿਆਦਾ ਜਾਣਦੇ, ਮੈਂ ਉਹਨੂੰ ਪੱਗ ਨੂੰ ਹੱਥ ਨਾ ਪਾਉਣਾ ਇੱਕ ਸਿੰਬਲ ਦੇ ਤੌਰ 'ਤੇ ਪੇਸ਼ ਕੀਤਾ, ਵੀ ਉਹਦੀ ਪੱਗ ਨੂੰ ਹੱਥ ਨਹੀਂ ਲਾ ਸਕਿਆ, ਉਹ ਜੁਰਤ ਨਹੀਂ ਕਰ ਸਕਿਆ ਇੱਕ ਸੰਸਥਾ ਨੂੰ ਜਲੀਲ ਕਰਨ ਲਈ। ਫਿਰ ਉਹ ਜਿਹੜਾ ਉਹ ਜਦੋਂ ਉਹ ਕਹਿੰਦੇ ਵੀ ਇਹਨੂੰ ਨੰਗਾ ਕਰ, ਇਹਦੇ ਕਛਹਿਰੇ ਨੂੰ ਲਾ, ਅੰਡਰਵੀਅਰ ਨੂੰ ਲਾ, ਉਹ ਕਹਿੰਦਾ ਉਹ ਉਹਦੀ ਲਿਜਾਂਦਾ ਉੱਥੋਂ ਤੱਕ ਉਹ ਡੰਡਾ ਜਿਹਾ ਹੱਥ ਕੰਬਦੇ ਆ, ਉਹ ਛੱਡ ਦਿੰਦਾ ਵੀ ਨਹੀਂ। ਮੈਂ ਉੱਥੇ ਵੀ ਸਿੰਬਲ ਪੇਸ਼ ਕੀਤਾ ਵੀ ਉਹ ਨੰਗਾ ਵੀ ਨਹੀਂ ਕਰ ਸਕਿਆ, ਨੰਗੇਜ਼ ਵੀ ਨੰਗਾ ਕਰਨਾ ਵੀ ਇੱਕ ਸਿੰਬਲ ਹੈ, ਉਹਦਾ ਕੀ ਸਰੀਰ ਦਾ ਕੀ ਹੈਗਾ, ਕਿਉਂ ਜੀ ਜੀ, ਠੀਕ ਹੈ। ਉਹ ਦੋ ਗੱਲਾਂ ਕੀਤੀਆਂ ਅਤੇ ਫਿਰ ਉਹਨੇ ਜਦੋਂ ਇੰਟੈਰੋਗੇਟ ਕੀਤਾ ਉਹਨੇ ਕੁਛ ਨਹੀਂ ਦੱਸਿਆ, ਉਹ ਇਹੀ ਕਹਿੰਦਾ ਰਿਹਾ ਮੇਰੇ ਕੋਲ ਕੁਛ ਨਹੀਂ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਤੇ ਉਹ ਬੇਹੋਸ਼ ਹੋ ਜਾਂਦਾ, ਉਹਨੂੰ ਚੱਕ ਕੇ ਇੱਧਰ ਕਰ ਦਿੰਦੇ ਆ, ਕਹਿੰਦੇ ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਸਾਡੇ ਉਸ ਮੁੰਡੇ ਦੀ ਇੰਟੈਰੋਗੇਸ਼ਨ ਦੀ ਜੋ ਗੱਲ ਕੀਤੀ ਹੈ, ਪੱਗ ਨੂੰ ਹੱਥ ਨਹੀਂ ਲੱਗਣ ਦਿੱਤਾ, ਨੰਗਾ ਨਹੀਂ ਹੋਣ ਦਿੱਤਾ, ਅਤੇ ਉਹ ਬੇਹੋਸ਼ ਹੋ ਗਿਆ, ਉਹਨੇ ਕੋਈ ਗੱਲ ਦੱਸੀ ਨਹੀਂ, ਇੱਦੋਂ ਬਾਅਦ ਤੁਸੀਂ ਕੀ ਲਿਖ ਦਿੰਦੇ? ਜੀ ਜੀ, ਮੈਂ ਫਿਰ ਉਹਨਾਂ ਨੂੰ ਉੱਦਣ ਮੇਰੇ ਮਨ 'ਚ ਇਹ ਵੀ ਆਇਆ ਵੀ ਇਹ ਐਵੇਂ ਨਹੀਂ ਤੁਰੇ ਫਿਰਦੇ, ਇਹ ਪੜ੍ਹੇ ਲਿਖੇ ਵੀ ਨੇ, ਇੰਨਾ ਅਨੈਲਿਸਿਸ ਵੀ ਕਰਦੇ ਆ ਡੀਪਲੀ ਲਿਟਰੇਚਰ ਨੂੰ, ਇਹ ਸ਼ਾਇਦ ਕਿਸੇ ਹੋਰ ਨੇ ਗੱਲਾਂ ਨਾ ਸਮਝੀਆਂ ਹੋਣ, ਪਰ ਉਹਨਾਂ ਨੇ ਉਸ ਨਾਵਲ 'ਚੋਂ ਇਹ ਗੱਲ ਕੱਢੀਆਂ। ਉਹ ਗੱਲਾਂ ਜਿਵੇਂ ਤੁਸੀਂ ਕਹਿੰਦੇ, ਉਹ ਸਾਰਾ ਕੁਛ ਵੀ ਮੈਂ ਆਪਣੇ ਇਸ ਨਾਵਲ 'ਚ ਦਿੱਤਾ, ਜਿਹਦੇ ਕਰਕੇ ਸਰਵ ਪ੍ਰਵਾਨਤੀ ਰਿਹਾ
ਔਰ 1990 ਛੱਪਿਆ ਅੱਜ ਤੱਕ 28 ਸਾਲ ਤੋਂ ਇਹ ਕਿਸੇ ਨਾ ਕਿਸੇ ਯੂਨੀਵਰਸਿਟੀ ਸਿਲੇਬਸ ਦਾ ਚੱਲੇ ਆਉਂਦਾ ਪ੍ਰਵਾਨਤ ਹੈ ਜੀ। ਇਹ ਸੀ ਉਦੋਂ ਦੀ ਸਿਚੁਏਸ਼ਨ ਜਿਹੜੀ ਤੁਸੀਂ ਮਿੱਤਰ ਸੈਨ ਜੀ ਗੱਲ ਉਸ ਹਾਲਾਤ ਦੀ ਉਸ ਸਮੇਂ ਦੀ ਕੀਤੀ ਹੈ, ਤੁਸੀਂ ਸਰਕਾਰੀ ਅੱਤਵਾਦ ਦੀ ਕੀਤੀ ਹੈ, ਜ਼ੁਲਮ ਓ ਸਿਤਮ ਦੀ ਗੱਲ ਕੀਤੀ ਹੈ, ਇੱਕ ਸਰਕਾਰੀ ਵਕੀਲ ਹੁੰਦੇ ਹੋਏ ਉਸ ਸਮੇਂ ਪੰਜਾਬ ਦੀ ਤ੍ਰਾਸਦੀ ਦੀ ਗੱਲਬਾਤ ਕੀਤੀ ਹੈ, ਤੁਸੀਂ ਆਪਣੇ ਲੜੀਵਾਰ ਨਾਵਲਾਂ 'ਚ ਬਹੁਤ ਗੱਲ ਕੀਤੀ ਹੈ। ਮੈਂ ਉਹਨਾਂ ਦੀ ਲੜੀਵਾਰ ਗੱਲ ਕਰਨ ਤੋਂ ਪਹਿਲਾਂ ਇੱਕ ਜ਼ਿਕਰ ਕਰਨਾ ਚਾਹਾਂਗਾ ਕਿ ਤੁਸੀਂ ਜਦੋਂ ਕਾਨੂੰਨ ਦੇ ਵਿੱਚ ਉੱਥੇ ਬਤੌਰ ਵਿਦਿਆਰਥੀ ਪੜ੍ਹਦੇ ਰਹੇ, ਬਹੁਤ ਸਾਰੇ ਇਹੋ ਜਿਹੇ ਮੌਕੇ ਵੀ ਤੁਹਾਡੇ ਕੋਲ ਆਏ ਜਦੋਂ ਤੁਸੀਂ ਦੇਖਿਆ ਕਿ ਪੰਜਾਬ ਦੇ ਪੰਜਾਬੀ ਬੋਲੀ ਦੇ ਨਾਂ 'ਤੇ ਰੋਟੀਆਂ ਸੇਕੀਆਂ ਜਾਂਦੀਆਂ, ਸਰਕਾਰਾਂ ਅਲੱਗ ਅਲੱਗ ਕਿਸਮ ਦੇ ਐਲਾਨ ਕਰਦੀਆਂ, ਬਹੁਤ ਕਿਸਮ ਦੇ ਇਹੋ ਜਿਹੇ ਵਾਅਦੇ ਕੀਤੇ ਜਾਂਦੇ ਨੇ, ਪਰ ਉਹੀ ਪੰਜਾਬ, ਉਹੀ ਪੰਜਾਬੀ ਅਤੇ ਪੰਜਾਬੀਅਤ, ਉਸਦਾ ਖੈਰ ਖਵਾ ਕੋਈ ਨਜ਼ਰ ਨਹੀਂ ਆਉਂਦਾ। ਇਹਦੇ ਬਾਰੇ ਜ਼ਰੂਰ ਦੱਸੋ। ਇਹਦੇ ਬਾਰੇ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਲਾਈਨ ਦੋ ਲਾਈਨਾਂ 'ਚ ਮੈਂ ਗੱਲ ਕਰਕੇ ਨਾਵਲਾਂ ਦੀ ਗੱਲ ਖਤਮ ਕਰਦਾ, ਅਤੇ ਮੈਨੂੰ 16 ਸਾਲ ਲੱਗੇ ਹਾਂਜੀ ਇਹ 4 ਨਾਵਲਾਂ ਨੂੰ ਪੂਰੇ ਫੌਜਦਾਰੀ ਨਿਆਂ ਪ੍ਰਬੰਧ ਨੂੰ ਸਥਾਪਿਤ ਕਰਨ ਲਿਖੇ। ਮੈਂ ਚਾਰਾਂ ਦੀ ਚੜ੍ਹਤ ਹੈ, ਚਾਰੇ ਨਾਵਲ ਜਿਹੜੇ ਹੈਗੇ ਇੱਕੋ ਤਰ੍ਹਾਂ ਨਾਲ ਪ੍ਰਵਾਨਤ ਨੇ, ਪੂਰੀ ਤਰ੍ਹਾਂ ਪੜ੍ਹੇ ਜਾਂਦੇ ਨੇ ਅਤੇ ਬਹੁਤ ਬਹੁਤ ਐਡੀਸ਼ਨ ਛਪ ਗਏ ਆ। ਤਾਂ ਜਦੋਂ ਮੈਂ, ਮੇਰਾ ਇਹ ਵਿਚਾਰ ਹੈ ਵੀ ਐਵੇਂ ਨਹੀਂ ਲਿਖੀ ਜਾਣਾ। ਹਾਂ, ਕਈ ਸਾਡੇ ਦੋਸਤ ਮਿੱਤਰ ਆ ਇਸ ਸਾਲ ਕਿਤਾਬਾਂ ਛਾਪਦੇ ਆ, ਮੈਂ ਉਸ ਵਿਊ ਦਾ ਨਹੀਂ ਆ। ਹਾਂ, ਵੀ ਜੇ ਕੋਈ ਹੈ ਕੁਛ ਤਾਂ ਲਿਖ ਲਓ, ਨਹੀਂ ਚਾਰਾਂ ਨੇ ਬਹੁਤ ਮੈਨੂੰ ਮਾਨ ਸਨਮਾਨ ਦਵਾਇਆ, ਮੈਂ ਹੋਰ ਕੀ ਕਰਨਾ, ਮੈਂ ਇੱਕ ਨਾਵਲ ਹੋਰ ਲਿਖ ਲੂੰਗਾ, ਕਮਾਈ ਲਈ ਮੈਂ ਲਿਖਦਾ ਨਹੀਂ, ਰੋਇਲਟੀ ਮੇਰਾ ਕੋਈ ਉਦੇਸ਼ ਨਹੀਂ। ਮੈਂ ਕਿਤਾਬਾਂ ਤੁਸੀਂ ਕੋਈ ਦੇਖ ਲਓ, ਸਾਰੇ ਐਡੀਸ਼ਨ ਬੁੱਕ ਪੇਪਰ ਬੈਗ 'ਚ, ਘੱਟੋ ਘੱਟ ਕੀਮਤ 'ਤੇ ਨਾਵਲ, ਮੈਂ, ਮੇਰੀ ਸ਼ਰਤ ਇੱਕੋ ਹੀ ਹੁੰਦੀ ਹੈ, ਮੈਨੂੰ ਕਿਸੇ ਰੋਇਲਟੀ ਦੀ ਲੋੜ ਨਹੀਂ, ਮੇਰਾ ਨਾਵਲ 100 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਹ ਉਸ ਕਰਕੇ ਉਹ ਗਏ ਆ, ਪਾਪੂਲਰ ਹੋਇਆ। ਤਾਂ ਜਦੋਂ ਉਹ ਨਾਵਲ ਛਪ ਗਏ ਮੇਰੇ, ਮੇਰਾ ਲਾਸਟ ਸੁਧਾਰ ਘਰ 2006 ਛਪਿਆ, 12 ਸਾਲ ਹੋ ਗਏ ਮੈਂ ਕੋਈ ਨਾਵਲ ਨਹੀਂ ਲਿਖਿਆ, ਕਿਉਂਕਿ ਜੋ ਮੈਂ ਲਿਖਣਾ ਸੀ ਮੈਂ ਲਿਖਤਾ ਸੀ, ਉਹ ਲਿਖਣ 'ਤੇ ਮੇਰੀ ਤਸੱਲੀ ਸੀ। ਤਾਂ ਫਿਰ ਜਦੋਂ ਬਾਅਦ 'ਚ ਮੈਂ ਆਇਆ ਦੇਖਿਆ ਵੀ ਜਿਹੜੀ ਪੰਜਾਬੀ ਭਾਸ਼ਾ ਸਾਡੀ, ਇਹ ਇਹ 'ਚ ਕੀ ਹੋ ਰਿਹਾ, ਹਾਂਜੀ ਇੱਕ ਦਿਲਚਸਪੀ ਜਾਗੀ ਵੀ ਇਹ ਪਿੱਛੇ ਨੂੰ ਕਿਉਂ ਜਾ ਰਹੀ ਹੈ। ਹੁਣ ਇੱਕ ਯੂਨੈਸਕੋ ਦੀ ਰਿਪੋਰਟ ਦੇ ਬਹਾਨੇ ਗੱਲ ਚੱਲੀ ਵੀ ਪੰਜਾਬੀ ਹੈ ਜਿਹੜੀ 50 ਸਾਲ 'ਚ ਮਰ ਜੂਗੀ, ਹਾਂਜੀ ਉਹਦੇ ਬਾਰੇ ਫਿਰ ਥੋੜ੍ਹੀ ਚਰਚਾ ਹੋਈ। ਹੁਣ ਮੈਂ ਦੇਖਿਆ ਵੀ ਕੀ ਹੈਗਾ, ਚਲੋ ਕਹਿੰਦੇ ਕੋਈ ਕਹੇ ਵੀ ਹੈਗੀ ਨਹੀਂ ਰਿਪੋਰਟ, ਕਹੀ ਮੈਂ ਨਾ ਹੋਵੇ, ਪਰ ਇੱਕ ਗੱਲ ਸਾਡੇ ਕੋਲ ਵਾਰਨਿੰਗ ਤਾਂ ਆ ਗਈ, ਡਾਕਟਰ ਸਾਡਾ ਐਨਾਲਿਸਿਸ ਕਰਾਉਂਦਾ ਮੈਨੂੰ ਕੈਂਸਰ ਦਾ ਸ਼ੱਕ ਹੈ, ਹਾਂਜੀ ਉਹ ਸਾਡਾ ਪਹਿਲੀ ਸਟੇਜ 'ਤੇ ਫੜਨ ਦਾ, ਫੜਨ ਲਈ ਇਲਾਜ ਹੋਜੂ, ਨਹੀਂ ਨਹੀਂ ਹੋਊਗਾ, ਵਿਗੜੂਗਾ, ਜੇ ਨਹੀਂ ਹੋਊਗਾ ਕੈਂਸਰ ਦਾ ਅਸੀਂ ਆਪਦੀ ਆਰਾਮ ਨਾਲ ਘੋੜੇ ਨਾਲ ਜਾ ਲਵਾਂਗੇ, ਪਰ ਜੇ ਸਾਨੂੰ ਵਾਰਨਿੰਗ ਆ ਗਈ ਸਾਡੇ ਸਿਮਟਮ ਲੱਗਦੇ ਆ ਵੀ ਕੈਂਸਰ ਦੇ ਆ ਤਾਂ ਸਾਨੂੰ ਇਲਾਜ ਕਰ ਲੈਣਾ ਚਾਹੀਦਾ। ਮੈਂ ਉਸ ਵਿਊ ਨੂੰ ਲੈ ਕੇ ਮੈਂ ਸਾਰਾ ਦੇਖਿਆ ਵੀ ਵਾਕਈ ਕੀ ਹੈ ਕਿ ਬਾਕੀ ਪੰਜਾਬੀ ਪਿੱਛੇ ਜਾ ਰਹੀ ਹੈ। ਹੁਣ ਆਪਾਂ ਰੌਲਾ ਪਾਈ ਜਾਂਦੇ ਅਸੀਂ ਲੋਕ ਸਾਰੇ ਇੱਥੇ ਤੱਕ ਵੀ ਪਈ ਜਾਂਦਾ ਵੀ ਸਾਡੇ ਬੱਚੇ ਅੰਗਰੇਜ਼ੀ ਪੜ੍ਹਦੇ ਤੁਹਾਨੂੰ ਚੰਗੇ ਨਹੀਂ ਲੱਗਦੇ, ਹਿੰਦੀ ਬੋਲਣ ਲੱਗ ਗਏ, ਮੈਂ ਇਹ ਕਿਉਂ ਬੋਲਦੇ ਆ, ਹਾਂਜੀ ਹਿੰਦੀ ਕਿਉਂ ਬੋਲਣ ਲੱਗ ਗਏ, ਅੰਗਰੇਜ਼ੀ ਕਿਉਂ ਬੋਲਣ ਲੱਗ ਗਏ, ਕਿਉਂ ਸਾਨੂੰ ਚੰਗੀ ਲੱਗਦੀ ਹੈ। ਸਿੱਖ ਫੈਮਿਲੀਜ਼ ਦੇ ਬੱਚੇ ਵੀ ਜਿਹੜੇ ਉਹ ਵੀ ਅਸੀਂ ਜਿਹੜੇ ਹੈਗੇ ਹਾਂ ਅੰਗਰੇਜ਼ੀ ਪੜ੍ਹਾ ਕੇ ਖੁਸ਼ ਹਾਂ, ਸਿੱਖ ਫੈਮਿਲੀਜ਼ ਹੀ ਨਹੀਂ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਨੇ ਵੀ ਜਿਹੜੇ ਸਕੂਲ ਖੋਲ੍ਹੇ ਅੰਗਰੇਜ਼ੀ ਮਾਧਿਅਮ, ਬਿਲਕੁਲ ਠੀਕ ਹੈ, ਕਿਉਂ ਹੋ ਰਿਹਾ ਮੇਰੇ ਮਨ 'ਚ ਇਹ ਸੀਗਾ। ਅਤੇ ਮੈਂ ਫਿਰ ਦੇਖਿਆ, ਸਟੱਡੀ ਕੀਤੀ ਕੁਛ ਇੱਧਰ ਉੱਧਰੋਂ ਦੇਖਿਆ, ਫਿਰ ਮੇਰਾ ਮੇਰੇ ਦਿਮਾਗ 'ਚ ਆਇਆ ਵੀ ਜਿਹੜੀ ਰਾਜ ਭਾਸ਼ਾ ਹੈ ਐਕਟ, ਇਹਨੂੰ ਰਾਜ ਭਾਸ਼ਾ ਦਾ ਸਥਾਨ ਮਿਲਿਆ ਕਿ ਨਹੀਂ ਮਿਲਿਆ, ਨਹੀਂ ਮਿਲਿਆ, ਇਹਦੇ ਬਾਰੇ 'ਚ ਘੋਖ ਕਰੀ ਜਾਵੇ ਜੀ। ਉਹ ਹੁਣ ਇੱਕ ਹਰ ਇੱਕ ਰਾਜ ਭਾਸ਼ਾ ਦੇ ਲਈ ਇੱਕ ਐਕਟ ਬਣਦਾ ਜੀ, ਸਰਕਾਰ ਉਹ ਕਾਨੂੰਨ ਬਣਾਉਂਦੀ ਹੈ, ਉਸ ਕਾਨੂੰਨ ਦੇ ਮੁਤਾਬਕ ਉਹਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ। ਅਤੇ ਮੈਂ ਜਦੋਂ ਆਪਣੇ ਰਾਜ ਭਾਸ਼ਾ ਐਕਟ ਆਪਣਾ 1967 'ਚ ਬਣਿਆ, ਜਿਹਨੂੰ ਲਛਮਣ ਸਿੰਘ ਲਾਹੌਰਾਂ ਦਾ ਨਾਂ ਆਉਂਦਾ ਜੁੜਦਾ ਉਹਦੇ ਨਾਲ, ਅਸੀਂ ਉਹਦੇ ਕਰਕੇ ਉਹਨੂੰ ਜਾਣਦੇ ਹਾਂ ਲਛਮਣ ਸਿੰਘ ਲਾਹੌਰਾਂ ਨੂੰ, ਸ਼ਾਇਦ ਬਾਕੀ ਕਾਰਵਾਈਆਂ ਉਹਨਾਂ ਦੀਆਂ ਕਿਸੇ ਦੀ ਯਾਦ ਨਹੀਂ, ਉਹ ਯਾਦ ਨਹੀਂ 50 ਸਾਲ, ਹਾਂਜੀ ਬਿਲਕੁਲ। ਅਤੇ ਉਹ ਉਸ ਐਕਟ ਦੀ ਮੈਂ ਪੂਰੀ ਕਾਨੂੰਨ ਦੇ ਐਂਗਲ ਤੋਂ ਘੋਖ ਕੀਤੀ, ਮੈਂ ਦੇਖਿਆ ਵੀ ਆਹ ਹੈ
ਅੰਗਰੇਜ਼ੀ ਪੜ੍ਹ ਜਾਣ ਦਾ ਅਤੇ ਪੰਜਾਬੀ ਦੇ ਬੈਕ ਜਾਣ ਦਾ ਵੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਹੀ ਨਹੀਂ। ਹਾਂਜੀ, ਫਿਰ ਮੇਰੇ ਮਨ 'ਚ ਆਈ ਵੀ ਕਾਨੂੰਨ ਤਕਰੀਬਨ ਇੱਕੋ ਜਿਹੇ ਹੁੰਦੇ ਆ, ਚਾਹੇ ਉਹ ਜੇ ਆਈ ਪੀ ਸੀ ਬਣੀ ਆ ਮਰਡਰ ਦੀ ਪਰਿਭਾਸ਼ਾ ਹੈ ਉਹ ਇੱਥੇ ਵੀ ਉਹੀ ਹੋਊਗੀ, ਉਹ ਆਇਰਲੈਂਡ 'ਚ ਵੀ ਉਹੀ ਹੋਊਗੀ, ਉਹ ਪਾਕਿਸਤਾਨ 'ਚ ਵੀ ਉਹੀ ਹੋਊਗੀ, ਉਹ ਇੱਕੋ ਜਿਹੀ ਹੁੰਦੀ ਹੈ ਕਾਨੂੰਨ ਮਾੜਾ ਮੋਟਾ ਫਰਕ। ਮੈਂ ਦੇਖੀਏ ਬਾਕੀ ਰਾਜ ਭਾਸ਼ਾਵਾਂ ਦੇ ਕਾਨੂੰਨ ਕੀ ਕਹਿੰਦੇ ਆ ਅਤੇ ਉਹਨਾਂ ਨੇ ਕਿਵੇਂ ਕੰਨੜ ਵਾਲਿਆਂ ਨੇ ਜਾਂ ਤਾਮਿਲਨਾਡੂ ਵਾਲਿਆਂ ਨੇ ਕਿਵੇਂ ਆਪਣੀ ਭਾਸ਼ਾ ਨੂੰ ਐਨ ਟੋਪ 'ਤੇ ਪਹੁੰਚਾਤਾ। ਉਹਨਾਂ ਦੇ ਸਾਰੇ ਰਾਜ ਭਾਸ਼ਾ ਐਕਟ ਪੜ੍ਹੇ, ਅੱਛਾ, ਸਾਰਾ ਮੈਂ ਅਧਿਐਨ ਕੀਤਾ ਅਤੇ ਮੈਂ ਦੇਖਿਆ ਵੀ ਕਿੱਥੇ ਕਿੱਥੇ ਨੁਕਸ ਪਏ ਆ। ਬਿਲਕੁਲ, ਹੁਣ ਉਹ ਕੀ ਹੈ ਰਾਜ ਭਾਸ਼ਾ ਦਾ ਮਤਲਬ ਕੀ ਹੈ, ਪਹਿਲਾਂ ਮੈਂ ਦੇਖਿਆ, ਪੁੱਛ ਲਓ ਤੁਸੀਂ ਜਿਹੜੇ ਇੱਥੇ ਸਕੋਲਰ ਸਾਡੇ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਆ, ਉਹਨਾਂ ਨੂੰ ਕਦੇ ਪੁੱਛੋ। ਜਿਹੜੀ ਮੈਂ ਕਹਿੰਦਾ ਵੀ ਮੈਂ ਇਹ ਕਹਿਣਾ ਹੁੰਦਾ ਵੀ ਜੋ ਗੱਲਾਂ ਮੈਂ ਦੱਸੂੰਗਾ ਤੁਹਾਨੂੰ ਇੰਟਰਨੈੱਟ 'ਤੇ ਨਹੀਂ ਮਿਲਣਗੀਆਂ, ਕਿਉਂਕਿ ਮੇਰੀ ਖੋਜ ਹੈ, ਨਵੀਂ ਖੋਜ ਹੈ। ਹੁਣ ਆ ਜੂਗਾ ਇੰਟਰਨੈੱਟ 'ਤੇ, ਉਹ ਮੇਰੇ ਨਾਂ 'ਤੇ ਆਊਗਾ, ਪਰ ਹੋਰ ਨਹੀਂ ਹਾਲੇ ਤੱਕ ਆਈ। ਹੁਣ ਰਾਜ ਭਾਸ਼ਾ ਦੀ ਜਿਹੜੀ ਪਰਿਭਾਸ਼ਾ ਹੈ ਮੈਂ ਉਹ ਦੇਖੀ ਪਹਿਲਾਂ ਵੀ ਹੈ ਕਿ ਹਾਂਜੀ, ਜਿਹਨੂੰ ਕਹਿੰਦੇ ਅਸੀਂ ਰਾਜ ਭਾਸ਼ਾ ਦਾ ਦਰਜਾ ਦੇ ਤਾ ਕਿਸੇ ਭਾਸ਼ਾ ਨੂੰ। ਰਾਜ ਭਾਸ਼ਾ ਦਾ ਦਰਜਾ ਸੰਖੇਪ 'ਚ ਉਹ ਹੈ ਜਦੋਂ ਕੋਈ ਸਰਕਾਰ ਆਪਣੇ ਸਾਰੇ ਕੰਮ, ਸਾਰੇ ਕੰਮਾਂ 'ਚ ਤਿੰਨੇ ਹਿੱਸੇ, ਪ੍ਰਸ਼ਾਸਨਿਕ, ਹਾਂਜੀ, ਵਿਧਾਨ ਕਾਨੂੰਨ ਵਾਲੀ ਵਿਧਾਨ ਸਭਾ ਜੀ, ਅਤੇ ਅਦਾਲਤਾਂ ਜੀ, ਜਦੋਂ ਤਿੰਨਾਂ ਵਿੰਗਾਂ ਦੇ ਵਿੱਚ ਕੋਈ ਭਾਸ਼ਾ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਹੈ ਉਦੋਂ ਅਸੀਂ ਰਾਜ ਭਾਸ਼ਾ ਕਿਹਾ ਜਾਂਦਾ। ਠੀਕ ਹੈ, ਉਹਦੇ ਲਈ ਜਦੋਂ ਕਾਨੂੰਨ ਬਣਦਾ ਤਾਂ ਇਕੱਲੀ ਇਕੱਲੀ 'ਤੇ ਵਿਵਸਥਾ ਬਣਦੀ ਹੈ, ਵੀ ਅਸੀਂ ਵਿਧਾਨ ਸਭਾ 'ਚ ਕਾਨੂੰਨ ਬਣਾਵਾਂਗੇ, ਇੱਕ ਸੈਕਸ਼ਨ ਹੁੰਦੀ ਹੈ, ਅਸੀਂ ਅਦਾਲਤਾਂ 'ਚ ਪੰਜਾਬੀ ਲਾਗੂ ਕਰਾਂਗੇ, ਬਾਤ ਭਾਸ਼ਾ ਲਾਗੂ ਕਰਾਂਗੇ, ਉਹਦੀ ਇੱਕ ਸੈਕਸ਼ਨ ਹੁੰਦੀ ਹੈ, ਅਸੀਂ ਦਫ਼ਤਰਾਂ ਦੇ ਵਿੱਚ ਕਰਾਂਗੇ ਉਹਦੀ ਸੈਕਸ਼ਨ, ਤਿੰਨ ਸੈਕਸ਼ਨਾਂ ਤਿੰਨਾਂ ਲਈ ਅੱਡ ਅੱਡ ਹੁੰਦੀਆਂ। ਠੀਕ ਹੈ, ਹੁਣ ਮੈਂ ਦੇਖਿਆ ਵੀ ਰਵੀ ਕਿੱਥੇ ਕਿੱਥੇ ਕੀ ਹੋ ਗਿਆ ਲਾਗੂ, ਜੇ ਲਾਗੂ ਹੋ ਗਿਆ ਤਾਂ ਲਾਗੂ ਹੋਇਆ ਤਾਂ ਹੈ ਨਹੀਂ। ਮੈਂ ਅਦਾਲਤਾਂ 'ਚ ਦੇਖਿਆ ਵੀ ਅਦਾਲਤਾਂ ਅੰਗਰੇਜ਼ੀ ਚੱਲਦੀ ਹੈ, ਹਾਂਜੀ, ਦਫ਼ਤਰਾਂ 'ਚ ਦੇਖਿਆ ਬਤੌਰ ਡਿਸਟ੍ਰਿਕਟ ਅਟਾਰਨੀ, ਮੈਂ ਡਿਸਟ੍ਰਿਕਟ ਹੈਡ ਸੀ ਵੀ ਇੱਥੇ ਵੀ ਕੋਈ ਉਹ ਨਹੀਂ ਹੈ, ਕੋਈ ਸਮੱਗਰੀ ਨਹੀਂ, ਕੁਛ ਨਹੀਂ, ਅਤੇ ਅਸੀਂ ਸਾਰੀ ਜਿੰਨੀ ਲੀਗਲ ਓਪੀਨੀਅਨ ਹੈ ਅੰਗਰੇਜ਼ੀ 'ਚ ਦਿੰਦੇ ਹਾਂ। ਔਰ ਅੱਜ ਕੱਲ੍ਹ ਇਹ ਹੈ ਵੀ ਅੰਗਰੇਜ਼ੀ ਵੀ ਨਹੀਂ ਆਉਂਦੀ, ਸਰਕਾਰੀ ਵਕੀਲਾਂ ਨੂੰ ਮੈਂ ਕਹਿੰਦਾ ਉਹ ਪੰਜਾਬੀ 'ਚ ਲਿਖ ਲਓ, ਉਹ ਜੀ ਸਾਨੂੰ ਅੰਗਰੇਜ਼ੀ ਦੇ ਸ਼ਬਦ ਨਹੀਂ ਲੱਭਦੇ, ਪੰਜਾਬੀ 'ਚ ਪੰਜਾਬੀ ਦੇ ਸ਼ਬਦ ਨਹੀਂ ਲੱਭਦੇ, ਉੱਥੇ ਅੰਗਰੇਜ਼ੀ ਲਿਖ ਲਓ, ਜੇ ਕੋਈ ਸ਼ਬਦ ਨਹੀਂ ਉਹਦੇ ਅੰਗਰੇਜ਼ੀ ਪਾ ਲਓ, ਪੂਰਾ ਸੈਂਟੈਂਸ ਤਾਂ ਪੰਜਾਬੀ 'ਚ ਲਓ, ਨਾ ਤੁਹਾਨੂੰ ਅੰਗਰੇਜ਼ੀ ਲਿਖਣੀ ਤੁਹਾਨੂੰ ਪੰਜਾਬੀ। ਹਾਲਤ ਇਹ ਬਣੀ ਪਈ ਵਕੀਲਾਂ ਦੀ, ਦੇਖੋ ਸਰਕਾਰੀ ਵਕੀਲਾਂ ਦੀ, ਜਿਹਦਾ ਮੈਂ ਰਿਹਾ ਨਾਲ ਦੇਖਿਆ। ਜਦੋਂ ਮੈਂ ਜਦੋਂ ਹੁਣ ਪਹਿਲਾਂ ਆਪਾਂ ਗੱਲ ਕਰੀਏ ਵਿਸਥਾਰ ਨਾਲ, ਇਸੀ ਗੱਲ ਕਰਨ ਵੀ ਆਏ ਹਾਂ ਔਰ ਐਜੂਕੇਟ ਵੀ ਕਰਨੇ, ਅਵੇਅਰ ਵੀ, ਸਾਡੀ ਤੁਹਾਨੂੰ ਰਿਕੁਐਸਟ ਵੀ ਹੈ ਇੱਧਰਲੇ ਭਾਈਚਾਰੇ ਨੂੰ ਪੰਜਾਬੀ ਵਾਲਿਆਂ ਨੂੰ ਵੀ, ਕਿੱਥੇ ਜਦੋਂ ਵੀ ਕੋਈ ਇੱਧਰ ਲੀਡਰ ਆਉਂਦਾ ਜਾਂ ਜਦੋਂ ਕਦੇ ਉੱਧਰ ਜਾ ਕੇ ਤੁਸੀਂ ਜਾਂਦੇ ਹੋ ਜਾਂ ਕੋਈ ਸੰਸਥਾ ਕੋਈ ਵਿਸ਼ਵ ਕਾਨਫਰੰਸ ਕਰਾਉਂਦੀ ਹੈ ਤਾਂ ਉਹਦੇ ਵਿੱਚ ਇਹ ਮੁੱਦੇ ਵੀ ਉਠਾਏ ਜਾਣ ਜੀ। ਹੁਣ ਪਹਿਲੀ ਗੱਲ ਆਪਾਂ ਲਈਏ, ਜਿਹੜਾ ਆਪਾਂ ਗੱਲ ਸ਼ੁਰੂ ਕਰਦੇ ਹਾਂ ਵਿਧਾਨ ਸਭਾਵਾਂ ਦੇ ਵਿੱਚ ਕਾਨੂੰਨ ਦੀ ਗੱਲ ਕਰਦੇ ਹਾਂ, ਜਿਹੜੀ ਧਾਰਾ 6 ਹੈ ਸਾਡੀ ਪੰਜਾਬ ਰਾਜ ਭਾਸ਼ਾ ਐਕਟ 1967 'ਚ, ਜਿਹਦੇ 'ਚ ਲਿਖਿਆ ਗਿਆ ਵੀ ਜਿਹੜੇ ਸਾਡੀ ਪੰਜਾਬ ਦੀ ਵਿਧਾਨ ਸਭਾ ਹੈ ਉਹਦੇ ਵਿੱਚ ਕਾਨੂੰਨ ਪੰਜਾਬੀ 'ਚ ਬਣ ਲੱਗਣਗੇ, ਇਹ ਲਿਖਿਆ ਲੱਗਣਗੇ। ਹਾਂਜੀ, ਠੀਕ ਹੈ, ਅਤੇ ਉਹ ਲੱਗਣਗੇ ਕਦੋਂ, ਉਹਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਾਂਗੇ, ਵੱਖਰਾ ਹੁਕਮ ਜਾਰੀ ਕਰਾਂਗੇ, ਹਾਂ ਇਹ ਹੈ। ਔਰ ਇਹ ਸਾਡਾ ਦੁਖਾਂਤ ਹੈ ਵੀ ਅੱਜ ਤੱਕ 51 ਸਾਲ ਹੋ ਗਏ ਕਾਨੂੰਨ ਨੂੰ ਬਣੇ ਨੂੰ, ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ। ਅੱਛਾ, ਹਾਂਜੀ, ਮਤਲਬ ਕਾਨੂੰਨ ਤਾਂ ਬਣ ਗਿਆ, ਕਾਨੂੰਨ ਲਾਗੂ ਨਹੀਂ ਹੋਇਆ, ਲਾਗੂ ਉਦੋਂ ਹੋਣਾ ਜਦੋਂ ਨੋਟੀਫਿਕੇਸ਼ਨ ਜਾਰੀ। ਹੁਣ ਸਾਡਾ ਉਸ ਨੋਟੀਫਿਕੇਸ਼ਨ ਨਾ ਹੋਣ ਕਾਰਨ ਜਿਹੜਾ ਕਾਨੂੰਨ ਹੈ ਅੰਗਰੇਜ਼ੀ 'ਚ ਬਣਦਾ, ਉਹ ਜੇ ਅੰਗਰੇਜ਼ੀ 'ਚ ਕਿਉਂ, ਸਾਨੂੰ ਪੰਜਾਬੀ 'ਚ ਜਿਹੜਾ ਕਾਨੂੰਨ ਹੈ ਉਹ ਆਪਣੀ ਮਾਤ ਭਾਸ਼ਾ 'ਚ ਦੋ ਉਦੇਸ਼ਾਂ ਲਈ ਚਾਹੀਦਾ ਹੁੰਦਾ ਹੈ। ਹਾਂਜੀ, ਇੱਕ ਤਾਂ ਇਹ ਹੈ ਵੀ ਜਿਹੜੇ ਲੋਕ ਨੇ ਸਾਡੇ, ਕਾਨੂੰਨ ਦਾ ਇੱਕ ਨਿਯਮ ਹੈ ਵੀ ਉਹ ਕਹਿੰਦਾ ਵੀ ਹਰ ਇੱਕ ਨਾਗਰਿਕ ਨੂੰ ਦੇਸ਼ ਦਾ ਹਰ ਕਾਨੂੰਨ ਹੈ ਉਹਦੀ ਨੌਲੇਜ ਹੈ, ਇਹ ਅਸੀਂ ਪਰਜ਼ਿਊਮ ਕਰਕੇ ਚੱਲਾਂਗੇ। ਠੀਕ ਹੈ ਨਾ, ਉਹ ਜ਼ਰੂਰਤ ਹੈ। ਠੀਕ ਹੈ, ਕੱਲ੍ਹ ਨੂੰ ਕਤਲ ਕਰਕੇ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਹਾਂਜੀ, ਮੈਂ ਬੱਕਰੇ ਵੱਢਦਾ ਅਤੇ ਬੰਦੇ ਵੱਢਣੇ 'ਚ ਕੀ ਫਰਕ ਹੈ, ਅਤੇ ਮੈਂ ਤਾਂ ਵੱਢਦਾ, ਹਾਂਜੀ, ਉਹ ਨਹੀਂ ਤੈਨੂੰ ਪਤਾ ਨਾ ਪਤਾ,
ਅਸੀਂ ਤਾਂ ਮੰਨਾਂਗੇ ਵੀ ਤੈਨੂੰ ਪਤਾ ਸੀ ਤੇ ਤੂੰ ਜਾਣ ਕੇ ਮਾਰਤਾ। ਇੱਕ ਪਾਸੇ ਇਹ ਵਿਵਸਥਾ ਹੈ, ਕਾਨੂੰਨ ਕਹਿੰਦਾ ਵੀ ਤੁਹਾਨੂੰ ਸਾਰਾ ਕਾਨੂੰਨ ਹੈ ਜਿਹੜਾ ਉਹ ਲਾਗੂ ਹੋਣਾ ਚਾਹੀਦਾ, ਠੀਕ ਹੈ, ਪਤਾ ਹੋਣਾ ਚਾਹੀਦਾ। ਦੂਜੇ ਪਾਸੇ ਸਾਡੀ ਮਾਤ ਭਾਸ਼ਾ 'ਚ ਕਾਨੂੰਨ ਹੈ ਨਹੀਂ, ਹੈ ਨਹੀਂ ਗਾ, ਠੀਕ ਹੈ। ਉਹ ਹੁਣ ਉਹਦਾ ਇੱਕ ਉਦੇਸ਼ ਇਹ ਹੈ ਵੀ ਤੁਹਾਨੂੰ ਆਮ ਨਾਗਰਿਕ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਕਾਨੂੰਨ ਮਿਲੇ, ਬਸ ਲੋੜ ਵੇਲੇ ਉਹਨੂੰ ਸੌਖੀ ਜਿਹੀ ਪੰਜਾਬੀ 'ਚ ਪੜ੍ਹ ਲਵੇ, ਪੜ੍ਹ ਲਵੇ, ਇੱਕ ਉਦੇਸ਼ ਇਹ ਹੈ। ਦੂਜਾ ਉਦੇਸ਼ ਹੁੰਦਾ ਵੀ ਜਦੋਂ ਅਦਾਲਤਾਂ 'ਚ ਅਸੀਂ ਕਨਵਰਟ ਕਰਨਾ, ਟ੍ਰਾਂਜਿਟ ਕਰਨਾ ਇੱਕ ਵਿਵਸਥਾ ਤੋਂ ਦੂਜੀ ਵਿਵਸਥਾ ਜਾਣਾ, ਠੀਕ ਹੈ, ਅਦਾਲਤਾਂ ਜਾਣਾ ਤਾਂ ਅਦਾਲਤਾਂ 'ਚ ਸਮੱਗਰੀ ਹੋਊ ਤਾਂ ਜਾਵਾਂਗੇ, ਹਾਂ ਬਿਲਕੁਲ, ਜੇ ਕਾਨੂੰਨ ਤਾਂ ਅੰਗਰੇਜ਼ੀ 'ਚ ਹੀ ਨੇ ਫਿਰ ਪੰਜਾਬੀ 'ਚ ਕਿੱਥੇ ਕੀ ਕਰੋਗੇ ਤੁਸੀਂ, ਉਹਦੇ ਲਈ ਸਮੱਗਰੀ ਤਿਆਰ ਕਰਨੀ। ਇਹ ਦੋ ਉਦੇਸ਼ ਨੇ। ਹੁਣ ਸਾਡਾ ਲਾ ਲਓ ਇੱਥੇ ਕੀ ਹੈ ਵੀ ਸਾਡੇ ਸਾਰੇ ਕਾਨੂੰਨ ਅੰਗਰੇਜ਼ੀ 'ਚ ਬਣ ਰਹੇ, ਨਾ ਸਾਨੂੰ ਲੋਕਾਂ ਨੂੰ ਆਪਣੀ ਮਾਤ ਭਾਸ਼ਾ 'ਚ ਕਾਨੂੰਨ ਮਿਲ ਰਿਹਾ, ਠੀਕ, ਨਾ ਸਾਡੇ ਸਮੱਗਰੀ ਤਿਆਰ ਹੋ ਰਹੀ ਹੈ। ਇੱਕ ਬਹੁਤ ਵੱਡਾ ਦੁਖਾਂਤ, ਜਦੋਂ ਮੈਂ ਸਰਚ ਕੀਤੀ ਤਾਂ ਮੈਨੂੰ ਸ਼ੌਕ ਲੱਗਿਆ ਵੀ ਜਿਹੜਾ 1967 ਦਾ ਕਾਨੂੰਨ ਹੈ ਇਹ ਵੀ ਅੱਜ ਤੱਕ ਪੰਜਾਬੀ 'ਚ ਨਹੀਂ ਹੈ। ਦੇਖੋ ਹੁਣ ਤੁਸੀਂ ਦੱਸੋ ਵੀ ਕੀ ਲਾਗੂ ਹੋਊ ਪੰਜਾਬੀ। ਇਹ ਸਾਡੀ ਵਿਵਸਥਾ ਹੈ, ਕਾਨੂੰਨ ਹੈ ਜਿਹੜਾ ਉਹ ਅੰਗਰੇਜ਼ੀ 'ਚ ਬਣ ਰਿਹਾ। ਦੂਜੇ ਦੇ ਨਾਲ ਹੀ ਦੂਜੀ ਸੈਕਸ਼ਨ ਹੈ ਵੀ ਜਿਹੜੀਆਂ, ਇਹ ਤਾਂ ਹੋਈ ਦੋ ਕੰਮ, ਇੱਕ ਤਾਂ ਹੋਈ ਕਾਨੂੰਨ ਬਣਾਉਣ ਦਾ ਕੰਮ, ਦੂਜੀ ਵਿਵਸਥਾ ਕੀ ਹੁੰਦੀ ਹੈ ਜਿਹੜੀ ਉਹਦੇ ਲੈਕਚਰ ਵਿਚਾਰ ਵਟਾਂਦਰੇ ਹੁੰਦੇ ਨੇ, MLA ਬੋਲਦੇ ਨੇ, ਸਰਕਾਰ ਦੇ ਨੁਮਾਇੰਦੇ ਬੋਲਦੇ ਨੇ, ਵੀ ਉਹਦੀ ਜਿਹੜੀ ਭਾਸ਼ਾ ਹੈ ਉਹਦੇ ਲਈ ਵੀ ਇੱਕ ਨਾਲ ਉਹਦੀ ਸਬ ਕਲਾਸ ਬਣਦੀ ਹੈ ਵੀ ਜਿਹੜੀਆਂ ਪ੍ਰੋਸੀਡਿੰਗ ਨੇ ਉਹਨੂੰ ਕਹਿਣੇ ਆ ਉਹ ਵੀ ਪੰਜਾਬੀ 'ਚ ਹੋਣਗੀਆਂ, ਮਾਤ ਭਾਸ਼ਾ 'ਚ ਹੋਣਗੀਆਂ। ਹੁਣ ਸਾਡੇ ਕੀ ਵਿਵਸਥਾ ਹੈ, ਮੈਂ ਉਹਨਾਂ ਨੂੰ ਪੜ੍ਹਾਈ ਸੀ ਅੱਜ ਮੇਰੇ ਕੋਲ, ਹੁਣ ਇਸ ਟਾਈਮ ਹੈ ਨਹੀਂ ਐਕਟ, ਉਹਦੇ ਵਿੱਚ ਪਹਿਲੀ ਲਾਈਨ ਇਹੀ ਹੈ ਵੀ ਇਹ ਜਿਹੜੀਆਂ ਪ੍ਰੋਸੀਡਿੰਗਾਂ ਨੇ ਅੰਗਰੇਜ਼ੀ 'ਚ ਹੋ ਸਕਦੀਆਂ, ਹਿੰਦੀ 'ਚ ਵੀ ਹੋ ਸਕਦੀਆਂ, ਜਦੋਂ ਪੰਜਾਬੀ 'ਚ ਕਰਨੀਆਂ ਉਹਦੇ ਬਾਰੇ ਅਸੀਂ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਾਂਗੇ। ਫਿਰ ਉੱਥੇ ਨੋਟੀਫਿਕੇਸ਼ਨ ਜਾਰੀ ਨੇ। ਹੁਣ ਕੈਪਟਨ ਸਾਹਿਬ ਨੂੰ ਜੇ ਅੰਗਰੇਜ਼ੀ ਬੋਲਣੀ ਹੈ ਤਾਂ ਬੋਲ ਸਕਦੇ ਆ, ਉਹਨਾਂ ਨੂੰ ਅਧਿਕਾਰ ਹੈ, ਕਾਨੂੰਨ ਕਹਿੰਦਾ। ਜੇ ਸਾਡੇ ਓਪੋਜੀਸ਼ਨ ਦੇ ਨੇਤਾ ਖਹਿਰਾ ਸਾਹਿਬ ਅੰਗਰੇਜ਼ੀ 'ਚ ਉੱਥੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਅਧਿਕਾਰ ਹੈ, ਕਿਉਂਕਿ ਸਾਡਾ ਕਾਨੂੰਨ ਹੀ ਇਹੋ ਜਿਹਾ, ਅਸੀਂ ਕਾਨੂੰਨ ਲਾਗੂ ਹੀ ਨਹੀਂ ਕੀਤਾ। ਨਾ ਉੱਥੇ ਪ੍ਰੋਸੀਡਿੰਗਾਂ ਪੰਜਾਬੀ 'ਚ ਹੋਣੀਆਂ, ਨਾ ਉੱਥੇ ਕਾਨੂੰਨ ਪੰਜਾਬੀ 'ਚ ਹੋਣਾ। ਇੱਕ ਸਮਾਗਮ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸ਼ੁਰੂ ਹੋਈ ਗੱਲ ਹੈ, ਉਹਨਾਂ ਨੂੰ ਮੈਂ ਅਸੀਂ ਵਿਚਾਰ ਵਟਾਂਦਰਾ ਕੀਤਾ, ਉਹਨਾਂ ਨੇ ਸ਼ੁਰੂ ਕੀਤੀ ਤਾਂ ਜਿਹੜੀ ਪਹਿਲੀ ਕਾਨਫਰੰਸ 2015 'ਚ ਹੋਈ ਉਹਦੇ 'ਚ ਉਹਨਾਂ ਨੇ ਸਿਲੈਕਟਡ ਸੁਝਾਅ ਦਿੱਤੇ ਮੈਂ ਵੀ ਆਹ ਬੰਦੇ ਬੁਲਾਓ। ਉਹਨਾਂ ਨੇ ਸਪੀਕਰ ਸਾਹਿਬ ਉਸ ਟਾਈਮ ਦੇ ਬੁਲਾਏ, ਉਹਨਾਂ ਨੇ ਮੰਤਰੀ ਦਲਜੀਤ ਸਿੰਘ ਚੀਮਾ ਜੀ ਨੂੰ ਐਜੂਕੇਸ਼ਨ, ਉਹਨਾਂ ਨੂੰ ਬੁਲਾਇਆ, ਸਭ ਤੋਂ ਸਿਆਣਾ ਮੈਂ, ਬਹੁਤ ਵਧੀਆ ਗੱਲ ਸੁਣੂੰਗਾ। ਇੱਦਾਂ ਅਸੀਂ ਸਾਰੇ ਨੁਮਾਇੰਦੇ ਬੁਲਾਏ ਤਾਂ ਸਪੀਕਰ ਸਾਹਿਬ ਨੇ 1.5 ਘੰਟਾ ਹੋਰ ਹੀ ਗੱਲਾਂ, ਸਿੱਖ ਇਤਿਹਾਸ, ਅਕਾਲੀ ਦਲ ਦਾ ਇਤਿਹਾਸ, ਸਰ ਮੇਰੀਆਂ ਪ੍ਰਾਪਤੀਆਂ, ਇਹ ਗੱਲਾਂ ਕਰੀ ਗਏ 40 ਮਿੰਟ 'ਚ। ਉਹਨਾਂ ਨੇ ਕੋਈ ਗੱਲ ਜਿਹੜਾ ਸਾਡਾ ਮੁੱਦਾ ਸੀਗਾ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਲਾਗੂ ਕਰੋ, ਨਹੀਂ ਕੀਤੀ ਗੱਲ। ਤਾਂ ਹੁਣ ਇਹ ਵਿਵਸਥਾਵਾਂ ਦੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬੀ ਦੀ ਹਾਲ ਹੈ ਤਾਂ ਪੰਜਾਬੀ ਦੀ ਤਰੱਕੀ ਕਿਵੇਂ ਹੋਏਗੀ, ਇੱਕ ਗੱਲ। ਦੂਸਰੀ ਜਿਹੜੀ ਵਿਵਸਥਾ ਹੈਗੀ ਹੈ, ਸਾਰੇ ਜਿਹੜੇ ਪ੍ਰਸ਼ਾਸਨਿਕ ਦਫ਼ਤਰ ਹੈ ਉਹਦੇ ਵਿੱਚ ਪੰਜਾਬੀ 'ਚ ਕੰਮਕਾਰ ਹੋਣ ਦੀ ਗੱਲ। ਹੁਣ ਜਿਹੜਾ ਪ੍ਰਸ਼ਾਸਨਿਕ ਦਫ਼ਤਰ ਆਪਾਂ ਕਹਿੰਦੇ, ਜਿੱਥੇ DC ਦੇ ਦਫ਼ਤਰ ਹੈ, ਜਿੱਥੇ ਬਿਜਲੀ ਬੋਰਡ ਦੇ ਦਫ਼ਤਰ ਹੈ, ਜਿੱਥੇ ਡਾਇਰੈਕਟ ਗੌਰਮੈਂਟ ਐਡਮਿਨਿਸਟ੍ਰੇਸ਼ਨ ਚਲਾਉਂਦੀ ਹੈ, ਹੁਣ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਪ੍ਰੋਸੀਡਿੰਗ, ਇੱਕ ਜਿਹੜੀ ਇੰਟਰਨਲ ਗੱਲਬਾਤ ਹੁੰਦੀ ਹੈ, ਚਿੱਠੀ ਪੱਤਰ ਹੁੰਦਾ ਸਰ, ਇੱਕ DC ਨੇ ਸੈਸ਼ਨ ਜੱਜ ਨੂੰ ਲਿਖਤੀ, ਸੈਸ਼ਨ ਜੱਜ ਨੇ IG ਨੂੰ ਲਿਖਤੀ, ਉਹ ਚਿੱਠੀ ਪੱਤਰ ਹੈ ਜਾਂ ਥੱਲੇ ਉੱਪਰ ਨੂੰ ਜਾਂਦਾ। ਇੱਕ ਹੈਗਾ ਜਿਹੜਾ ਲੋਕਾਂ ਨਾਲ ਇੰਟਰੈਕਟ ਕਰਦੇ ਆ, ਲੋਕਾਂ ਨਾਲ ਕਮਿਊਨੀਕੇਟ ਕਰਦੀ ਹੈ ਸਰਕਾਰ, ਕਿਵੇਂ ਉਹਨੂੰ ਡਰਾਈਵਿੰਗ ਲਾਇਸੈਂਸ ਦੇਣਾ, ਉਹਨੂੰ RC ਦੇਣੀ ਹੈ, ਠੀਕ ਹੈ ਨਾ, ਉਹ ਗੱਲ ਹੈ। ਜਾਂ ਹੁਣ ਜਿਵੇਂ ਦੂਜੇ ਐਡਮਿਨਿਸਟ੍ਰੇਸ਼ਨ ਕੀ ਹੁੰਦਾ ਵੀ ਇਨਕਮ ਟੈਕਸ ਦੀ, ਸੇਲ ਟੈਕਸ ਦੀ ਰਿਟਰਨ ਭਰਨੀ ਹੈ, ਤੁਸੀਂ ਕੋਈ ਹੋਰ ਜਿਹੜਾ ਵਕੀਲਾਂ ਦੇ ਪਟੀਸ਼ਨਾਂ ਨੇ DC ਦਫ਼ਤਰ ਨੂੰ ਸੁਣਦਾ, ਉਹ ਕੰਮ ਕਾਰ ਹੋਣਾ। ਤਾਂ ਹੁਣ ਇੱਕ 1967 ਤੋਂ ਪਹਿਲਾਂ 1960 'ਚ ਪਹਿਲਾਂ ਰਾਜ ਭਾਸ਼ਾ ਐਕਟ ਬਣਿਆ ਸੀ,
ਉਦੋਂ ਪੰਜਾਬ ਸਾਂਝਾ ਸੀਗਾ, ਉਸ ਦੀ ਇਹ ਖੂਬੀ ਸੀ ਵੀ ਉਸ ਐਕਟ ਨੇ ਕਿਹਾ ਵੀ ਸਾਰਾ ਕੰਮ ਕਾਰ ਆ ਜਿਹੜਾ ਉਹ ਪੰਜਾਬੀ 'ਚ ਲਾਗੂ ਹੋ ਜਾਵੇ। ਉਹਨਾਂ ਨੇ ਕੋਈ ਨੋਟੀਫਿਕੇਸ਼ਨ ਦੀ ਗੱਲ ਨਹੀਂ ਕੀਤੀ, ਸਿੱਧਾ ਲਾਗੂ ਕੀਤਾ ਸਾਰਾ ਜ਼ਿਲ੍ਹਿਆਂ 'ਚ ਵੀ, ਔਰ ਸਟੇਟ ਲੈਵਲ ਦੇ ਜਿਹੜੇ ਦਫ਼ਤਰ ਆ ਉਹਨਾਂ 'ਚ ਕੰਮ ਜਿਹੜਾ ਹੋਊਗਾ। ਥੋੜ੍ਹਾ ਜਿਹਾ ਟਾਈਮ ਦਿੱਤਾ, ਉਹ ਤਾਂ ਹੁੰਦਾ ਵੀ ਕੋਈ ਟਾਈਪ ਰਾਈਟਰ ਲੈਣਾ ਬੰਦੇ ਭਰਤੀ, ਇੰਨਾ ਕੁ ਟਾਈਮ ਦਿੱਤਾ, ਉਦੋਂ ਬਾਅਦ ਕੋਈ ਨੋਟੀਫਿਕੇਸ਼ਨ ਆਟੋਮੈਟਿਕਲੀ ਲਾਗੂ ਕਰਤਾ। ਉਹ ਸੀ ਪ੍ਰਸ਼ਾਸਨਿਕ ਦਫ਼ਤਰਾਂ ਦੇ ਵਿੱਚ ਕੰਮ ਕਰਨ ਦੀ ਸਪਿਰਿਟ ਦੀ ਗੱਲ ਜੀ। ਉਦੋਂ ਬਾਅਦ ਜਦੋਂ 67 ਦਾ ਐਕਟ ਬਣਿਆ ਉਹਦੇ ਵਿੱਚ ਕੋਈ ਇਹਦੇ ਬਾਰੇ ਕਲੈਰੀਫਿਕੇਸ਼ਨ ਨਹੀਂ ਸੀ, ਪਰ ਜੇ ਕੋਈ ਚੱਲ ਰਿਹਾ ਤਾਂ ਚੱਲ ਹੀ ਰਿਹਾ। ਫਿਰ ਲੇਖਕਾਂ ਨੇ ਹੋਰ ਬੁੱਧੀਜੀਵੀਆਂ ਨੇ ਗੌਰਮੈਂਟ 'ਤੇ ਪ੍ਰੈਸ਼ਰ ਪਾਇਆ ਵੀ ਜਿਹੜਾ ਹੈਗਾ ਤੁਸੀਂ ਇਹਨੂੰ ਸੋਧੋ, ਇਹਦੇ ਵਿੱਚ ਹੋਰ ਪ੍ਰੋਵੀਜ਼ਨ ਵਧੀਆ ਕਰੋ, ਜਿਹੜੇ ਮੁਲਾਜ਼ਮ ਪੰਜਾਬੀ 'ਚ ਕੰਮ ਨਹੀਂ ਕਰਦੇ ਉਹਨਾਂ ਨੂੰ ਸਜ਼ਾਵਾਂ ਦਾ ਪ੍ਰੋਵੀਜ਼ਨ ਕਰੋ। ਇਹੋ ਜਿਹੀਆਂ ਮੰਗਾਂ ਲਈਆਂ 2008 ਦੇ ਵਿੱਚ ਸਰਕਾਰ ਨੇ, ਪੰਜਾਬ ਸਰਕਾਰ ਨੇ ਸੋਧ ਕੀਤੀ। ਉਹਦੇ ਵਿੱਚ ਜਿਹੜੀ ਇਹ 60 ਵਾਲਾ ਐਕਟ ਕਹਿੰਦਾ ਸਾਰਾ ਪ੍ਰਬੰਧ ਜਿਹੜਾ ਸਾਰੇ ਤਰ੍ਹਾਂ ਦੇ ਕੰਮ ਜਿਹੜੇ ਉਹ ਪੰਜਾਬੀ 'ਚ ਹੋਣਗੇ। ਉਹਦੇ 'ਚ ਕਰਤਾ ਜਿਹੜਾ ਇੰਗਲਿਸ਼ ਵਰਸ਼ਨ ਹੈ, ਓਨਲੀ ਓਫੀਸ਼ੀਅਲ ਕੋਰਸਪੋਂਡੈਂਸ ਇੰਗਲਿਸ਼ ਵਾਸਤੇ, ਇੰਗਲਿਸ਼ ਜਿਹੜਾ ਛਾਪਿਆ ਹੈ ਕਾਨੂੰਨ ਬਣਾਇਆ ਇਹਨਾਂ ਨੇ, ਉਹਦੀ ਧਾਰਾ ਨਵੀਂ ਐਡ ਕਰਤੀ, ਉਹ 3B ਹੈ। ਉਹਦੇ ਵਿੱਚ ਜਿਹੜੀ ਡਿਫਾਈਨ ਕੀਤਾ ਵੀ ਕਿਹੜਾ ਕੰਮ ਪ੍ਰਸ਼ਾਸਨਿਕ ਦਫ਼ਤਰਾਂ 'ਚ ਹੋਣਾ ਹੈ। ਪਹਿਲਾਂ ਕੀ ਸੀ? ਆਲ ਓਫੀਸ਼ੀਅਲ ਵਰਕ, ਸਾਰਾ ਕੋਈ ਇਨ ਐਡਮਿਨਿਸਟ੍ਰੇਟਿਵ ਆਫਿਸਿਸ ਇਨ ਪੰਜਾਬੀ, ਹਾਂ ਇਨ ਪੰਜਾਬੀ, ਆਲ ਓਫੀਸ਼ੀਅਲ ਵਰਕ ਸਾਰਾ ਪੰਜਾਬੀ 'ਚ ਹੋਏਗਾ। ਇਹ ਸੀ ਪਹਿਲਾਂ, ਪਹਿਲਾਂ ਇਹ ਸੀ। ਹੁਣ ਕੀ ਕਰਤਾ 2008 'ਚ? ਹੁਣ ਦੇਖੋ ਵੀ ਉਹਨੂੰ ਦੇਖੋ ਲਾਗੂ ਕਰਤੀ ਕਾ ਰਿਸਟ੍ਰਿਕਟ ਕਰਤਾ, ਉਹਦੇ 'ਚ ਕਰਤਾ ਓਨਲੀ ਓਫੀਸ਼ੀਅਲ ਕੋਰਸਪੋਂਡੈਂਸ। ਅੱਛਾ, ਕੇਵਲ ਦਫ਼ਤਰੀ, ਕੇਵਲੀ ਦਫ਼ਤਰੀ ਚਿੱਠੀ ਪੱਤਰ। ਉਹ ਦੱਸੋ ਵੀ ਆਮ ਜਿਹੜਾ ਬੰਦਾ, ਸਧਾਰਨ ਬੰਦਾ, ਉਹਦਾ ਕਿੰਨਾ ਕੁ ਵਾਹ ਲਿਖ ਪੜ੍ਹਤ ਨਾਲ ਹੁੰਦਾ ਦਫ਼ਤਰੀ ਕੰਮ ਕਰਨ ਤੱਕ? ਉਹਨੂੰ ਰਿਸਟ੍ਰਿਕਟ ਕਰਤਾ, ਹੁਣ ਤੁਸੀਂ ਉਹਨੂੰ ਕਿਹਨੂੰ ਸਜ਼ਾ ਦਿਓਗੇ ਜੇ ਅਗਲਾ ਕਹਿੰਦਾ ਮੈਂ ਚਿੱਠੀ ਪੱਤਰ ਕਰੀ ਜਾਂਦਾ? ਚਿੱਠੀ ਪੱਤਰ ਕਿੰਨੀ ਕੁ ਹੁੰਦੀ ਆ? 5% ਜਿਹੜੀ ਚਿੱਠੀ ਪੱਤਰ ਤੋਂ ਵੱਧ ਨਹੀਂ ਹੁੰਦੀ। ਛੋਟੇ ਮੁਲਾਜ਼ਮ ਜਿਹੜੇ ਹੈਗੇ ਆ ਸੁਪਰਡੈਂਟ ਤੱਕ ਕਰਦੇ ਉਹ ਆਪਸ ਵਿੱਚ ਹੀ, ਉਹ ਇੰਨੀ ਕੀ ਹੁੰਦੀ ਆ? ਕੌਣ ਚਿੱਠੀਆਂ ਲਿਖਦਾ, ਟਾਈਪ ਕਰਦਾ? ਸੁਪਰਡੈਂਟ ਨੇ ਲਿਖਾ ਦੀ ਦਸਤਖਤ ਕਰਕੇ, ਉੱਪਰ ਦਾ ਦਸਤਖਤ ਹੀ ਹੁੰਦੇ ਆ। ਅਸੀਂ 40 ਸਾਲ ਤੋਂ ਤਜਰਬਾ ਦਫ਼ਤਰਾਂ ਦਾ, ਤੇ ਉਹ ਓਨਲੀ ਕਿਉਂ ਕੀਤਾ ਇਹਦਾ? ਇਹੀ ਤਾਂ ਪੁੱਛਣਾ, ਇਹੀ ਤਾਂ ਅਸੀਂ ਤੁਹਾਨੂੰ ਕਹਿੰਦੇ ਹਾਂ, ਜਦੋਂ ਕਦੇ ਦੁਬਾਰਾ ਕੋਈ ਆਉਣ ਉਹਨਾਂ ਨੂੰ ਪੁੱਛੋ। ਇਹ ਸਾਡੇ ਜਿਹੜੇ ਅਖੌਤੀ ਲੇਖਕ ਭਰਾ ਨੇ ਨਾ, ਜਿਹੜੇ ਐਡਮਿਨਿਸਟ੍ਰੇਟਰ ਨੇ, ਜਿਹੜੇ ਹਰ ਸਾਲ ਨਵੇਂ ਕੰਟਰੀਆਂ 'ਚ ਆ ਕੇ ਕਰਦੇ ਆ ਕਾਨਫਰੰਸਾਂ, ਅਸੀਂ ਕਹਿੰਦੇ ਹਾਂ ਵੀ ਸਾਹਿਤ ਦੀ ਪ੍ਰਮੋਸ਼ਨ ਵੀ ਜ਼ਰੂਰੀ ਆ, ਉਹਦੇ ਨਾਲ ਵੀ ਭਾਸ਼ਾ ਨੇ ਬਚਾਉਣਾ ਹੈ, ਪਰ ਭਾਸ਼ਾ ਬਚਾਓਗੇ ਤਾਂ ਸਾਹਿਤ ਬਚੂਗਾ? ਬਿਲਕੁਲ, ਭਾਸ਼ਾ ਬੇਸ ਹੈ। ਜਦੋਂ ਕਦੇ ਆਉਂਦਾ ਪਹਿਲਾਂ ਆਉਂਦਾ ਪੰਜਾਬੀ ਭਾਸ਼ਾ, ਸਾਹਿਤ ਦੂਜੇ 'ਤੇ ਆਉਂਦਾ, ਸੱਭਿਆਚਾਰ ਤੀਜੇ 'ਤੇ। ਕਦੇ ਤੁਹਾਨੂੰ ਪਹਿਲਾਂ ਪੰਜਾਬੀ ਸਾਹਿਤ ਭਾਸ਼ਾ ਨਹੀਂ ਆਏਗਾ, ਕਿਉਂਕਿ ਭਾਸ਼ਾ ਨਾਲ ਹੀ ਸਾਹਿਤ ਬਚਣਾ, ਸਾਹਿਤ ਨਾਲ ਹੀ ਸੱਭਿਆਚਾਰ ਬਚਣਾ, ਤਿੰਨੇ ਇੱਕ ਲੜੀ 'ਚ ਪਰੋਏ ਹੋਏ ਆ। ਪਰ ਤਾਂ ਬਹੁਤ ਜ਼ਿਆਦਾ ਪੰਜਾਬ 'ਚ ਵੀ ਬਹੁਤ ਜ਼ਿਆਦਾ, ਹਾਂਜੀ। ਉਹ ਫਿਰ ਕਿਉਂ ਨਹੀਂ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਪਾਇਆ, ਜਾਂ ਕਿਸ ਤਰੀਕੇ ਨਾਲ ਇੰਨਾ ਕੁ ਸਾਰਾ? ਤਾਂ ਜਦੋਂ ਪਤਾ, ਜੇ ਤੁਹਾਨੂੰ ਇਸ ਗੱਲ ਦਾ ਪਤਾ, ਤੁਸੀਂ ਇਸ ਗੱਲ ਨੂੰ ਬਿਆਨ ਕੀਤਾ, ਦੱਸਿਆ, ਕੀ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਜਾਂ ਫਿਰ ਇਸ ਗੱਲ ਦਾ ਮਨੋਰਥ ਨਹੀਂ, ਇਹਨਾਂ ਦਾ ਉਦੇਸ਼ ਨਹੀਂ? ਬੜੀ ਵਧੀਆ ਸਵਾਲ ਤੁਸੀਂ, ਆਪਾਂ ਇੱਕ ਹੋਰ ਲਈ ਤੋਂ ਚੱਲਦੇ, ਬੜੀ ਵਧੀਆ ਜਿਹੜੀ ਗੱਲ ਉਠਾਈ ਆ। ਇਹਨਾਂ ਨੂੰ ਇੱਕ ਪਹਿਲੀ ਗੱਲ ਤਾਂ ਪਹਿਲਾਂ ਪਤਾ ਨਹੀਂ ਸੀਗਾ, ਠੀਕ ਹੈ, ਜਿਹੜੀ ਗੱਲ ਮੈਂ 20-40 ਸਾਲ ਤੋਂ ਇਹਨਾਂ ਸਭਾਵਾਂ ਦਾ ਮੈਂਬਰ ਰਿਹਾ, ਅੱਛਾ, ਅਤੇ ਅਹੁਦੇਦਾਰ ਵੀ ਰਿਹਾ। ਇਹ ਐਜੂਕੇਟੇਸ਼ਨ, ਹਰ ਇੱਕ 2 ਸਾਲਾਂ ਬਾਅਦ ਇੱਕ ਐਜੂਕੇਟੇਸ਼ਨ ਦਾ ਪ੍ਰੋਗਰਾਮ ਬਣਾ, ਠੀਕ ਹੈ, ਚੰਡੀਗੜ੍ਹ ਜਾਵਾਂਗੇ, ਧਰਨਾ ਮਾਰਾਂਗੇ। ਅਤੇ ਮੈਂ ਉਹਨਾਂ 'ਚ ਇਹਨਾਂ ਨੂੰ ਕਿਹਾ ਵੀ ਐ ਨਹੀਂ ਹੁੰਦਾ ਹੁੰਦਾ, ਪਹਿਲਾਂ ਤੁਸੀਂ ਫਾਇੰਡ ਆਊਟ ਕਰੋ ਵੀ ਪੰਜਾਬੀ ਕਿੱਥੇ ਲਾਗੂ ਕਰਨੀ ਹੈ, ਫਿਰ ਇਹ ਵੀ ਦੱਸੋ ਵੀ ਕਿਵੇਂ ਲਾਗੂ ਕਰਨੀ ਹੈ, ਠੀਕ ਹੈ, ਸਮੱਗਰੀ ਵੀ ਮੈਂ ਤਾਂ ਕਹੀ ਬਣਾ ਕੇ ਦਿਓ। ਮੇਰੇ ਹੁਣ ਮੈਂ DA ਦਫ਼ਤਰ 'ਚ ਸੀ, ਜਦੋਂ ਸਮੱਗਰੀ ਨਹੀਂ ਹੈ, ਮੈਂ ਸਟੈਰੋ ਨੂੰ ਕਹਾਂ ਵੀ ਚਿੱਠੀ ਪੱਤਰ ਦਾ ਇੱਕ ਸੈਂਪਲ ਕੱਢ ਲਓ, ਲਿਖ ਲੈ, ਹੈ ਹੀ ਨਹੀਂ ਸੈਂਪਲ, ਦੱਸੋ
ਠੀਕ ਹੈ ਨਾ। ਮੈਂ ਕਿਹਾ ਮੈਂ ਡੀ ਏ ਆ ਉਸ ਟਾਈਮ, ਮੈਂ ਡੀ ਏ ਸੀ, ਮੈਂ ਇੱਦਾਂ ਸਾਨੂੰ ਦਿੱਕਤਾਂ ਆਉਂਦੀਆਂ ਤਾਂ ਉਹ ਕਹਿੰਦੇ ਜੀ ਇਹ ਤਾਂ ਕੰਮ ਅਫਸਰਾਂ ਦਾ। ਇਹ ਮੈਨੂੰ ਜਵਾਬ ਦਿੱਤਾ ਇੱਕ ਜ਼ਿੰਮੇਵਾਰ ਸੰਸਥਾ ਦੇ ਜਨਰਲ ਸਕੱਤਰ ਨੇ, ਇਹ ਕੰਮ ਸਾਡਾ ਥੋੜ੍ਹੇ ਅਫਸਰ ਆਪ ਹੀ ਕਰਨ। ਮੈਂ ਕਿਹਾ ਅਫਸਰ ਨਹੀਂ ਕਰਦੇ, ਮੈਂ ਅਫਸਰਾਂ ਦੀ ਕੈਟੇਗਰੀ 'ਚੋਂ ਆਉਣਾ, ਅਫਸਰ ਤਾਂ ਆਪਣੀ ਪੋਸਟਿੰਗ ਦੇਖਦੇ ਆ, ਆਪਣਾ ਜਿਹੜਾ ਹੈਗੇ ਉਹ ਵਧੀਆ ਜੇ ਟੀ ਏ ਡੀ ਏ ਦੇਖਦੇ ਆ, ਸੈਰਾਂ ਦੇ ਟੂਰਾਂ ਦੇ ਪ੍ਰੋਗਰਾਮ ਬਣਾਉਂਦੇ ਆ, ਕੋਠੀ ਕਿਹੜੀ ਵਧੀਆ ਲੈਣੀ ਹੈ ਬਣਾਉਂਦੇ ਆ। ਮੈਂ ਇਹ ਕੋਈ ਨਹੀਂ ਸੋਚਦਾ, ਅਫਸਰਾਂ ਦੀ ਪੜ੍ਹਾਈ ਵੀ ਇਸ ਤਰ੍ਹਾਂ ਹੀ ਹੋਈ ਹੈ, ਉਹ ਉਹਨਾਂ ਨੂੰ ਲੋੜ ਕੀ ਹੈ, ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ, ਉਹਨਾਂ ਨੂੰ ਕੀ ਲੋੜ ਹੈ ਵੀ ਉਹ ਤੁਹਾਡੀਆਂ ਡਿਕਸ਼ਨਰੀਆਂ ਦੇਖੀ ਜਾਣ ਤੁਹਾਡੇ ਲਈ ਪੰਜਾਬੀ ਲਾਗੂ ਕਰਨ। ਉਹ ਕਿਸੇ ਨੇ ਗੱਲ ਮੇਰੀ ਨਹੀਂ ਸੁਣੀ। ਮੈਂ ਉਹਨੂੰ ਇਹ ਵੀ ਕਿਹਾ ਵੀ ਮੈਂ ਜਿੱਥੇ ਤੱਕ ਦਫ਼ਤਰਾਂ 'ਚੋਂ ਆਇਆ, ਜੇ ਤੁਸੀਂ ਬਣੀ ਬਣਾਈ ਚੀਜ਼ ਦੇ ਦਿਓਗੇ ਲਾਗੂ ਹੋ ਜੂਗੀ, ਇੱਕ ਜਿਹੜਾ ਚੀਫ ਮਿਨਿਸਟਰ ਉਹ ਫਿਰ ਕਿਵੇਂ ਭੱਜੂਗਾ, ਠੀਕ ਹੈ ਨਾ। ਅਤੇ ਪਰ ਕਿਸੇ ਨੇ ਨਹੀਂ ਸੁਣੀ। ਮੈਂ ਫਿਰ ਇਸ 'ਤੇ ਸਾਰਾ ਕੰਮ ਕੀਤਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਨਾਲ ਆ ਕੇ ਗੱਲ ਕੀਤੀ, ਤਿਆਰ ਕੀਤਾ ਉਹਨਾਂ ਨੂੰ, ਹਾਂ ਉਹ ਕਰਕੇ ਉਹਨੂੰ ਦਿਖਾਇਆ, ਪਹਿਲਾਂ ਤਾਂ ਉਹਨੂੰ ਕਨਵਿੰਸ ਕੀਤਾ ਸਟੱਡੀ ਸਰਕਲ ਨੂੰ। ਹਾਂਜੀ, ਮੈਂ ਉਹ ਸਮਝਦਾ ਵੀ ਪੰਜਾਬ ਦੇ ਵਿੱਚ ਐਸ ਜੀ ਪੀ ਸੀ ਤੋਂ ਬਾਅਦ ਜੇ ਕੋਈ ਔਰਗੇਨਾਈਜ਼ਡ ਢੰਗ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੀ ਸੰਸਥਾ ਹੈ ਤਾਂ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ। ਮੈਨੂੰ ਇੱਕ ਦੋਸਤ ਨੇ ਕਿਹਾ ਵੀ ਉੱਥੇ ਚੱਲੀਏ, ਮੈਂ ਕਿਹਾ ਯਾਰ ਉੱਥੇ ਮੈਨੂੰ ਮੇਰੀ ਕਿਹਨੇ ਸੁਣਨੀ ਹੈ, ਅਤੇ ਮੈਂ ਬਾਲ ਕੱਟਿਆ ਬੰਦਾ ਅਤੇ ਜਿਵੇਂ ਉਹ ਕਹਿੰਦੇ ਹੁੰਦੇ ਆ, ਨਹੀਂ ਮੈਨੂੰ ਵੀ ਨਹੀਂ ਲੱਗੇ ਝਿਜਕ ਜੀ ਹੈਗੇ, ਚੱਲ ਤਾਂ ਅਸੀਂ ਉੱਥੇ ਬੜੇ ਸਿਆਣੇ ਬੰਦੇ ਆ। ਮੈਂ ਚੱਲ ਚੱਲਦੇ ਹਾਂ, ਮੈਂ ਗੱਲ ਕਰ ਲੈਂਦੇ ਹਾਂ। ਮੈਂ ਇਹਨਾਂ ਨਾਲ ਦੋ ਤਿੰਨ ਚਾਰ ਮੀਟਿੰਗਾਂ 'ਚ, ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਉਹਨਾਂ ਨੇ ਹਰ ਮੀਟਿੰਗ 'ਚ ਗੱਲ ਸੁਣੀ, ਹਰ ਗੱਲ 'ਚ ਇਹਨਾਂ ਨੂੰ ਅਨਾਲਿਸਿਸ ਕੀਤਾ, ਸਵਾਲ ਪੁੱਛੇ, ਫਿਰ ਉਹ ਕਨਵਿੰਸ ਹੋ ਗਏ। ਮੈਂ ਉਹਨਾਂ ਨੂੰ ਇੱਕੋ ਹੀ ਉਦਾਹਰਣ ਦਿੱਤੀ ਵੀ ਸੰਸਕ੍ਰਿਤ ਦੱਸੋ ਹੁਣ ਅੱਜ ਉਹਦੀ ਭਾਸ਼ਾ ਦੀ ਕੀ ਸਥਿਤੀ ਹੈ, ਔਰ ਵਰਲਡ ਦੀ ਇਹ ਕਲਾਸ ਅੱਜ ਤੱਕ ਇਹਦੇ ਜਿੰਨੀ ਵਿਕਸਿਤ ਭਾਸ਼ਾ ਨਹੀਂ ਹੋਈ। ਜਦੋਂ ਕੰਪਿਊਟਰ ਵਾਲਿਆਂ ਨੇ ਜਾਵਾ, ਮੈਨੂੰ ਯਾਦ ਆ ਉਦੋਂ ਜੋ ਜਾਵਾ ਲੈਂਗੁਏਜ ਬਣਾ ਰਹੇ ਸੀ ਕੰਪਿਊਟਰ ਦੀ, ਤਾਂ ਉਹਨਾਂ ਨੇ ਸੰਸਕ੍ਰਿਤ ਦਾ ਗ੍ਰਾਮਰ ਲੈ ਕੇ ਇਸ ਨੂੰ ਅਡੋਪਟ ਕੀਤਾ। ਮੈਂ ਦੱਸੋ ਸੰਸਕ੍ਰਿਤ ਦੀ ਕੀ ਪੋਜੀਸ਼ਨ ਆ, ਕੀ ਹਾਲਤ ਧਾਰਮਿਕ ਪਛਾ, ਉਹਦੀ ਸਾਰਾ ਧਰਮ ਹੈ ਜਿਹੜਾ, ਸਾਰੇ ਧਾਰਮਿਕ ਮੰਤਰ ਹੈ ਉਹ ਸਾਰਾ ਸੰਸਕ੍ਰਿਤ 'ਚ ਕਹਿੰਦੇ ਹੈਗਾ ਬਾਕੀ। ਅਤੇ ਮੈਂ ਉਹਨੂੰ ਹੁਣ ਪੜ੍ਹਦਾ ਕੌਣ ਹੈ, ਉਹ ਸਿਰਫ ਇਸ ਲਈ ਜੀਵਿਤ ਹੈ ਵੀ ਪੰਡਤਾਂ ਦਾ ਰੁਜ਼ਗਾਰ ਦਾ ਸਾਧਨ। ਇਹ ਮਤਲਬ ਅੱਜ ਕਹਿ ਦਿਓ ਨਾ ਪੰਜਾਬ 'ਚ ਜਿਵੇਂ ਖਾੜਕੂ ਲਹਿਰ ਚੱਲੀ ਸੀ ਵੀ ਸੰਸਕ੍ਰਿਤ ਦੇ ਵਿੱਚ ਅਸੀਂ ਭਾਸ਼ਾ ਇੱਥੇ ਮੰਤਰ ਨਹੀਂ ਪੜ੍ਹਨੇ ਵਿਆਹ 'ਤੇ, ਪੰਜਾਬੀ 'ਚ ਪੜ੍ਹੋ, ਮੈਂ ਸਾਰੇ ਪੰਡਤ ਛੱਡ ਜਾਣਗੇ ਸਰ, ਖੇਡਾ ਖਤਮ, ਠੀਕ ਹੈ ਨਾ। ਮੈਂ ਤੁਹਾਡਾ ਜਿਹੜਾ ਤੁਹਾਨੂੰ ਭੁਲੇਖਾ ਹੈ, ਹੁਣ ਵੀ ਮੈਂ ਸਾਰੇ ਸਿੱਖ ਭਾਈਚਾਰੇ ਨੂੰ ਇਹੀ ਹੈ ਮੇਰਾ ਵੀ ਇਕੱਲਾ ਧਰਮ ਭਾਸ਼ਾ ਨੂੰ ਨਹੀਂ ਬਚਾ ਸਕਦਾ। ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਮੇਰਾ ਖਿਆਲ 68 ਭਾਸ਼ਾਵਾਂ ਦਰਜ ਨੇ, ਸਾਰੀਆਂ ਗੁਰਮੁਖੀ ਲਿਪੀ ਹੈ ਭਾਸ਼ਾਵਾਂ, ਭਾਸ਼ਾਵਾਂ ਤਕਰੀਬਨ 68 ਮੈਂ ਸੁਣਦਾ ਹੁੰਦਾ, ਮੈਂ ਕਰੈਕਟ ਨਹੀਂ ਆ, ਦਾਅਵਾ ਨਹੀਂ ਕਰਦਾ ਵੀ 68 ਹੀ ਹੋਣਗੀਆਂ, ਮਤਲਬ ਵੱਖ ਵੱਖ ਭਾਸ਼ਾ ਹੈਗੀਆਂ ਨੇ। ਹੁਣ ਉਦੋਂ ਇਟ ਸੈਲਫ ਹੈ ਵੀ ਇਹ ਫਿਰ ਤੁਹਾਡਾ ਭਾਈ ਲਾਮਾ ਪੜ੍ਹਾਉਣ ਵਾਲਾ ਜਾਂ ਪਾਠ ਕਰਨ ਵਾਲਾ ਰਹਿ ਜੂਗਾ, ਭਾਸ਼ਾ ਬਚਾਓ, ਦੱਸੋ ਉਹਨਾਂ ਨੂੰ ਗੱਲ ਸਮਝ ਆ ਗਈ, ਮੈਂ ਸੰਸਕ੍ਰਿਤ ਵਾਲੀ ਹੋ ਜੂਗੀ, ਜੀਵਤ ਹੈ ਸੰਸਕ੍ਰਿਤ ਕਿਉਂਕਿ ਹਿੰਦੂ ਧਰਮ ਦੇ ਮੰਤਰ ਜੰਤਰ ਇਹਦੇ ਵਿੱਚ, ਇਹਦੇ ਵਿੱਚ ਅਦਰਵਾਈਜ਼ ਕੁਛ ਨਹੀਂ ਹੈ, ਜੀਵਤ ਰਹੂਗੀ ਤੁਸੀਂ ਕਹਿੰਦੇ ਹੋ, ਪਰ ਭਾਸ਼ਾ ਉਸ ਤਰ੍ਹਾਂ ਨਹੀਂ ਬਚਣੀ ਜਿੱਦਾਂ ਦੀ ਹੋਣੀ ਚਾਹੀਦੀ ਹੈ, ਇਹਦਾ ਵਿਕਾਸ ਜ਼ਰੂਰੀ ਆ। ਇਹਦੇ 'ਚ ਹੁਣ ਇੱਕ ਦੁਖਾਂਤ ਵੀ ਪੰਜਾਬੀ ਦਾ ਅੱਜ ਤੱਕ ਕੀ ਬੋਰਡ ਹੈ ਨੀਗਾ, ਹਾਂਜੀ, ਇਦੂ ਇਨਸਲਟ ਤੁਹਾਡੀ ਕੀ ਹੋ ਸਕਦੀ ਹੈ। ਜਦੋਂ ਮੈਂ ਡੀ ਏ ਸੀ ਅਤੇ ਮੈਂ ਉਹਨੂੰ ਸਟੈਨੋ ਸੀ ਲੜਕੀ ਮੇਰੇ ਕੋਲ, ਮੈਂ ਕਿਹਾ ਉਹਦੇ ਉਹਨੇ ਦੇਖਿਆ ਚੈੱਕ ਕੀਤਾ ਅਤੇ ਉਹਦੇ ਊੜਾ ਵਾਲਾ ਉਹਦੇ 'ਤੇ ਕੀਬੋਰਡ 'ਤੇ ਕੱਟ ਕੇ ਲਾਇਆ ਹੋਇਆ ਸੀ। ਮੈਂ ਕੀ ਕਰੀਏ, ਇੰਨੇ 500 ਦਾ ਕੀਬੋਰਡ ਉਹਦਾ ਤੁਸੀਂ ਲਿਆਓ, ਉਹ ਕਹਿੰਦੇ ਜੀ ਹੈਵੇ ਤਾਂ ਲਿਆਈਏ। ਮੈਨੂੰ ਉਦੋਂ ਪਤਾ ਲੱਗਿਆ ਵੀ ਕੀਬੋਰਡ ਹੈ ਨਹੀਂ, ਮੈਂ ਹਜ਼ਾਰਾਂ ਥਾਵੇਂ ਗੱਲ ਉਠਾਈ ਵੀ ਤੁਹਾਨੂੰ ਇਦੂ ਵੱਧ ਪੰਜਾਬੀ ਨੂੰ ਕੀ ਸ਼ਰਮ ਨਾਲ ਗੱਲ ਹੈ, ਇਹਦਾ ਵਿਕਾਸ ਕਰੋ, ਬਿਲਕੁਲ ਦੇਖੋ। ਉਸ ਤੋਂ ਬਾਅਦ ਮੈਨੂੰ ਲੱਗਦਾ ਇਹ ਕਿਰਪਾਲ ਸਿੰਘ ਪੰਨੂ ਹੋਣੀ, ਗੁਰਪ੍ਰੀਤ ਸਿੰਘ ਲੇਹਲ, ਸਾਰੇ ਜਾਣੇ। ਇੱਕ ਗੱਲ ਤਾਂ ਜਿਹੜਾ ਕਦਮ ਆ ਜਾਂ ਜਿਸ ਤਰੀਕਾ ਚੱਕਿਆ ਜਾਣਾ ਚਾਹੀਦਾ, ਥੋੜ੍ਹਾ ਥੋੜ੍ਹਾ ਕਰਕੇ ਉਸਨੂੰ ਅੱਗੇ ਵਧਾਉਣਾ ਚਾਹੀਦਾ, ਪਰ ਉਹ ਜੋਸ਼ ਉਤਸ਼ਾਹ ਨਹੀਂ। ਪਰ ਇੱਕ ਗੱਲ ਮੈਂ ਮਿੱਤਰ ਸਿੰਘ ਮੀਤ ਜੀ ਇਹ ਮਹਿਸੂਸ ਕਰਦਾ, ਕਿਉਂਕਿ ਬਾਹਰ ਦੇਸ਼ਾਂ 'ਚ ਅਸੀਂ ਬੈਠੇ ਹਾਂ,
ਪੰਜਾਬ ਵਿੱਚ ਪੰਜਾਬੀ ਜੇ ਜੀਵਤ ਆ, ਜੇ ਰਾਜ ਭਾਸ਼ਾ ਬਤੌਰ ਉਹ ਲਾਗੂ ਆ ਤਾਂ ਹੀ ਫਿਰ ਸਭ ਕੁਛ ਹੈ। ਪਰ ਅਸਲ 'ਚ ਹੁਣ ਕੀ ਸਮੱਸਿਆ ਹੈ ਤੁਸੀਂ ਦੱਸਤੀ, ਕੀ ਕੋਈ ਇਸ ਵੇਲੇ ਮੌਜੂਦਾ ਸਰਕਾਰ, ਪਿਛਲੀਆਂ ਸਰਕਾਰਾਂ ਉਹਨਾਂ ਦੇ ਅੰਦਰ ਜਾਂ ਉਹ ਸੰਸਥਾਵਾਂ ਜਥੇਬੰਦੀਆਂ ਉਹਨਾਂ ਦੇ ਅੰਦਰ ਇਸ ਸਮੱਸਿਆ ਦੇ ਹੱਲ ਦੀ ਭਾਵਨਾ ਹੈ ਜਾਂ ਫਿਰ ਬਿਲਕੁਲ ਨਹੀਂ? ਜਿੱਥੋਂ ਤੱਕ ਪਹਿਲਾਂ ਆਪਾਂ ਸਰਕਾਰ ਦੀ ਗੱਲ ਕਰੀਏ, ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਪਹਿਲਾਂ ਇਹ ਪੱਕਾ ਕਰ ਦਿੱਤਾ ਗਿਆ ਹਿੰਦੂਆਂ ਦੇ ਵਿੱਚ ਔਰ ਸਿੱਖਾਂ ਦੇ ਵਿੱਚ ਵੀ ਜਿਹੜੀ ਇਹ ਪੰਜਾਬੀ ਸੂਬਾ ਬਣੂੰਗਾ ਉਹ ਸਿੱਖਾਂ ਦੀ ਹੋਊਗੀ। ਔਰ ਅਸੀਂ ਵੀ ਕਿਹਾ ਵੀ ਗੁਰਮੁਖੀ ਅਸੀਂ ਲਾਗੂ ਕਰਨੀ ਹੈ, ਪੰਜਾਬੀ ਨਹੀਂ ਕਿਹਾ ਗੁਰਮੁਖੀ। ਔਰ ਜੋ ਮੂਵਮੈਂਟ ਚੱਲੀ ਪੰਜਾਬੀ ਸੂਬੇ ਨੂੰ ਬਣਾਉਣ ਦੀ, ਉਹ ਸਿੱਖ ਜਿਹੜੀ ਸਿਆਸੀ ਪਾਰਟੀਆਂ ਸੀ ਉਹਨਾਂ ਨੇ ਲੀਡ ਕੀਤੀ, 12,000 ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਪ੍ਰੋਪਰਟੀਆਂ ਜ਼ਬਤ ਹੋਈਆਂ, ਉਹਨਾਂ ਦੇ ਕੁੱਟਮਾਰ ਵੀ ਹੋਈ, ਕੁਰਬਾਨੀ ਦਿੱਤੀ ਸਿੱਖਾਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹਦਾ ਨਜਾਇਜ਼ ਫਾਇਦਾ ਉਠਾਇਆ ਹਿੰਦੂਆਂ ਨੇ ਹਿੰਦੂਵਾਦ ਕਰਕੇ, ਇਸ ਨੂੰ ਕੋਸ਼ਿਸ਼ ਕੀਤੀ ਵੀ ਇਹ ਪੰਜਾਬੀ ਸੂਬਾ ਨਾ ਬਣੇ। ਉਹ ਜਿਹੜੀ ਕੜੱਤਣ ਹੈ ਉਹ ਅੱਜ ਤੱਕ ਲੋਕਾਂ ਦੇ ਦਿਮਾਗਾਂ 'ਚ ਚਲੀ ਆ ਰਹੀ ਹੈ, ਜਦੋਂ ਕਿ ਇਹ ਕੜੱਤਣ ਨਿਕਲ ਚੁੱਕੀ ਹੈ। ਹੁਣ ਕੋਈ ਵੀ ਹਿੰਦੂ ਹੈ ਜਿਹੜਾ ਉਹ ਇਹ ਨਹੀਂ ਕਹਿੰਦਾ ਵੀ ਮੈਂ, ਮੇਰੀ ਮਾਤ ਭਾਸ਼ਾ ਹਿੰਦੀ ਹੈ ਜਾਂ ਮੇਰਾ ਹਿੰਦੀ ਨਾਲ ਵਿਕਾਸ ਹੋਊਗਾ। ਹਜ਼ਾਰਾਂ ਐਗਜ਼ੈਂਪਲਾਂ ਲੇਖ ਕਹਿੰਦੇ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਕਦੇ ਨਹੀਂ ਸੋਚਿਆ ਵੀ ਮੈਂ ਹਿੰਦੂ ਹਾਂ, ਮੈਂ ਪੰਜਾਬੀ, ਮੇਰੀ ਮਾਂ ਭਾਸ਼ਾ, ਮੈਂ ਕਹਿੰਦਾ ਹੋਰ ਮੇਰੀ ਕੀ ਹੋਊਗੀ ਜੇ ਮੈਂ ਪੰਜਾਬੀ 'ਚ ਨਹੀਂ ਵਧੀਆ ਲਿਖ ਸਕਦਾ, ਪੰਜਾਬੀ 'ਚ ਮੈਨੂੰ ਅਧਿਕਾਰ ਨਹੀਂ ਹੋਊ, ਮੈਂ ਹਿੰਦੀ 'ਚ ਨਹੀਂ ਲਿਖਣਾ ਮੈਨੂੰ ਵਧੀਆ, ਅੰਗਰੇਜ਼ੀ 'ਚ ਮੇਰਾ, ਮੈਂ ਡਿਗਰੀਆਂ ਜਿੱਡੀਆਂ ਮਰਜ਼ੀ ਲੈ ਲਈਆਂ ਪਰ ਮੈਂ ਪੂਰੇ ਫਲੋ ਨਾਲ ਨਹੀਂ ਬੋਲ ਸਕਦਾ, ਫਿਰ ਮੈਂ ਕੀ ਬੋਲੂੰਗਾ ਬਈ ਜੇ ਮੈਂ ਪੰਜਾਬੀ ਨਹੀਂ ਬੋਲ, ਮੈਂ ਤਾਂ ਪੰਜਾਬੀ ਹਾਂ, ਤੁਸੀਂ ਲੜੀ ਜਾਓ। ਮੈਂ ਕਹਿੰਦਾ ਤੁਹਾਡੀ ਨਹੀਂ ਹੈ ਪੰਜਾਬੀ, ਸਾਡੀ ਹੈ। ਬਿਲਕੁਲ, ਹੁਣ ਉਹ ਕੀ ਹੈ, ਮੈਂ ਜਿਹੜਾ ਡਾਟਾ ਸਰਚ ਕੀਤਾ ਵੀ ਹੁਣ ਕੀ ਸਿਚੁਏਸ਼ਨ ਕੀ ਹੈ, ਜਿਹੜੇ ਅੰਕੜੇ ਆ ਸਰਕਾਰ ਦੇ, ਉਹ 'ਚ ਇਹ ਵੀ ਲਿਖਿਆ ਜਾਂਦਾ ਵੀ ਲੈਂਗੁਏਜ ਕੀ ਹੈ। ਤਾਂ ਪੰਜਾਬ ਦਾ ਜਿਹੜਾ ਰੀਸੈਂਟ ਗੌਰਮੈਂਟ ਨੇ ਰਿਲੀਜ਼ ਕੀਤਾ 2011 ਦਾ ਅੰਕੜਾ, ਉਹਦੇ ਵਿੱਚ ਇਹ ਦਿੱਤਾ ਵੀ ਪੰਜਾਬ ਦੇ ਵਿੱਚ 91.7% ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਆ। ਠੀਕ ਹੈ, ਹੁਣ ਆਪਾਂ ਥੋੜ੍ਹੇ ਜਿਹੇ ਇਹਨੂੰ ਐਨਾਲਿਸਿਸ ਆਪਾਂ ਕਰੀਏ, 7% ਜਿਹੜੇ ਲੋਕ, 8% ਉਹ ਹੈਗੇ ਆ ਇੱਥੇ, ਉਹਦੇ ਬਿਹਾਰ ਬੈਠੇ ਆ, ਯੂਪੀ ਤੋਂ। ਠੀਕ ਹੈ, ਅਸੀਂ ਖੁਸ਼ ਹਾਂ, ਮੈਂ ਤਾਂ ਵੀ ਉਹਨਾਂ ਨੇ ਇੱਥੇ ਆ ਕੇ ਵੀ ਆਪਣੀ ਮਾਤ ਭਾਸ਼ਾ ਨੂੰ ਨਹੀਂ ਭੁੱਲਿਆ, ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। 8% ਨਿਕਲ ਗਏ, 60% ਆਬਾਦੀ ਗਿਣੀ ਜਾਂਦੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਜੀ, ਅਤੇ ਬਾਕੀ ਮੈਂ ਕਹਿੰਦਾ ਵੀ ਉਹ 41% ਕੌਣ ਹੈ ਦੱਸੋ, ਕੌਣ ਨੇ? ਠੀਕ ਹੈ, ਮੁਸਲਮਾਨ ਨੇ ਤਾਂ ਵੀ ਪਰ ਸਾਨੂੰ ਪ੍ਰਵਾਨਿਤ ਨੇ ਜੀ, ਅਤੇ ਇਹ ਮੁਸਲਮਾਨ ਵੀ ਤਾਂ ਇਕੱਲੇ ਮਲੇਰਕੋਟਲੇ 'ਚ ਹੈ, ਕੱਢ ਲਓ 2-3%, ਅਤੇ 35% ਜੇ ਹਿੰਦੂ ਹੈ। ਉਦੋਂ 2001 ਦੇ ਵਿੱਚ ਕੋਈ ਅੱਤਵਾਦ ਦਾ ਪ੍ਰੈਸ਼ਰ ਵੀ ਨਹੀਂ ਸੀਗਾ, ਇੱਕ ਨੇ ਮੈਨੂੰ ਕਿਹਾ ਵੀ ਉਹ ਤਾਂ ਲਿਖਾ ਦੀ, ਮੈਂ ਉਦੋਂ ਦੱਸੋ 2001 'ਚ ਕਿਹੜਾ ਸੀ ਅੱਤਵਾਦ, ਉਦੋਂ ਸਾਰਾ ਕੁਛ ਸ਼ਾਂਤ ਹੋ ਗਿਆ ਸੀਗਾ। ਵੀ ਇਹ ਹੁਣ ਹੋ ਸਕਦਾ 11 ਦੇ ਵਿੱਚ ਆ ਕੇ ਇਹ ਹੋਰ ਵੱਧ ਗਈ ਹੋਵੇ, ਅਤੇ ਨਾ ਵੀ ਵਧੇ, ਮੈਂ ਤਸੱਲੀ 'ਚ ਹਾਂ ਵੀ ਜੇ 92% ਲੋਕ ਇਹ ਲਿਖਾਉਂਦੇ ਆ ਵੀ ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਤਾਂ ਫਿਰ ਕਿਹਦੀ ਕੀ, ਕੌਣ ਰੋਕੂਗਾ ਤੁਹਾਨੂੰ, ਕੌਣ ਪੋਲੀਟੀਕਲ ਪਾਰਟੀ ਨੂੰ ਨੁਕਸਾਨ ਪਹੁੰਚਾਊਗਾ ਜੇ ਪੰਜਾਬੀ ਲਾਗੂ ਹੋ ਜਾਊਗੀ? ਇੱਕ ਦੂਜੀ ਰੀਸੈਂਟ ਉਦਾਹਰਣ ਆ ਜਿਹੜੀ ਆ ਲੱਦੇ ਦੀ ਹੈ, ਮੁੰਡੇ ਦੀ ਆਪਣੇ ਲੱਖਾ ਸਿਧਾਨੇ ਦੀ, ਸਧਾਰਨ ਮੁੰਡਾ ਉਹ ਬੰਦਾ, ਰਿਕਾਰਡ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ। ਉਸ ਬੰਦੇ ਨੂੰ ਗੁੱਸਾ ਆਇਆ, ਪੰਜਾਬੀ ਮਾਤ ਭਾਸ਼ਾ ਲਈ ਪਿਆਰ ਜਾਗਿਆ, ਉਸ ਨੇ ਉਹ ਜਿਹੜੀਆਂ ਮਟੇਈਆਂ। ਹੁਣ ਉਹਦੇ ਜੇ ਆਪਾਂ, ਮੈਂ ਆਪਣੇ ਐਂਗਲ ਤੋਂ ਐਨਾਲਿਸਿਸ ਕਰਦਾ ਵੀ ਕਿਹੜੇ ਹਿੰਦੂ ਸੰਸਥਾ ਨੇ ਉਹਦਾ ਵਿਰੋਧ ਕੀਤਾ, ਦੱਸੋ ਵੀ ਨਹੀਂ ਪੰਜਾਬੀ ਲਾਗੂ ਹੋਣੀ ਚਾਹੀਦੀ? ਮੈਨੂੰ ਤਾਂ ਕੋਈ ਅੱਜ ਤੱਕ ਪੜ੍ਹਿਆ ਨਹੀਂ, ਮੈਂ ਧਿਆਨ ਵੀ ਦਿੱਤਾ, ਮੈਂ ਅਖਬਾਰਾਂ 'ਤੇ ਵੀ ਨਜ਼ਰ ਮਾਰੀ ਵੀ ਕਿਸੇ ਨੇ ਵਿਰੋਧ ਕੀਤਾ, ਜੇ ਨਹੀਂ ਕੀਤਾ ਤਾਂ ਫਿਰ ਕਿਵੇਂ ਅਸੀਂ ਕਹੀ ਜਾਂਦੇ ਹਾਂ ਵੀ ਜੇ ਹਿੰਦੂਆਂ ਪੰਜਾਬੀ ਲਾਗੂ ਕਰਤੀ ਤਾਂ ਹਿੰਦੂ ਨਾਰਾਜ਼ ਹੋ ਜੂਗਾ? ਇੱਕ ਐਵੇਂ ਉਹ ਪੁਰਾਣਾ ਜਿਹੜਾ ਹੂ ਹੈ ਉਹਨੂੰ ਲੈ ਕੇ ਪੋਲੀਟੀਕਲ ਪਾਰਟੀਆਂ, ਨਾ ਕਾਂਗਰਸ ਲਾਗੂ ਕਰਦੀ ਹੈ ਨਾ ਅਕਾਲੀ ਦਲ, ਇਹ ਡਰੀ ਜਾਂਦੇ ਆ।
ਯਾਨੀ ਕਿ ਲੀਡਰਸ਼ਿਪ ਜਿਹੜੀ ਆ ਲੋਕਾਂ ਦੇ ਸਿਆਸਤਦਾਨਾਂ ਦੇ ਮਨਾਂ 'ਚ ਖੋਟ ਆ, ਖੋਟ ਹੈ, ਜਦਕਿ ਜਿਹੜਾ ਪੰਜਾਬੀ ਪੰਜਾਬ ਦਾ ਹੈ ਉਹ ਕਦੇ ਇਸ ਦੇ ਖਿਲਾਫ਼ ਨਹੀਂ। ਇੱਕ ਮਿੰਟ ਮੈਂ ਐਡ ਕਰ ਲਾਂ ਗੱਲ, ਜਿਹੜਾ ਤੁਹਾਡਾ ਦੂਜਾ ਸਵਾਲ ਸੀ ਲੇਖ ਜਥੇਬੰਦੀਆਂ ਦੀ, ਹੁਣ ਜਿਹੜੇ ਲੇਖ ਜਥੇਬੰਦੀਆਂ ਸਾਡੀਆਂ ਉਹ ਵੀ ਬਸ ਉੱਤੋਂ ਹੀ ਨਾਵਲ ਲਿਖ ਲਏ, ਕਹਾਣੀਆਂ ਲਿਖ ਲਈਆਂ, ਕਵਿਤਾਵਾਂ ਪੰਜਾਬੀ ਦੇ ਹੱਕ 'ਚ ਲਿਖਤੀਆਂ, ਮੈਂ ਅਸੀਂ ਬਚਾ ਕੇ ਚਾਹੁੰਦਾ ਪੜ੍ਹਦਾ ਪੁੜਦਾ ਉਹਨਾਂ ਨੂੰ ਦੱਸ ਨਾਰੇ ਲਾ ਆਉਂਦੇ ਆ ਸਟੇਜ 'ਤੇ, ਆ ਕੇ ਇੱਥੇ ਤੁਹਾਡੇ ਵੀ ਹੋ ਜਾਂਦੇ ਆ, ਅਸੀਂ ਪੰਜਾਬੀ ਨਹੀਂ ਮਰਨ ਦਿਆਂਗੇ ਲਾਸਟ ਤੋਂ ਇਲਾਂ। ਇੱਕ ਵਾਰੀ ਇੱਕ ਮੈਂ ਵੀ ਉੱਥੇ ਪ੍ਰਜਾਈਡ ਕਰਦਾ ਸੀ, ਮੈਂ ਕਿਹਾ ਗਾਸੋ ਸਾਹਿਬ ਕਿਵੇਂ ਤੁਹਾਡੇ ਕਿਵੇਂ ਤੁਹਾਡੀ ਲਾਸਟ ਤੋਂ ਨਹੀਂ ਲੰਘ ਜੂਗੀ, ਤੁਸੀਂ ਮੇਰੇ ਨਾਲ ਬਹਿ ਕੇ ਤਰਕ ਕਰੋ, ਆ ਜਾਓ, ਮੈਂ ਤੁਹਾਨੂੰ ਕਹਿਣਾ ਪੰਜਾਬੀ ਚੱਲੀ ਹੈ, ਤੁਸੀਂ ਐਂ ਨਾਰੇ ਮਾਰਨ ਨਾਲ ਤਾਂ ਨਹੀਂ ਬਚਣੀ, ਇੱਥੇ ਤੁਹਾਡੀ ਲਾਸ਼ ਨਾਲ ਅਸੀਂ ਤੁਹਾਨੂੰ, ਸਾਡੇ ਬਜ਼ੁਰਗ ਹੋ, ਅਸੀਂ ਤੁਹਾਨੂੰ ਕਿਵੇਂ ਮਰਨ ਦਿਆਂਗੇ, ਪਰ ਤੁਹਾਡੀ ਲਾਸ਼ ਨਾਲ ਪੰਜਾਬੀ ਕਿਵੇਂ ਬਚ ਰੁਕ ਜੂਗੀ, ਇਹਦੇ ਲਈ ਕਾਰਨ ਲੱਭੋ, ਕੋਈ ਨਹੀਂ ਲੱਭਦਾ। ਹੁਣ ਆਹ ਜਿਹੜਾ ਡਾਟਾ ਜਿਹਨੂੰ ਮੈਂ ਦੱਸਿਆ, ਇਹ ਮੈਂ ਪਹਿਲੀ ਵਾਰ ਲੱਭਿਆ ਜਦੋਂ ਅਸੀਂ ਮੈਂ ਸਟੱਡੀ ਸਰਕਲ ਦੀ ਇੱਕ ਮੀਟਿੰਗ 'ਚ ਪੇਸ਼ ਕੀਤਾ ਵੀ ਆ, ਉਹ ਉਹਨਾਂ ਨੇ ਉਹ ਵੀ ਕਿਹਾ ਵੀ ਇਹਨੂੰ ਫਟਾਫਟ ਇਹਨੂੰ ਪ੍ਰਚਾਰ ਕਰੋ ਜੀ, ਅਤੇ ਵੀ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਵੀ ਇੰਨਾ ਵਧੀਆ, ਅਤੇ ਫਿਰ ਪੰਜਾਬੀ ਨੂੰ ਲਾਗੂ ਕਿਉਂ ਨਹੀਂ ਹੁੰਦੀ। ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਾਹਿਤਕ ਸੰਸਥਾਵਾਂ ਨੇ, ਇਹ ਪੰਜਾਬੀ ਲਈ ਕੋਈ ਸਰਚ ਨਹੀਂ ਕਰਦੀਆਂ, ਕੋਈ ਸੁਝਾਅ ਨਹੀਂ ਦਿੰਦੀਆਂ, ਕੋਈ ਸਮੱਗਰੀ ਤਿਆਰ ਨਹੀਂ ਕਰਦੀਆਂ, ਸਿਰਫ ਕਵਿਤਾਵਾਂ ਲਿਖ ਦਿੰਦੀਆਂ ਨੇ, ਉਹਨੂੰ ਗਾ ਦਿੰਦੀਆਂ ਨੇ, ਅਤੇ ਸਮਝਦੀਆਂ ਸਾਡੀ ਸੇਵਾ ਹੋ ਗਈ। ਮੈਂ ਸਮਝਦਾ ਇਹੀ ਇਹ ਡਿਊਟੀਆਂ ਜਿਹੜੀਆਂ ਹੈਗੀਆਂ ਸਾਡੀ ਸਾਹਿਤਕਾਰ ਨੇ ਜਿਹੜੇ ਉਹਨਾਂ ਦੀ ਵੀ ਡਿਊਟੀ ਹੈ, ਠੀਕ ਹੈ, ਉਹ ਪਹਿਲਾਂ ਉਹ ਸਾਡੇ ਲੱਭਣ, ਨੇਤਾਵਾਂ ਨੂੰ ਦੱਸਣ, ਲੋਕਾਂ ਨੂੰ ਜਾਗਰਿਤ ਕਰਨ। ਜੇ ਤੁਸੀਂ ਆ ਭਾਈ ਜਦੋਂ ਆਉਂਦੇ ਆ ਉਹਨਾਂ ਨੂੰ ਕਹੋ ਵੀ ਪੰਜਾਬੀ ਲਾਗੂ ਕਰੋ, ਅਸੀਂ ਤਾਂ ਵੋਟ ਦਿਆਂਗੇ, ਉਹਦਾ ਹੈ ਨਹੀਂ ਉਹ, ਕਿਉਂ ਕੀ ਨੇ ਵੀ ਉਹ ਸਰਕਾਰ ਦੇ ਅੰਗ ਬਣੇ ਹੋਏ ਨੇ, ਉਹਨਾਂ ਦੇ ਪ੍ਰੋਫੈਸਰ ਨੇ, ਦੋ ਦੋ ਲੱਖ ਤਨਖਾਹ ਲੈਂਦੇ ਆ, ਖਤਰਾ ਮੰਨਦੇ ਆ। ਮੈਂ DA ਹੋ ਕੇ ਜਿਹੜਾ ਤੁਸੀਂ ਲਿਟਰੇਚਰ ਲਿਖਿਆ ਉਹ ਮੈਂ ਪੂਰੀ ਆਪਣੀ ਕੁਰਸੀ ਨੂੰ ਖਤਰੇ 'ਚ ਪਾ ਕੇ ਲਿਖਿਆ ਹੈਂਜੀ, ਅਤੇ ਮੈਂ ਤਾਂ ਕਦੇ ਪਰਵਾਹ ਨਹੀਂ ਕੀਤੀ, ਲਿਖਣਾ ਤਾਂ ਲਿਖਣਾ ਕੀ ਹੈ, ਨੌਕਰੀਆਂ ਦਾ ਕੀ ਹੈ, ਨਾ ਤਾਂ ਰਹੂ ਸੇਵਾ, ਸਾਡੀ ਪੰਜਾਬੀ ਭਾਸ਼ਾ ਲਈ ਸੇਵਾ ਤਾਂ ਜੁੜੂ। ਮੈਨੂੰ ਕਈ ਲੋਕਾਂ ਨੇ ਉਦੋਂ ਕਿਹਾ ਵੀ ਤੁਹਾਨੂੰ ਤੁਸੀਂ ਇੰਗਲਿਸ਼ ਕਿਉਂ ਨਹੀਂ ਲਿਖਦੇ, ਇਹੀ ਨਾਵਲ ਇੰਗਲਿਸ਼ 'ਚ ਆਉਣ ਤਾਂ ਤੁਹਾਡਾ ਨਾਂ, ਮੈਂ ਕਿਹਾ ਨਹੀਂ, ਪੰਜਾਬੀ 'ਚ ਨਹੀਂ ਹੈ ਇਹੋ ਜਿਹਾ ਕੁਛ, ਇੰਗਲਿਸ਼ ਦਾ ਬਥੇਰਾ ਪਿਆ ਹੋਊਗਾ, ਮੈਂ ਤਾਂ ਆਪਣੀ ਮਾਂ ਬੋਲੀ ਮੈਂ 'ਚ ਲਿਖਣਾ, ਅਸੀਂ ਲਿਖਿਆ ਜੀ। ਇਸ ਲਈ ਇਹ ਜਿਹੜੀਆਂ ਸਾਹਿਤਕਾਰ ਸੰਸਥਾਵਾਂ ਨੇ ਇਹ ਆਪਣੀ ਸਹੀ ਡਿਊਟੀ ਨਹੀਂ ਨਿਭਾਉਂਦੀਆਂ, ਉੱਪਰੀ ਸਤਾ ਦੀ ਗੱਲ ਕਰਦੀਆਂ ਨੇ, ਡੈਪਥ 'ਚ ਨਹੀਂ ਜਾਂਦੀਆਂ। ਜੇ ਜਾਣ ਉਹਨਾਂ ਨੂੰ ਕਨਵਿੰਸ ਕਰਨ, ਆ ਦੱਸਣ ਡਾਟਾ ਵੀ ਨਹੀਂ ਜੀ ਹੁਣ ਤੁਹਾਨੂੰ ਖਤਰਾ ਨਹੀਂ ਹੈਗਾ, ਤੁਸੀਂ ਪੰਜਾਬੀ ਲਾਗੂ ਕਰੋ, ਬਲਕਿ ਤੁਹਾਨੂੰ ਵੋਟ ਵੱਧ ਆਊਗੀ, ਤਾਂ ਸ਼ਾਇਦ ਉਹ ਮੰਨਣ, ਉਹਨਾਂ ਨੂੰ ਕੋਈ ਨਹੀਂ ਦੱਸਦਾ, ਕੋਈ ਸਰਚ ਨਹੀਂ ਕਰਦਾ। ਇਸੇ ਕਰਕੇ ਅਸੀਂ ਇੱਥੇ ਆਏ ਹਾਂ ਜੀ ਜੀ ਜੀ, ਮੈਂ ਇੱਕ ਗੱਲ ਹੋਰ ਕਹਿ ਦਿਆਂ, ਇਸ ਲਈ ਅਸੀਂ ਇੱਥੇ ਆਏ ਹਾਂ ਵੀ ਇੱਥੇ ਇੱਕ ਬੜਾ ਪੜ੍ਹਿਆ ਲਿਖਿਆ ਸਿਆਣਾ ਮਿਹਨਤੀ, ਹੁਣ ਅੱਜ ਮੈਂ ਮਿਲਿਆ ਉੱਥੇ ਕੋਈ ਟੈਕਨੀਕਲ ਇੰਜੀਨੀਅਰ ਹੈ, ਕੋਈ MCOM ਹੈ, ਕੋਈ PhD ਹੈ, ਔਰ ਉਹਨਾਂ ਨੇ ਆਪਣੀ ਮਿਹਨਤ ਦੇ ਸਿਰ 'ਤੇ ਇੱਥੇ ਸਥਾਪਤੀ ਕੀਤੀ ਹੈ, ਚਮਕਾਇਆ ਆਪਣੇ ਆਪ ਨੂੰ। ਸਾਨੂੰ ਲੱਗਦਾ ਵੀ ਇੱਥੋਂ ਸ਼ਾਇਦ ਇਹ ਗੱਲ ਸਮਝ ਕੇ ਉੱਥੇ ਜਾਵੇ। ਅਤੇ ਇੱਕ ਸਾਡਾ ਹੋਰ ਵੀ ਬਿਮਾਰੀ ਹੈ ਵੀ ਜਿਹੜੀ ਵਿਦੇਸ਼ੀ ਮੋਹਰ ਅਸੀਂ ਲਾ ਦੇਣਾ ਨਾ, Made in USA ਸ਼ਾਟਲ ਲੁਧਿਆਣੇ ਦੀ ਬਣੀ ਹੁੰਦੀ ਹੈ, ਠੀਕ ਹੈ, ਉਹਦੀ ਕੀਮਤ ਵੱਧ ਜਾਂਦੀ ਹੈ, ਸ਼ਾਇਦ ਕਨੇਡਾ ਤੋਂ ਗਈ ਗੱਲ ਉੱਥੇ ਧਿਆਨ ਨਾਲ ਸੁਣਾਉਂਦੀ ਹੈ। ਬਿਲਕੁਲ ਜੀ, ਮਿੱਤਰ ਸਨਮੀਤ ਜੀ, ਅਸੀਂ ਤੁਹਾਡੇ ਤਹਿਤ ਲੋਰੀਣੀ ਹੈ, ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਵਿਚਾਰ ਬੇਸ਼ੱਕ ਆਪੋ ਆਪਣੇ ਹਰੇਕ ਦੇ ਹੁੰਦੇ ਨੇ, ਜ਼ਰੂਰੀ ਨਹੀਂ ਕਿ ਹਰ ਇੱਕ ਵਿਚਾਰ ਦੂਸਰੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇ। ਸੋ ਜਿਹੜੀਆਂ ਸੁਭਾਵਾਂ ਦੀ ਗੱਲ ਜਾਂ ਜੋ ਉਹਨਾਂ ਦੇ ਰੂਪ ਭੂਮਿਕਾ ਦੀ ਗੱਲ ਕੀਤੀ ਹੈ, ਤੁਸੀਂ ਨੇੜਿਓਂ ਤੱਕ ਕੇ ਕੀਤੀ ਹੈ, ਉਸ ਨੂੰ ਬਿਆਨ ਕੀਤਾ। ਸੋ ਸਮੂਹ ਕੈਨੇਡਾ ਦੇ ਇਸ ਵੇਲੇ ਦਰਸ਼ਕ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਜਿਹੜੇ ਤੁਹਾਡੇ ਨਾਲ ਜੁੜੇ ਨੇ, ਇਸ ਪ੍ਰੋਗਰਾਮ ਨਾਲ ਜੁੜੇ ਨੇ, ਕੀ ਕਹਿਣਾ ਚਾਹੋਗੇ? ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਵੀ ਜਿਹੜਾ ਅਸੀਂ ਇਹ ਕਹਿ ਰਹੇ ਹਾਂ, ਜਿਹੜੇ ਸਵਾਲ ਪਹਿਲਾਂ ਉਠਾਇਆ ਸੀ ਵੀ ਅੰਗਰੇਜ਼ੀ ਕਿਉਂ ਪੜ੍ਹਦੇ ਆ ਬੱਚੇ, ਪੰਜਾਬ ਹਿੰਦੀ ਕਿਉਂ ਪੜ੍ਹਦੇ ਆ, ਉਹਦਾ ਕਾਰਨ ਇਹੀ ਹੈ ਵੀ ਜਿਹੜੀ ਪੰਜਾਬੀ ਆ ਉਹਨੂੰ ਰਾਜ ਭਾਸ਼ਾ ਦਾ ਸਹੀ ਦਰਜਾ ਨਹੀਂ ਮਿਲਿਆ, ਉਸ ਕਾਰਨ
ਇਹ ਰੁਜ਼ਗਾਰ ਦੀ ਜਿਹੜੀ ਉਹਦੀ ਕਪੈਸਿਟੀ ਹੁੰਦੀ ਹੈ ਭਾਸ਼ਾ, ਜਿੰਨਾ ਚਿਰ ਰੁਜ਼ਗਾਰ ਨਹੀਂ ਦਿੰਦੀ ਉਹਨਾਂ ਚਿਰ ਕੋਈ ਭਾਸ਼ਾ ਬਚਦੀ ਨਹੀਂ ਹੈ। ਉਹਦਾ ਮੈਂ ਜਿਹੜਾ ਮੇਰੀ ਰਿਸਰਚ ਹੈ ਉਹ ਇਹੀ ਹੈ ਵੀ ਰੁਜ਼ਗਾਰ ਉਹਨੂੰ ਬਚਾਉਂਦਾ, ਜਿਵੇਂ ਆਪਾਂ ਸੰਸਕ੍ਰਿਤ ਦੀ ਗੱਲ ਕੀਤੀ ਹੈ। ਅਤੇ ਜਦੋਂ ਪੰਜਾਬੀ ਪੜ੍ਹ ਕੇ ਕਿਸੇ ਨੂੰ ਰੁਜ਼ਗਾਰ ਹੀ ਨਹੀਂ ਮਿਲਣਾ, ਕਿਸੇ ਨੂੰ ਜਿਹੜਾ ਜਿਹੜਾ ਪ੍ਰੋਫੈਸ਼ਨਲ ਹੈ, ਜੇ CA ਨੂੰ ਪਤਾ ਵੀ ਮੇਰੀ ਰਿਟਰਨ ਅੰਗਰੇਜ਼ੀ ਜਾਊਗੀ ਉਹਨੂੰ ਪੰਜਾਬੀ ਪੜ੍ਹਨ ਦੀ ਕੀ ਲੋੜ ਹੈ, ਜੇ ਵਕੀਲ ਨੂੰ ਪਤਾ ਵੀ ਮੇਰੀ ਬਹਿਸ ਤਾਂ ਅੰਗਰੇਜ਼ੀ 'ਚ ਹੋਣੀ ਹੈ ਉਹਨੂੰ ਪੰਜਾਬੀ ਪੜ੍ਹਨ ਦੀ ਕੀ ਲੋੜ ਹੈ, ਜੇ ਸਰਕਾਰ ਦੀ ਨੌਕਰੀ ਨਹੀਂ ਮਿਲਦੀ ਜਿਹੜੇ ਵਪਾਰ ਆ ਉਹਦੇ ਵਿੱਚ ਪੰਜਾਬੀ ਲਾਗੂ ਨਹੀਂ ਹੁੰਦੀ ਤਾਂ ਵਪਾਰ ਰੁਜ਼ਗਾਰ ਦੀ ਭਾਸ਼ਾ ਨਾ ਹੋਣ ਕਰਕੇ ਉਹ ਭਾਸ਼ਾ ਮਰਨੀ ਸ਼ੁਰੂ ਕਰ ਦਿੰਦੀ ਹੈ। ਇਹ ਅੰਗਰੇਜ਼ੀ ਨੂੰ ਅਸੀਂ ਤਾਂ ਹੀ ਪੜ੍ਹਦੇ ਹਾਂ ਕਿਉਂਕਿ ਇਹਦੇ ਨਾਲ ਅਸੀਂ ਇੰਟਰਨੈਸ਼ਨਲ ਤੌਰ ਦੇ ਉੱਤੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਾਂ। ਉਹ ਅਸੀਂ ਕਿਸੇ ਅੰਗਰੇਜ਼ੀ ਨਾਲ ਸਾਡਾ ਮੋਹ ਨਹੀਂ ਹੈਗਾ, ਬਿਲਕੁਲ ਇੱਦਾਂ ਹੀ ਹਿੰਦੀ ਸੈਕੰਡ ਹੈ, ਅੰਗਰੇਜ਼ੀ ਤੋਂ ਬਾਅਦ ਹਿੰਦੀ ਉਹ ਭਾਸ਼ਾ ਹੈ ਜਿਹੜੀ ਸਾਨੂੰ ਵੱਧ ਰੁਜ਼ਗਾਰ ਦਵਾ ਸਕਦੀ ਹੈ, ਬਿਲਕੁਲ। ਅਤੇ ਹੁਣ ਪੰਜਾਬੀ ਜੇ ਹੋਵੇ ਤਾਂ ਪੰਜਾਬੀ ਪੜ੍ਹਾਂਗੇ, ਇਸ ਕਰਕੇ ਸਾਨੂੰ ਤਾਂ ਅੰਤਰਰਾਸ਼ਟਰੀ ਜੋ ਸਾਰਾ ਹੀ ਸਨੇ ਪੰਜਾਬ ਜਿਹੜੇ ਵੀ ਇਹ ਸਾਡੇ ਮਿੱਤਰ ਬੈਠੇ ਆ ਉਹਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣੀ ਹੈ ਵੀ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਓ ਤਾਂ ਇਹ ਬਚੂ, ਅਤੇ ਰੁਜ਼ਗਾਰ ਦੀ ਭਾਸ਼ਾ ਤਾਂ ਹੀ ਬਣੂਗੀ ਜੇ ਸਰਕਾਰ ਇਹਨੂੰ ਮਾਨਤਾ ਦੇ। ਸਹੀ ਅਸੀਂ ਕੋਈ ਬਗਾਵਤ ਨਹੀਂ ਕਰ ਰਹੇ, ਅਸੀਂ ਕੋਈ ਗਲਤ ਨਹੀਂ ਕਹਿ ਰਹੇ, ਅਸੀਂ ਤਾਂ ਇੰਨਾ ਹੀ ਕਹਿਣਾ ਵੀ 1967 ਕਰਨੀ ਵੀ ਪੈ ਜੇ ਬਗਾਵਤ ਫਿਰ ਨਹੀਂ ਕਰਦਾਂਗੇ, ਪਰ ਹੁਣ ਨਹੀਂ ਨਾ ਕਰ ਰਹੇ, ਅਸੀਂ ਤਾਂ ਹੁਣ ਤਾਂ ਕਹਿਣਾ ਵੀ 1967 ਦਾ ਤੁਹਾਡਾ ਕਾਨੂੰਨ ਹੈ। ਮੈਂ ਜਦੋਂ ਡਿਸਟ੍ਰਿਕਟ ਅਟੋਰਨੀ ਤੌਰ 'ਤੇ, ਕਈਆਂ ਨੇ ਮੈਨੂੰ ਸਵਾਲ ਕੀਤਾ ਜਾਣੇ ਤੁਸੀਂ ਡਿਸਟ੍ਰਿਕਟ ਅਟੋਰਨੀ ਹੋ ਤੁਸੀਂ ਕਾਨੂੰਨ ਦੇ ਵਿਰੁੱਧ ਬੋਲਦੇ, ਮੈਂ ਕਿੱਥੇ ਬੋਲਦਾ, ਮੈਂ ਉਹਨਾਂ ਨੂੰ ਕਿਹਾ ਮੈਂ ਕਿੱਥੇ ਬੋਲਦਾ, ਮੈਂ ਤਾਂ ਕਾਨੂੰਨ ਦੀ ਗੱਲ ਕਰਦਾ ਵੀ ਕਾਨੂੰਨ ਆ ਕਹਿੰਦਾ ਇਹਨੂੰ ਲਾਗੂ ਕਰੋ, ਪਰ ਮੈਂ ਕਿੱਥੇ ਵਿਰੁੱਧ ਬੋਲਾ, ਫਿਰ ਉਹ ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਵੀ ਅਸੀਂ ਕੋਈ ਮਤਲਬ ਇੱਥੋਂ ਇਹ ਨਹੀਂ ਕਰ ਰਹੇ ਵੀ ਤੁਹਾਨੂੰ ਕਹਿੰਦੇ ਉੱਥੇ ਜਾ ਕੇ ਬਗਾਵਤ ਕਰੋ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹ ਕਾਨੂੰਨ ਤੁਹਾਡਾ ਹੀ ਬਣਾਇਆ ਹੋਇਆ ਅਤੇ ਹੁਣ ਲਾਗੂ ਕਰ ਦਿਉ। 50 ਸਾਲ ਅਸੀਂ ਵੇਟ ਕਰ ਲਿਆ, ਜੇ ਹੋਰ ਵੇਟ ਕਰੋਗੇ ਤਾਂ ਫਿਰ ਮਰੂਗੀ ਪੰਜਾਬੀ, ਨੂੰ ਕੋਈ ਬਚਾ ਨਹੀਂ ਸਕਦਾ, ਨਾ ਕੋਈ ਧਾਰਮਿਕ ਸੰਸਥਾ, ਨਾ ਕੋਈ ਲੇਖ ਸੰਸਥਾ। ਇਹ ਸਾਡਾ ਸੰਦੇਸ਼ ਹੈ ਵੀ ਤੁਸੀਂ ਵੱਡੇ ਭਰਾ ਹੋ ਸਾਡੇ, ਜੇ ਘਰ 'ਚ ਕੋਈ ਨਾ ਸੁਣੇ ਤਾਂ ਫਿਰ ਅਸੀਂ ਬਾਹਰ ਆ ਕੇ ਸਮੱਸਿਆ ਰੱਖਦੇ ਹਾਂ, ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਸਾਡੀ ਮਦਦ ਕਰੋ, ਆਪਣੀ ਮਦਦ ਕਰੋ, ਪੰਜਾਬੀ ਮਾਂ ਨੂੰ ਬਚਾਓ, ਇਹ ਸੰਦੇਸ਼ ਨਾਲ ਆਏ। ਬਹੁਤ ਧੰਨਵਾਦ ਮਿੱਤਰ ਸਨਮੀਤ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਅਖੀਰ ਦੇ ਵਿੱਚ ਸਮੂਹ ਦਰਸ਼ਕਾਂ ਵੱਲੋਂ ਬਹੁਤ ਧੰਨਵਾਦ। ਇਸ ਗੱਲ ਨੂੰ ਉਲਫਤ ਬਾਜਵਾ ਸਾਹਿਬ ਸਾਡੇ ਮਹਾਨ ਲਿਖਾਰੀ ਉਹਨਾਂ ਦੇ ਸ਼ਬਦਾਂ ਦੇ ਨਾਲ ਸਮੇਟਦੇ ਹਾਂ। ਤੁਸੀਂ ਉਹ ਪ੍ਰਸ਼ਾਸਨ, ਸਰਕਾਰ, ਹਕੂਮਤਾਂ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ ਉਹਨਾਂ ਦੇ ਉਸ ਰੋਲ ਦੇ ਬਾਰੇ ਵੀ ਗੱਲ ਕੀਤੀ ਹੈ। ਨੀਤ ਖੋਟੀ ਹੈ ਤਾਂ ਨਤੀਜੇ ਚੰਗੇ ਨਹੀਂ, ਅਤੇ ਇਹ ਸ਼ਬਦ ਸੱਚਮੁੱਚ ਬੜੇ ਢੁੱਕਦੇ ਨੇ। ਬਣ ਜਾਣ ਜੇ ਇਹ ਬੰਦੇ, ਬੰਦੇ ਕਹਾਉਣ ਵਾਲੇ, ਮੁੱਕ ਜਾਣ ਸਾਰੇ ਝਗੜੇ ਦੁੱਖਾਂ 'ਚ ਪਾਉਣ ਵਾਲੇ, ਲੋਕਾਂ ਨੂੰ ਕੌਣ ਦੱਸੇ ਮੰਜ਼ਿਲ ਦਾ ਠੀਕ ਰਸਤਾ, ਗੁੰਮਰਾਹ ਹੋ ਗਏ ਨੇ ਰਸਤਾ ਵਿਖਾਉਣ ਵਾਲੇ, ਗੁੰਮਰਾਹ ਹੋ ਗਏ ਨੇ ਰਸਤਾ ਵਿਖਾਉਣ ਵਾਲੇ। ਸੋ ਬਹੁਤ ਧੰਨਵਾਦ, ਅਤੇ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਮੇਰੇ ਵੱਲੋਂ ਵੀ ਧੰਨਵਾਦ। ਕੀ ਹੋਇਆ, ਕਿਸ ਨਾਲ ਲੜਕੇ ਹੈਗੀਆਂ? ਤੁਹਾਨੂੰ ਤਾਂ ਹਰ ਵੇਲੇ ਮਜ਼ਾਕ ਹੀ ਸੁੱਝਦਾ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਘਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆਪ ਪੇਪਰ ਲੈ ਕੇ ਆਓ, ਕਦੇ ਆਪ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਹਾਂ, ਇੰਨੀ ਕੀ ਗੱਲ। ਜਦੋਂ ਆਪਾਂ ਨਾ ਕਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟੂਗਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057878744 ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6042991054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। ਹੇ ਰਿਮੋਟਰਸ।
12375 King George Highway, Surrey. Call 580-7755. Hey, remote.